ठीक है, हम रिकॉर्डिंग हो गई है। सारे ही शामिल होए पतवंतिया नूं ते प्यारिया नूं ते सज्जणा नूं ते दोस्तां ते मित्रां नूं बहुत बहुत प्यार भरी सत श्री अकाल। ते ए एक होर पंजाबी कलम केंद्र मोटियाल ने हमला मारन की कोशिश की है कि इदां दे दुखांतक माहौल दे विच इस दी कविता दे नाल ही सांझ पौनी ते सारयां दे नाल इकट्ठे होना ते एक दूजे की कविता नूं सुनना। ते कविता एक इहो जिहा जरिया है कि तुसी किसे टाइम चिंतक भी हुंदे हो, दुखी भी हुंदे हो, तो तुहानूं उह खुशी दिंदी है। सो दोस्तों, आपां बहुता टाइम ना लाइए, अज दे प्रोग्राम विच अपने कोल 19-20 कवि हैगे आ जां कवित्रियां जिहदे विच दो कवित्रियां हिंदी दे विच वी शामिल हो सकदियां ते जे किसी की चाहत हो इंग्लिश दे विच वी बोल सकदा ते उर्दू दे विच वी बोल सकदा। सो आपां बैठ इस चंगी गल है कि आपां इहनूं शुरू करिए ते क्योंकि इस वेले ना मैं सीक्वेंस जिहड़ी बनाई सी उहदे विच इह प्रॉब्लम आया कि कुछ बंदे शामिल होए नहीं, उहदे विच कुछ बंदे शामिल ही होए, इस करके मैनूं उह थोड़ा बहुता उपर थले करना पै रहा। सो दोस्तों, सब तो पहला मैं बेनती करदा कि लखवीर सिंह रंधावा जी अपनी कविता तुहाडे नाल रूबरू होण ते तुहाडियां दो कवितावां तुहाडे नाल सांझियां करन। लखवीर पात्र सिंह साहब जी थोड़ा रंधावा, टाइम, पात्र साहब थोड़ा टाइम दस दिंदे कि किन्ना किन्ना एक एक कवि नूं उहदे नाल थोड़ा जिहा। मैं बोल दूंगा जातक साहब, कोई नहीं, प्लीज ओके, है ना, मैं बोल दूंगा। हाँ जी, मेहरबानी मैं मेहरबानी। तुहानूं दस दूंगा। हाँ जी, हाँ जी, तुसीं कोई नहीं। हाँ जी रंधावा जी, हाँ जी, हाँ जी, हाँ जी, हाँ जी। पहला तो मैं पंजाबी कलम केंद्र ते खास के आप सब दा ਜਿਹੜੇ ਕਿ ਇਹਦੇ ਵਿੱਚ ਪ੍ਰੋਗਰਾਮ ਉਲੀਕਣ ਚ ਆਪ ਦੇ ਸਹਾਇਕ ਆ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਕਿ ਤੁਸੀਂ ਇਹ ਪੰਜਾਬੀ ਵਾਸਤੇ ਹਮੇਸ਼ਾ ਉਦਮ ਕਰਦੇ ਹੋ ਤੇ ਸਾਡੇ ਵਰਗੇ ਬੰਦਿਆਂ ਨੂੰ ਉਂਗਲ ਫੜ ਕੇ ਤੁਰਨਾ ਦੱਸਦੇ ਹੋ। ਮੈਂ ਮਿਹਰਬਾਨੀ, ਦਿਲੋਂ ਤਹਿ ਦਿਲੋਂ ਆਪ ਜੀ ਦਾ ਸ਼ੁਕਰਗੁਜ਼ਾਰ ਹਾਂ। ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਤੇ ਇਦਾਂ ਹੀ ਉਦਮ ਬਖਸ਼ੇ ਕਿ ਅਸੀਂ ਆਪਣੀ ਮਾਂ ਬੋਲੀ ਦੇ ਜਿਹੜੇ ਕਦਮ ਦਰ ਕਦਮ ਅੱਗੇ ਵੱਧਦੇ ਹੋਏ ਦੁਨੀਆਂ ਵਿੱਚ ਆਪਣਾ ਮੈਸੇਜ ਪਹੁੰਚਾ ਸਕੀਏ। ਧੰਨਵਾਦ। ਮਿਹਰਬਾਨੀ, ਮਿਹਰਬਾਨੀ। ਤੇ ਮੈਂ ਜਿੱਦਾਂ ਅਕਸਰ ਮੈਂ ਕਹਿੰਦਾ ਹੁੰਦਾ ਕਿ ਤੁਹਾਡੇ ਜਿਹੜੇ ਵੱਡੇ ਵੱਡੇ ਵਿਦਵਾਨਾਂ ਦੇ ਵਿੱਚ ਮੈਨੂੰ ਬਹਿਣ ਦਾ ਮੌਕਾ ਮਿਲਦਾ, ਨਾ ਤੇ ਮੈਂ ਕੋਈ ਇੰਨਾ ਪੜ੍ਹਿਆ ਲਿਖਿਆ ਤੇ ਨਾ ਸ਼ਾਇਰੀ ਆ, ਮੈਂ ਇੱਕ ਸ਼ੇਰ ਅਕਸਰ ਬੋਲਦਾ ਹੁੰਦਾ ਕਿ ਨਾ ਤੇ ਮੈਂ ਕੋਈ ਲੇਖਕ ਵੱਡਾ, ਨਾ ਤੇ ਮੈਂ ਕੋਈ ਲੇਖਕ ਵੱਡਾ ਤੇ ਨਾ ਹੀ ਮੈਂ ਕੋਈ ਸ਼ਾਇਰ ਹਾਂ। ਹਾਂ, ਇੱਕ ਮਾਮੂਲੀ ਬੰਦਾ, ਆਪ ਸਭ ਦੀ ਮੰਗ ਦਾ ਖੈਰ ਹਾਂ, ਆਪ ਸਭ ਦੀ ਮੰਗ ਦਾ ਖੈਰ ਹਾਂ। ਵਧੀਆ। ਜੀਓ ਆਇਆ ਇਸ ਮਹਿਫਲ ਅੰਦਰ, ਜੀਓ ਆਇਆ ਇਸ ਮਹਿਫਲ ਅੰਦਰ, ਆਪ ਸਭ ਦੇ ਚੁੰਮ ਦਾ ਪੈਰ ਹਾਂ। ਹਾਂ, ਇੱਕ ਮਾਮੂਲੀ ਬੰਦਾ, ਆਪ ਸਭ ਦੀ ਮੰਗ ਦਾ ਖੈਰ ਹਾਂ। ਹਾਂਜੀ, ਪਹਿਲੀ ਕਵਿਤਾ ਮੇਰੀ ਆ। ਪਹਿਲਾਂ ਲੋਕ ਪਿੰਡਾਂ ਵਿੱਚ ਸਿਹਤਮੰਦ ਰਹਿੰਦੇ ਸੀ, ਮੈਂ ਮੇਰੇ ਜਿੱਦਾਂ ਕਹਿ ਲਓ ਉਸ ਮਿੱਟੀ ਨਾਲ ਪੰਜਾਬ ਦੇ ਓਤ ਪੋਤ ਆ ਤੇ ਮੈਂ ਪਿੰਡਾਂ ਵਿੱਚ ਪਲਿਆ ਤੇ ਮੈਂ ਉਹ ਪੇਸ਼ ਕਰਨ ਜਾ ਰਿਹਾ, ਇੱਕਦਮ ਉਸ ਪਿੰਡ ਦੀ ਵਨਗੀ ਆਪ ਜੀ ਦੇ ਸਾਹਮਣੇ ਪੇਸ਼ ਕਰਨ ਜਾ ਰਿਹਾ ਕਿ ਪਿੰਡਾਂ ਵਿੱਚ ਰਹਿਣਾ, ਉਹ ਪਿੰਡਾਂ ਵਿੱਚ ਰਹਿਣਾ ਤੇ ਕਾੜਨੇ ਦਾ ਦੁੱਧ ਸੀ, ਪੀਂਦੇ ਸੀ ਦੁਰੜਕਾ, ਤੇਜ ਬੜੀ ਬੁੱਧ ਸੀ। ਉਹ ਪਿੰਡਾਂ ਵਿੱਚ ਰਹਿਣਾ ਤੇ ਕਾੜਨੇ ਦਾ ਦੁੱਧ ਸੀ, ਪੀਂਦੇ ਸੀ ਦੁਰੜਕਾ, ਤੇਜ ਬੜੀ ਬੁੱਧ ਸੀ। ਸ਼ਾਮ ਪਈ ਤੇ ਭੱਠੀਆਂ ਤੇ, ਸ਼ਾਮ ਵੇਲੇ ਭੱਠੀਆਂ ਤੇ ਦਾਣੇ ਭੁੰਨ ਲੈਂਦੇ ਸੀ। ਪਹਿਲਾਂ ਲੋਕੀ ਪਿੰਡਾਂ ਵਿੱਚ ਸਿਹਤਮੰਦ ਰਹਿੰਦੇ ਸੀ, ਪਹਿਲਾਂ ਲੋਕੀ ਪਿੰਡਾਂ ਵਿੱਚ ਸਿਹਤਮੰਦ ਰਹਿੰਦੇ ਸੀ।
ਉਹ ਵਗਦੇ ਸੀ ਖੂਹ ਪਿੰਡ, ਉਹ ਵਗਦੇ ਸੀ ਖੂਹ ਪਿੰਡ, ਪਾਣੀ ਦੁੱਧ ਨਾਲੋਂ ਮਿੱਠਾ ਸੀ। ਆ ਨਰਸਾਂ ਤੇ ਡਾਕਟਰ ਮੈਂ ਪਿੰਡ ਨਾ ਕੋਈ ਡਿੱਠਾ ਸੀ। ਇੱਕੋ ਹੀ ਹਕੀਮ ਪਿੰਡ ਦੁਆ ਸਾਰੇ ਉਥੋਂ ਲੈਂਦੇ ਸੀ। ਪਹਿਲਾਂ ਲੋਕੀ ਪਿੰਡਾਂ ਵਿੱਚ ਸਿਹਤਮੰਦ ਰਹਿੰਦੇ ਸੀ, ਪਹਿਲਾਂ ਲੋਕੀ ਪਿੰਡਾਂ ਵਿੱਚ ਸਿਹਤਮੰਦ ਰਹਿੰਦੇ ਸੀ। ਆ ਬਾਹਰੋਂ ਲੈ ਕੇ ਖਾਣਾ ਲੋਕੀ ਚੰਗਾ ਨਹੀਂ ਸੀ ਮੰਨਦੇ। ਵਾਂਢੇ ਕਿਤੇ ਜਾਣਾ ਪੱਲੇ ਰੋਟੀਆਂ ਸੀ ਬੰਨਦੇ। ਪੈਦਲ ਤੁਰੇ ਜਾਣਾ, ਪੈਦਲ ਤੁਰੇ ਜਾਣਾ ਲੋਕੀ ਰਾਹਗੀਰ ਕਹਿੰਦੇ ਸੀ। ਪਹਿਲਾਂ ਲੋਕੀ ਪਿੰਡਾਂ ਵਿੱਚ ਸਿਹਤਮੰਦ ਰਹਿੰਦੇ ਸੀ, ਪਹਿਲਾਂ ਲੋਕੀ ਪਿੰਡਾਂ ਵਿੱਚ ਸਿਹਤਮੰਦ ਰਹਿੰਦੇ ਸੀ। ਬਹੁਤ ਵਧੀਆ। ਸੋਹਣੇ ਸੀ ਸਰੀਰ, ਸੋਹਣੇ ਸੀ ਸਰੀਰ ਜੁੱਸੇ, ਨਾ ਕੋਈ ਮਰਜ ਨਾ ਬਿਮਾਰੀ ਸੀ। ਘਰੋਂ ਬਾਹਰ ਜਾਣਾ ਕਿਤੇ ਨਾ ਕੋਈ ਕਰਦੇ ਤਿਆਰੀ ਸੀ। ਸਿੱਧੀ ਸਾਦੀ ਪੱਗ ਬੰਨ ਡਾਂਗ ਮੋਢੇ ਰੱਖ ਲੈਂਦੇ ਸੀ। ਪਹਿਲਾਂ ਲੋਕੀ ਪਿੰਡਾਂ ਵਿੱਚ ਸਿਹਤਮੰਦ ਰਹਿੰਦੇ ਸੀ, ਪਹਿਲਾਂ ਲੋਕੀ ਪਿੰਡਾਂ ਵਿੱਚ ਸਿਹਤਮੰਦ ਰਹਿੰਦੇ ਸੀ। ਬਹੁਤ ਵਧੀਆ, ਬਹੁਤ ਵਧੀਆ। ਅੱਜ ਦਾ ਜੋ ਬੰਦਾ ਲਖੇ ਬਿਮਾਰੀਆਂ ਨੇ ਖਾ ਲਿਆ, ਉਹ ਤਰੱਕੀਆਂ ਦੇ ਨਾਂ ਤੇ ਅਸਾਂ ਸਿਆਪਾ ਗਲ ਪਾ ਲਿਆ। ਮੂੰਹ ਬੰਨੀ ਫਿਰਨ ਸਾਰੇ, ਮੂੰਹ ਬੰਨੀ ਫਿਰਨ ਸਾਰੇ ਦੂਰ ਦੂਰ ਕਹਿੰਦੇ ਜੀ। ਪਹਿਲਾਂ ਲੋਕੀ ਪਿੰਡਾਂ ਵਿੱਚ ਸਿਹਤਮੰਦ ਰਹਿੰਦੇ ਸੀ, ਪਹਿਲਾਂ ਲੋਕੀ ਪਿੰਡਾਂ ਵਿੱਚ ਸਿਹਤਮੰਦ। ਰੋਟੀ ਦੀ ਹੋਰ ਕਵਿਤਾ ਮੇਰੀ ਆਪਣੇ ਦੇ ਨਾਲ, ਮੇਰਾ ਸਮਝਦਾ ਹਰ ਬੰਦੇ ਦੇ ਨਾਲ ਏਦਾਂ ਹੁੰਦਾ ਹੋਊ ਤੇ ਕੀ ਸੁਣਾਵਾਂ ਤੇ ਕੀ ਮੈਂ ਦੱਸਾਂ, ਕੀ ਸੁਣਾਵਾਂ ਤੇ ਕੀ ਮੈਂ ਦੱਸਾਂ ਇਸ ਦਿਲ ਦੇ ਹਾਲ ਅਵੱਲੇ। ਬੇਸ਼ੱਕ ਅਸੀਂ ਵਿੱਚ ਦੁਨੀਆਂ ਵੱਸਦੇ ਪਰ ਅੰਦਰੋਂ ਕੱਲ ਮਕੱਲੇ, ਕੱਲੇ ਕੱਲੇ। ਕੀ ਸੁਣਾਵਾਂ ਤੇ ਕੀ ਮੈਂ ਦੱਸਾਂ ਇਸ ਦਿਲ ਦੇ ਹਾਲ ਅਵੱਲੇ। ਬੇਸ਼ੱਕ ਅਸੀਂ ਵਿੱਚ ਦੁਨੀਆਂ ਵੱਸਦੇ ਅੰਦਰੋਂ ਕੱਲ ਮਕੱਲੇ। ਬਹੁਤ ਵਧੀਆ। ਦਰਦੇ ਦਿਲ ਇਸ ਦਿਲ ਦੇ ਅੰਦਰ, ਦਰਦੇ ਦਿਲ ਇਸ ਦਿਲ ਦੇ ਅੰਦਰ ਤੇ ਮੈਂ ਕਿਸ ਨੂੰ ਖੋਲ ਕੇ ਦੱਸਾਂ ਅੰਦਰ ਪੀੜਾ ਮੇਰੇ ਦਰਦਾਂ ਵਾਲੀ ਤੇ ਮੈਂ ਬਾਹਰ ਦੁਨੀਆਂ ਵਿੱਚ ਹੱਸਾਂ। ਅੰਦਰ ਪੀੜਾ ਮੇਰੇ ਦਰਦਾਂ ਵਾਲੀ ਤੇ ਮੈਂ ਬਾਹਰ ਦੁਨੀਆਂ ਵਿੱਚ ਹੱਸਾਂ। ਵਿੱਚ ਦੁਨੀਆਂ ਇੱਥੇ ਜਿਉਂਦਾ ਬੰਦਾ, ਵਿੱਚ ਉਮੀਦ ਇੱਥੇ ਜਿਉਂਦਾ ਬੰਦਾ ਤੇ ਕਰਦਾ ਕਈ ਪਸਾਰੇ ਥਾਂ ਥਾਂ, ਥਾਂ ਥਾਂ ਆਪਣੇ ਆਪਣੇ ਲੱਭਦਾ ਤੇ ਤੱਕਦਾ ਫਿਰੇ ਸਹਾਰੇ। ਖੋਲ ਦਿਲ, ਖੋਲ ਦਿਲ ਰੱਖ ਰੱਬ ਦੇ ਅੱਗੇ, ਓਏ ਜਿਸਨੇ ਇਹ ਬਣਾਇਆ ਸਾਰੀ ਗੱਲ ਲੱਖੇ ਸਮਝ ਚ ਪੈ ਜੂ। ਤੂੰ ਕੀ ਖੱਟਿਆ ਕੀ ਗਵਾਇਆ, ਤੂੰ ਕੀ ਖੱਟਿਆ ਕੀ ਗਵਾਇਆ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ, ਇਹ ਤੁਹਾਡੇ ਦਿਲ ਦੇ ਹਾਵ ਭਾਵ ਸਾਡੇ ਨਾਲ ਸਾਂਝੇ ਕੀਤੇ, ਬਹੁਤ ਬਹੁਤ ਧੰਨਵਾਦ। ਤੇ ਇਸ ਤੋਂ ਬਾਅਦ ਮੈਂ ਭਾਜੀ ਸੁਖਵਿੰਦਰ ਜੁਤਲਾ ਜੀ ਨੂੰ ਬੇਨਤੀ ਕਰਦਾ ਕਿ ਉਹ ਤੁਹਾਡੇ ਨਾਲ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨ। ਉਹ ਦੋ ਕਵਿਤਾਵਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ, ਇੱਕ ਇੰਗਲਿਸ਼ ਵਿੱਚ ਤੇ ਇੱਕ ਪੰਜਾਬੀ ਵਿੱਚ। ਭਾਜੀ ਸੁਖਵਿੰਦਰ ਸਿੰਘ ਜੀ ਜੁਤਲਾ। ਓਕੇ, ਇਹ ਬਹੁਤ ਬਹੁਤ ਧੰਨਵਾਦ ਤੁਹਾਡਾ ਪਾਤਰ ਜੀ, ਬਹੁਤ ਮਿਹਨਤ ਕੀਤੀ ਤੁਸੀਂ ਤੇ ਮਿਹਰਬਾਨੀ ਜੀ, ਮਿਹਰਬਾਨੀ। ਪ੍ਰੋਗਰਾਮ ਰੱਬ ਆਪਣੀ ਸਹਾਇਤਾ ਕਰੇਗਾ ਕਿ ਬਹੁਤ ਕਾਮਯਾਬ ਰਹੇਗਾ। ਸੋ ਦੋ ਕਵਿਤਾਵਾਂ ਹਨ
ਤੇ ਇਹ ਦੋਨੇ ਜਿਹੜੇ ਸਬਜੈਕਟ ਹਨ ਇਹ ਅੱਜ ਕੱਲ੍ਹ ਬਹੁਤ ਸੰਬੰਧਿਤ ਹਨ ਅਤੇ ਲਾਗੂ ਹਨ। ਇਹ ਆਪਾਂ ਦੇਖਿਆ ਹੈ ਕਿ ਉੱਥੇ ਐਡਮਿੰਟਨ ਗੁਰਦੁਆਰੇ ਕਿਸੇ ਨੇ ਬਹੁਤ ਸ਼ਰਾਰਤ ਕੀਤੀ ਔਰ ਆਪਣੇ ਗੁਰਦੁਆਰੇ 'ਤੇ ਹਮਲਾ ਵੀ ਕੀਤਾ ਅਤੇ ਜਿੱਦਾਂ ਹੁਣ ਲੰਡਨ ਓਨਟੇਰੀਓ ਵਿੱਚ ਹੋਇਆ ਸੀਗਾ ਕਿ ਕਿਸੇ ਨੇ ਚਾਰ ਜਣਿਆਂ ਨੂੰ ਕਤਲ ਦਿੱਤਾ ਤਾਂ ਬਹੁਤ ਬਹੁਤ ਖਰਾਬ। ਔਰ ਜਿਹੜੀਆਂ ਆਪਣੀਆਂ ਮੁਸਲਮਾਨ ਭੈਣਾਂ ਹਨ ਉਹਨਾਂ ਨੂੰ ਵੀ ਜਿਹੜੀਆਂ ਹਜਾਬ ਪਾਉਂਦੀਆਂ ਹਨ ਉਹਨਾਂ ਨੂੰ ਵੀ ਬਹੁਤ ਉਹਨਾਂ 'ਤੇ ਵੀ ਹਮਲੇ ਹੁੰਦੇ ਹਨ। ਸੋ ਇਹ ਇਹਦੇ ਬਾਰੇ ਮੈਂ ਇਹ ਲਿਖੀ ਆ ਪੋਇੰਟ। ਪਹਿਲਾਂ ਹੋਰ ਕੋਈ ਟੋਪਿਕ ਸੀਗਾ ਪਰ ਉਹੀ ਟੋਪਿਕ ਅੱਜ ਵੀ ਲਾਗੂ ਆ ਅਤੇ ਇਹਦਾ ਕਵਿਤਾ ਦਾ ਇਨਵਾਨ ਹੈਗਾ ਆ ਕੰਧਾਂ ਢਾਈਏ ਪੁਲ ਬਣਾਈਏ। ਕੰਧਾਂ ਢਾਈਏ ਪੁਲ ਬਣਾਈਏ ਪੁੱਟੀਏ ਕੰਢੇ ਫੁੱਲ ਲਗਾਈਏ ਇੱਕ ਦੂਜੇ ਨੂੰ ਗਲੇ ਲਗਾਈਏ ਚਲੋ ਅਮਨ ਦਾ ਜਸ਼ਨ ਮਨਾਈਏ। ਕਿਸੇ ਦਾ ਹੈ ਕਾਲਾ ਰੰਗ ਕਿਸੇ ਦਾ ਹੈ ਗੋਰਾ ਰੰਗ ਵੇਖੋ ਰੱਬ ਨੇ ਘੜੀ ਮਿਸਾਲ ਚਮੜੀ ਵੱਖਰੀ ਖੂਨ ਹੈ ਲਾਲ। ਕਿਸੇ ਦਾ ਹੈ ਤਿੱਖਾ ਨੱਕ ਕਿਸੇ ਦਾ ਹੈ ਫੀਨਾ ਨੱਕ ਮਹਿਕ ਵੀ ਲੈਂਦੇ ਇੱਕ ਤੇ ਸਾਹ ਵੀ ਲੈਂਦੇ ਇੱਕ। ਕਿਸੇ ਦੀਆਂ ਨੀਲੀਆਂ ਅੱਖੀਆਂ ਕਿਸੇ ਦੀਆਂ ਭੂਰੀਆਂ ਅੱਖੀਆਂ ਇੱਕ ਵਾਰ ਦੇਖਣ ਜਾਂ ਦੁਬਾਰਾ ਅੱਖੀਆਂ ਦੇਖਣ ਉਹੀ ਨਜ਼ਾਰਾ। ਹਿੰਦੂ ਮੁਸਲਿਮ ਸਿੱਖ ਈਸਾਈ ਰਲ ਮਿਲ ਰਹਿਣੇ ਵਿੱਚ ਭਲਾਈ ਦੇਖੋ ਸਭਨਾਂ ਦਾ ਰੱਬ ਹੈ ਇੱਕ ਆਪਣੇ ਵਿੱਚ ਕਦੇ ਪਵੇ ਨਾ ਫਿੱਕ ਪਿਛਲੀਆਂ ਨਫ਼ਰਤਾਂ ਭੁਲਾਈਏ ਵਧੀਏ ਅੱਗੇ ਦੂਰੀਆਂ ਮਿਟਾਈਏ ਸ਼ੱਕ ਨਾ ਕਰੀਏ ਆਸ ਲਗਾਈਏ ਭਵਿੱਖ ਨੂੰ ਖੁਸ਼ਹਾਲ ਬਣਾਈਏ ਇੱਕ ਦੂਜੇ ਦੀ ਲੱਤ ਨਾ ਖਿੱਚੀਏ ਮਾਰ ਕੇ ਧੱਕਾ ਥੱਲੇ ਨਾ ਸਿੱਟੀਏ ਲੂਣ ਨਾ ਜ਼ਖਮਾਂ ਉੱਤੇ ਛਿੜਕੀਏ ਆਓ ਮੱਲਮ ਪੱਟੀ ਲਗਾਈਏ। ਲੜ ਲੜ ਕੇ ਬਸ ਥੱਕ ਗਏ ਹਾਂ ਨਫ਼ਰਤ ਕਰ ਕਰ ਅੱਕ ਗਏ ਹਾਂ ਆਓ ਨਵਾਂ ਦੌਰ ਚਲਾਈਏ ਡਾਂਗਾਂ ਸੁੱਟੀਏ ਹੱਥ ਮਲਾਈਏ। ਨਾਲ ਪਿਆਰਾਂ ਕੋਲ ਬੁਲਾਈਏ ਗੁੱਸੇ ਨਾਲ ਨਾ ਦੂਰ ਦੌੜਾਈਏ ਨਫ਼ਰਤਾਂ ਦੀ ਅੱਗ ਬੁਝਾਈਏ ਅਮਨ ਦਾ ਉੱਤੇ ਮੀਂਹ ਵਰਸਾਈਏ ਕੰਧਾਂ ਢਾਈਏ ਪੁਲ ਬਣਾਈਏ ਪੁੱਟੀਏ ਕੰਢੇ ਫੁੱਲ ਲਗਾਈਏ ਇੱਕ ਦੂਜੇ ਨੂੰ ਗਲੇ ਲਗਾਈਏ ਚਲੋ ਅਮਨ ਦਾ ਜਸ਼ਨ ਮਨਾਈਏ ਚਲੋ ਅਮਨ ਦਾ ਜਸ਼ਨ ਮਨਾਈਏ। ਵਾਹ ਵਾਹ ਬਿਊਟੀਫੁਲ ਬਿਊਟੀਫੁਲ ਬਹੁਤ ਵਧੀਆ ਜੀ ਬਹੁਤ ਵਧੀਆ। ਓਕੇ ਸਨਵਾਸ ਜੀ ਤੇ ਇਹ ਦੂਸਰੀ ਕਵਿਤਾ ਜਿਹੜੀ ਮੈਂ ਲਿਖੀ ਹੈ ਇਹ ਮੈਂ ਲਿਖੀ ਹੈ ਗੁਰੂ ਤੇਗ ਬਹਾਦਰ ਜੀ 'ਤੇ। ਇਸ ਸਾਲ ਆਪਾਂ ਉਹਨਾਂ ਦਾ 400 ਸਾਲਾਂ ਦੀ ਬਾਸੀ ਮਨਾ ਰਹੇ ਹਾਂ ਉਹਨਾਂ ਦਾ ਆਪਾਂ ਜੀਵਨ ਬਾਰੇ ਸੋਚ ਰਹੇ ਹਾਂ ਔਰ ਕਦਰ ਪਾ ਰਹੇ ਹਾਂ ਕਿ ਉਹਨਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਆਪਣੇ ਲਈ ਅਤੇ ਇਹ ਮੈਂ ਪੋਇਮ ਲਿਖੀ ਹੈ ਇੰਗਲਿਸ਼ ਵਿੱਚ ਅਤੇ ਪੰਜਾਬੀ ਵਿੱਚ ਕਾਫੀ ਲਿਖੀਆਂ ਹੋਈਆਂ ਹਨ ਇੰਗਲਿਸ਼ ਵਿੱਚ ਬਹੁਤ ਘੱਟ ਹਨ ਹੋ ਸਕਦਾ ਹੈ ਬਹੁਤ ਹੀ ਘੱਟ ਹੋਣਗੀਆਂ ਪਰ ਇਹ ਮੈਂ ਇੰਗਲਿਸ਼ ਵਿੱਚ ਲਿਖੀ ਆ ਪਰ ਮਹਿਮਾ ਉਹ ਹੀ ਆ ਜੋ ਕੁਛ ਆਪਾਂ ਆਪਣੇ ਦਿਲੋਂ ਕਰਦੇ ਹਾਂ। ਸੋ ਗੁਰੂ ਤੇਗ ਬਹਾਦਰ ਮਾਈਟੀ ਆਫ ਦਾ ਸੋਲ ਡਿਊਰਿੰਗ ਔਰੰਗਜ਼ੇਬਸ ਟਿਰੈਨਿਕਲ ਰੇਨ ਦ ਡਾਊਨਟ੍ਰੋਡਨ ਕ੍ਰਾਈਡ ਆਊਟ ਵਿਦ ਪੇਨ Who fought to get their rights restored? Guru Tegh Bahadur, mighty of the soul. During the forced conversion to Islam,
of people from Punjab to Assam. He stood up to protect their rights, to freely practice their religious rights. Their temples are being demolished. Their human rights are being abolished during Aurangzeb's reign of immorality. Who dare challenge such brutality? Worshippers were being killed as they prayed, their necks no match against his blade. Aurangzeb demanded meek compliance. The guru answered with open defiance. Kashmiri pandits pleaded for protection. He boldly stood up, stood by them to take action. For bravery, he paid the ultimate price. For freedom, his head he would sacrifice. With gallantry and spirituality combined, his teachings in Granth Sahib enshrined. Let us celebrate his legacy to mankind of living freely, leaving injustice behind. With gallantry and spirituality combined, his teachings in Guru Granth Sahib enshrined, let us celebrate his legacy to mankind of living freely, leaving injustice behind. During Aurangzeb's tyrannical reign, the downtrodden cried with pain. Who fought to get their rights restored? Guru Tegh Bahadur, mighty of the soul. Who fought to get their rights restored? Guru Tegh Bahadur, mighty of the soul. ਮਨਜੀਤ ਸਿੰਘ ਰਾਜ ਭਰਾ ਆਏ ਭਰਾ ਵਿਚ ਦਿਸਦੇ ਕਿਤੇ ਮੈਨੂੰ ਦਿਸੇ ਨਹੀਂ ਦੇਖੇ ਤਾਂ ਨਹੀਂ ਜੀ ਜਾਂ ਸੁਰਿੰਦਰਪਾਲ ਸਿੰਘ ਆਪਣਾ ਸਹੋਟਾ ਨਹੀਂ ਦਿਲਬਾਗ ਸਿੰਘ ਨਹੀਂ ਦਿਸੇ ਕਦੇ ਓਕੇ ਚਲੋ ਮੈਂ ਹੁਣ ਰਿਕੁਐਸਟ ਕਰਦਾ ਆਪਣੇ ਯੰਗ ਸ਼ਾਇਰ ਅਮਨ ਅਮਨ ਸਾਡਾ ਬਹੁਤ ਪਿਆਰਾ ਸ਼ਾਇਰ ਆ ਮੈਨੂੰ ਕਈ ਵਾਰੀ ਜਦੋਂ ਪਹਿਲਾਂ ਅਮਨ ਨੂੰ ਸੁਣਦੇ ਸੀ ਨਾ ਤਾਂ ਮੈਨੂੰ ਮੇਰਾ ਇੱਕ ਹਾਈਕੂ ਦੀ ਤਰ੍ਹਾਂ ਦਾ ਕੁਛ ਲਿਖਿਆ ਯਾਦ ਆ ਜਾਂਦਾ ਹੈ ਜਿਵੇਂ ਵੀ ਉਸਨੇ ਆਖੀ ਅਲਵਿਦਾ ਬਿਨਾਂ ਹੱਥ ਹਿਲਾਏ ਮੈਨੂੰ ਲੱਗਦਾ ਕਈ ਵਾਰੀ ਵੀ ਸ਼ਾਇਦ ਅਮਨ ਨੂੰ ਵੀ ਕੋਈ ਬਿਨਾਂ ਹੱਥ ਹਿਲਾਏ ਵੀ ਅਲਵਿਦਾ ਕਹਿ ਗਿਆ ਤੇ ਇਸ ਕਰਕੇ ਇਹਨੇ ਜਾਂ ਇਹਨੂੰ ਇਹਦੀ ਇਹਨੂੰ ਸ਼ਿਵ ਨੇ ਇਹਦੀ ਬਾਂਹ ਫੜ ਲਈ ਤੇ ਹੁਣ ਮੈਂ ਪੇਸ਼ ਕਰਦਾ ਤੁਹਾਡੇ ਸਾਹਮਣੇ ਅਮਨ ਮੇਰੀ ਆਵਾਜ਼ ਠੀਕ ਆ ਰਹੀ ਜੀ ਹਾਂਜੀ ਹਾਂਜੀ ਠੀਕ ਹੈ ਅਮਨ ਠੀਕ ਹੈ ਜੀ ਚਲੋ ਫਿਰ ਮੈਂ ਹੁਣ ਤੁਸੀਂ ਇੰਟਰੋਡਿਊਸ ਜਿੱਦਾਂ ਕੀਤਾ ਫਿਰ ਮੈਂ ਓਦਾਂ ਦੀ ਕਵਿਤਾ ਸੁਣਾਉਣਾ ਤੁਹਾਨੂੰ ਫਿਰ ਇੱਕ ਤੇ ਸੁਣਦੇ ਤਾਂ ਇਸ਼ਕ ਵਿੱਚ ਲੋਕੀ ਪਾਗਲ ਹੋ ਜਾਂਦੇ ਸੁਣਦੇ ਤਾਂ ਇਸ਼ਕ ਵਿੱਚ ਲੋਕੀ ਪਾਗਲ ਹੋ ਜਾਂਦੇ ਅੱਜ ਹਾਲਤ ਆਪਣੀ ਵੇਖੀ ਤਾਂ ਯਕੀਨ ਆਇਆ ਗਿਰਿਆ ਇੱਕ ਪਰਿੰਦਾ ਗਸ਼ ਖਾ ਕੇ ਗਗਨ ਤੋਂ ਗਿਰਿਆ ਇੱਕ ਪਰਿੰਦਾ ਗਸ਼ ਖਾ ਕੇ ਗਗਨ ਤੋਂ ਟੁੱਟ ਕੇ ਇੱਕ ਤਾਰਾ ਅੰਬਰੋਂ ਜ਼ਮੀਨ ਆਇਆ ਤੜਪ ਕੇ ਇੱਕ ਮਛਲੀ ਮਰ ਗਈ ਥਲ ਤੇ ਤੜਪ ਕੇ ਇੱਕ ਮਛਲੀ ਮਰ ਗਈ ਥਲ ਤੇ
तेरे शहरों होके अमन मलीन आया, अपनियां ही नजरां तकिया वांग उपरे दे, अपनियां ही नजरां तकिया वांग उपरे दे, बेगुनाह कोई करके जुर्म संगीन आया, जुड़ गई गिनती अजकल तारियां दी, जुड़ गई गिनती अजकल तारियां दी, टुट गया जो ख्वाब सी कदे हसीन आया, ਕਿਸਿਆ ਸ਼ਾਇਰ ਵਿੱਚ ਹਿਜ਼ਰ ਦੀ ਚੱਕੀ ਦੇ, ਅੱਖਰੇ ਅੱਖਰ ਹੋ ਕੇ ਅਮਨ ਮਹੀਨ ਆਇਆ, ਹੁਣ ਦੇ ਤਾਂ ਇਸ਼ਕ ਵਿੱਚ ਲੋਕੀ ਪਾਗਲ ਹੋ ਜਾਂਦੇ, ਅੱਜ ਹਾਲਤ ਆਪਣੀ ਵੇਖੀ ਤਾਂ ਯਕੀਨ ਆਇਆ। ਧੰਨਵਾਦ ਜੀ, ਬਹੁਤ ਬਹੁਤ ਜੀ, ਥੈਂਕ ਯੂ ਸਾਰਿਆਂ ਨੂੰ। ਇੱਕ ਹੋਰ ਸੁਣਾਉਣਾ ਜੀ, ਇੱਕ ਹੋਰ ਸੁਣਾ ਲਿਆ, ਜਦ ਤੱਕ ਆਉਂਦੇ ਨੇ ਫਿਰ ਮੈਂ ਇੱਕ ਹੋਰ ਸੁਣਾ ਦਿੰਦਾ। ਜ਼ਰੂਰ ਜ਼ਰੂਰ ਇਰਸ਼ਾਦ। ਗਮਾਂ ਦੀਆਂ ਪੈੜਾਂ ਕੱਟੀਆਂ, ਬਿਲਕੁਲ ਆ ਜਾਓ, ਠੀਕ ਹੈ ਜੀ। ਗਮਾਂ ਦੀਆਂ ਪੈੜਾਂ ਛਪੀਆਂ, ਗਮਾਂ ਦੀਆਂ ਪੈੜਾਂ ਛਪੀਆਂ, ਦਿਲ ਮੇਰੇ ਦੀਆਂ ਰਾਹਾਂ ਤੇ, ਉਹਦਾ ਹੀ ਬਸ ਨਾ ਹੁੰਦਾ ਤਾਹਾਂ ਤੇ ਮੇਰੀ ਆਹਾਂ ਤੇ, ਉੱਕਰੇ ਦਿਲ ਤੇ ਕਦ ਮਿੱਟਦੇ, ਉੱਕਰੇ ਦਿਲ ਤੇ ਕਦ ਮਿੱਟਦੇ, ਲਿਖੇ ਮਿੱਟ ਜਾਵਣ ਬਾਹਾਂ ਤੇ, ਇਸ਼ਕ ਫਕੀਰਾਂ ਦੇ ਵਸ ਦਾ ਜ਼ੋਰ ਕੋਈ ਨਾ ਸ਼ਾਹਾਂ ਦੇ, ਕੁਝ ਨੇ ਵਣਜ ਪਛਾਹਾਂ ਦੇ, ਕੁਝ ਨੇ ਵਣਜ ਪਛਾਹਾਂ ਦੇ, ਕੁਝ ਸੌਦੇ ਨੇ ਅਗਾਹਾਂ ਦੇ, ਆਪਾ ਵਾਰਨ ਦੇ ਨਿਸ਼ਚੇ ਕੰਮ ਨਾ ਕੋਈ ਸਲਾਹਾਂ ਦੇ, ਅਗਣੀ ਨੂੰ ਮਾਸ਼ੂਕ ਸਦਾਵਣ, ਅਗਣੀ ਨੂੰ ਮਾਸ਼ੂਕ ਸਦਾਵਣ, ਵਾਹ ਵਾਹ ਇਸ਼ਕ ਸਵਾਹਾਂ ਦੇ, ਦੇ ਕੇ ਜ਼ਹਿਰ ਦੁਆ ਮੰਗਦੇ, ਸਦਕੇ ਮੈਂ ਖੈਰ ਖਾਹਾਂ ਦੇ, ਹੇਠਾਂ ਵੱਲ ਹੇਠਾਂ ਵੱਲ ਕਦ ਨੇ ਤੱਕਦੇ, ਹੇਠਾਂ ਵੱਲ ਕਦ ਨੇ ਤੱਕਦੇ, ਉਹ ਬੈਠੇ ਜੋ ਉਤਾਹਾਂ ਨੇ, ਨਦੀਆਂ ਨੂੰ ਵਿਸ਼ਾਲ ਸਮੁੰਦਰ ਮਿਲਦੇ ਖੋਲ ਕੇ ਬਾਹਾਂ ਨੇ, ਦਰਵੇਸ਼ਾਂ ਦਰਿਆ ਕੇ ਰਾਜੇ, ਦਰਵੇਸ਼ਾਂ ਦਰਿਆ ਕੇ ਰਾਜੇ, ਮੰਗਦੇ ਫਿਰਨ ਪਨਾਹਾਂ ਨੇ, ਗੁਨਾਹ ਸਾਡੇ ਬਖਸ਼ਾ ਲਵੋ, ਰੋਂਦੇ ਮਾਰ ਕੇ ਤਾਹਾਂ ਨੇ, ਰੋਂਦੇ ਮਾਰ ਕੇ ਤਾਹਾਂ ਨੇ। ਧੰਨਵਾਦ ਜੀ, ਮੈਨੂੰ ਲੱਗਦਾ ਅਮਨ ਨੂੰ ਕਵਿਤਾ ਖਾ ਗਈ। ਬਿਲਕੁਲ ਬਿਲਕੁਲ, ਬਹੁਤ ਵਧੀਆ ਅਮਨ, ਬਿਊਟੀਫੁਲ, ਯੈਸ, ਥੈਂਕ ਯੂ ਥੈਂਕ ਯੂ ਥੈਂਕ ਯੂ। ਸਤਨਾਮ ਸਿੰਘ ਲੱਖੋਵਾਲ ਕਿਤੇ ਦਿਸੇ? ਸਤਨਾਮ ਸਿੰਘ ਲੱਖੋਵਾਲ ਦਿਸੇ ਕਿਤੇ? ਨਹੀਂ ਨਹੀਂ, ਚਲੋ ਕੋਈ ਨੀ। ਹੁਣ ਮੈਂ ਬੇਨਤੀ ਕਰਦਾ, ਮੇਰੇ ਖਿਆਲ ਸਾਡੇ ਵੈਸੇ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਆਪਾਂ ਐਵੇਂ ਕੀ ਕਹਿਣ ਲੱਗ ਪੈਂਦੇ, ਲਹਿੰਦਾ ਪੰਜਾਬ ਚੜ੍ਹਦਾ ਪੰਜਾਬ ਹੈ ਨਾ, ਪੰਜਾਬ ਤਾਂ ਇੱਕ ਹੀ ਆ ਤੇ ਪੰਜਾਬ ਪੰਜਾਬ ਹੀ ਆ। ਸੋ ਹੁਣ ਮੈਂ ਬੇਨਤੀ ਕਰਦਾ ਅਰਸ਼ ਰੰਧਾਵਾ ਜੀ ਨੂੰ ਕਿ ਉਹ ਸਾਡੇ ਨਾਲ ਹਾਜ਼ਰ ਹੋਣ। ਰੰਧਾਵਾ ਜੀ, ਅਰਸ਼ਦ ਰੰਧਾਵਾ ਜੀ, ਰੰਧਾਵਾ ਜੀ, ਆਪਕੀ ਆਵਾਜ਼ ਨਹੀਂ ਆ ਰਹੀ ਹੈ। ਰੰਧਾਵਾ ਜੀ, ਆਵਾਜ਼ ਸਾਊਂਡ ਆਨ ਕਰੇ ਪਲੀਜ਼। ਹਾਂਜੀ, ਉਹ ਮਿਊਟ ਕਿਹਾ ਹੋਇਆ ਆਪਣੇ ਅਰਸ਼ਦ ਜੀ। ਅਰਸ਼ਦ ਜੀ, ਤੁਹਾਡਾ ਮਿਊਟ ਚੱਲ ਰਿਹਾ। ਪਿਛਾ ਲੱਗ ਗਿਆ ਜੇ, ਠਹਿਰੋ। ਹਾਂਜੀ, ਆਵਾਜ਼ ਆ ਰਹੀ ਹੈ ਜੀ? ਜੀ ਬਿਲਕੁਲ ਬਿਲਕੁਲ, ਠੀਕ ਹੈ ਜੀ। ਸੁਣੋ ਜੀ, ਖਿੜ ਖਿੜ ਖੁੱਲ ਨਾ ਹੱਸੀਏ ਜੀ, ਖਿੜ ਖਿੜ ਖੁੱਲ ਨਾ ਹੱਸੀਏ ਜੀ, ਨਾਲ ਕਿਸੇ ਨਾ ਫਸੀਏ ਜੀ, ਖਿੜ ਖਿੜ ਖੁੱਲ ਨਾ ਹੱਸੀਏ ਜੀ, ਨਾਲ ਕਿਸੇ ਨਾ ਫਸੀਏ ਜੀ, ਰਾਜ਼ ਦਿਲਾਂ ਵਿੱਚ ਰੱਖੀਏ ਜੀ, ਰੰਨਾ ਨੂੰ ਨਾ ਦੱਸੀਏ ਜੀ।
ਰਾਜ ਦਿਨਾਂ ਵਿੱਚ ਰੱਖੀਏ ਜੀ, ਰੰਨਾਂ ਨੂੰ ਨਾ ਦੱਸੀਏ ਜੀ, ਇੱਕ ਵਾਰੀ ਜੋ ਕੰਮ ਆਵੇ ਅਹਿਸਾਨ ਉਹਦਾ ਨਾ ਭੁੱਲੀਏ ਜੀ, ਇੱਕ ਵਾਰੀ ਜੋ ਕੰਮ ਆਵੇ ਅਹਿਸਾਨ ਉਹਦਾ ਨਾ ਭੁੱਲੀਏ ਜੀ, ਮੁਤਅੱਸਬ ਤੇ ਮੁਨਾਫਕ ਤਾਈਂ ਮੇਲ ਮਿਲਾਪ ਨਾ ਰੱਖੀਏ ਜੀ, ਮੁਨਾਫਕ ਤਾਈਂ ਮੇਲ ਮਿਲਾਪ ਨਾ ਰੱਖੀਏ ਜੀ, ਚਾਰ ਦਿਹਾੜੇ ਹੁਸਨ ਜਵਾਨੀ ਇਸਦਾ ਮਾਣ ਨਾ ਕਰੀਏ ਜੀ, ਚਾਰ ਦਿਹਾੜੇ ਹੁਸਨ ਜਵਾਨੀ ਇਸਦਾ ਮਾਣ ਨਾ ਕਰੀਏ ਜੀ, ਵੱਡਾ ਵਡੇਰਾ ਜੋ ਗੱਲ ਆਖੇ ਗੁੱਸਾ ਕਦੀ ਨਾ ਕਰੀਏ ਜੀ, ਵੱਡਾ ਵਡੇਰਾ ਜੋ ਗੱਲ ਆਖੇ ਗੁੱਸਾ ਕਦੀ ਨਾ ਕਰੀਏ ਜੀ, ਚੁੰਗ ਕਿਸੇ ਦੀ ਖਾਲੀ ਕਰਕੇ ਆਪਣੀ ਜੇਬ ਨਾ ਭਰੀਏ ਜੀ, ਚੁੰਗ ਕਿਸੇ ਦੀ ਖਾਲੀ ਕਰਕੇ ਆਪਣੀ ਜੇਬ ਨਾ ਭਰੀਏ ਜੀ, ਜਾਲੇ ਵਾਂਗੂ ਇਹ ਦੁਨੀਆ, ਜਾਲੇ ਵਾਂਗੂ ਇਹ ਦੁਨੀਆ ਜਾਲੇ ਵਿੱਚ ਨਾ ਫਸੀਏ ਜੀ, ਜਾਲੇ ਵਾਂਗੂ ਇਹ ਦੁਨੀਆ ਜਾਲੇ ਵਿੱਚ ਨਾ ਫਸੀਏ ਜੀ, ਪੇਕੇ ਛੱਡ ਕੇ ਸਹੁਰੇ ਜਾ ਕੇ ਸੱਥ ਨਾਲ ਪੈਰ ਨਾ ਰੱਖੀਏ ਜੀ, ਪੇਕੇ ਜਾ ਛੱਡ ਕੇ ਸਹੁਰੇ ਜਾ ਕੇ ਸੱਸ ਨਾਲ ਵੈਰ ਨਾ ਰੱਖੀਏ ਜੀ, ਔਖੀ ਮੰਦੀ ਆ ਜਾਵੇ ਤੇ ਔਖੀ ਮੰਦੀ ਆ ਜਾਵੇ ਤੇ ਮੈਦਾਨ ਕਦੇ ਨਾ ਛੱਡੀਏ ਜੀ, ਮੰਦੀ ਆ ਜਾਵੇ ਮੈਦਾਨ ਕਦੇ ਨਾ ਛੱਡੀਏ ਜੀ, ਆਰਾਮ ਕਮਾਈ ਨਹੀਂ ਚੰਗੀ, ਆਰਾਮ ਕਮਾਈ ਨਹੀਂ ਚੰਗੀ ਨਾ ਐਸੀ ਖੱਟੀ ਖਟੀਏ ਜੀ, ਆਰਾਮ ਕਮਾਈ ਨਹੀਂ ਚੰਗੀ ਨਾ ਐਸੀ ਖੱਟੀ ਖਟੀਏ ਜੀ, ਲੱਖ ਪਰਦੇਸਾਂ ਸੁੱਖ ਹੋਵਣ, ਲੱਖ ਪਰਦੇਸਾਂ ਸੁੱਖ ਹੋਵਣ ਆਪਣਾ ਦੇਸ਼ ਨਾ ਛੱਡੀਏ ਜੀ, ਲੱਖ ਪਰਦੇਸਾਂ ਸੁੱਖ ਹੋਵਣ ਆਪਣਾ ਦੇਸ਼ ਨਾ ਛੱਡੀਏ ਜੀ, ਆਖਰੀ ਸ਼ੇਰੇ ਕੁੱਲੀ ਕੁੱਲੀ ਛੱਡ ਕੇ ਅਰਸ਼ਦ ਬਗਾਨੇ ਘਰ ਨਾ ਵਸੀਏ ਜੀ, ਆਪਣੀ ਕੁੱਲੀ ਛੱਡ ਕੇ ਅਰਸ਼ਦ ਇਜਾਜ਼ਤ ਹੋਵੇ ਤੇ ਇੱਕ ਛੋਟੀ ਜੀ ਹੋਰ ਸੁਣਾ ਦਿਆਂ। ਹਾਂਜੀ ਜੀ ਬਿਲਕੁਲ ਬਿਲਕੁਲ ਰੰਧਾਵਾ ਜੀ ਬਿਲਕੁਲ ਜੀ ਜੀ ਬਹੁਤ ਅੱਛੀ। ਹਾਂ ਇਹ ਵੀ ਉਹਦੇ ਵਿੱਚ ਹੀ ਹੈ। ਸੁਣਿਆ ਹੈ ਕੈਨੇਡਾ ਵਾਲੇ ਬਹੁਤ ਮੌਜ ਉਡਾਉਂਦੇ ਨੇ। ਬਹੁਤ ਮੌਜ ਉਡਾਉਂਦੇ ਨੇ, ਬਾਸੀ ਰੋਟੀ ਤੇ ਫਰੋਜ਼ਨ ਫੂਡ ਉਹ ਖਾਂਦੇ ਨੇ। ਕੈਨੇਡਾ ਵਾਲੇ ਬਹੁਤ ਮੌਜ ਉਡਾਉਂਦੇ ਨੇ, ਬਾਸੀ ਰੋਟੀ ਤੇ ਫਰੋਜ਼ਨ ਫੂਡ ਉਹ ਖਾਂਦੇ ਨੇ, ਇੱਕ ਹੱਥ ਅੱਗੇ ਤੇ ਇੱਕ ਹੱਥ ਪਿੱਛੇ ਰਹਿੰਦਾ ਏ, ਇੱਕ ਹੱਥ ਅੱਗੇ ਤੇ ਇੱਕ ਹੱਥ ਪਿੱਛੇ ਰਹਿੰਦਾ ਏ, ਓਵਰ ਟਾਈਮ ਲਾ ਕੇ ਖੂਬ ਡਾਲਰ ਉਹ ਕਮਾਉਂਦੇ ਨੇ, ਓਵਰ ਟਾਈਮ ਲਾ ਕੇ ਖੂਬ ਡਾਲਰ ਉਹ ਕਮਾਉਂਦੇ ਨੇ, ਆਪੀ ਤੇ ਕਰਦੇ ਨੇ ਦਿਨ ਰਾਤ ਕੰਮ ਕਾਜ, ਆਪੀ ਤੇ ਕਰਦੇ ਨੇ ਦਿਨ ਰਾਤ ਕੰਮ ਕਾਜ, ਬੱਚਿਆਂ ਸੈਕਸ ਐਜੂਕੇਸ਼ਨ ਦਿਲਾਉਂਦੇ ਨੇ, ਆਪੀ ਤੇ ਕਰਦੇ ਨੇ ਦਿਨ ਰਾਤ ਕੰਮ ਕਾਜ, ਬੱਚਿਆਂ ਨੂੰ ਸੈਕਸ ਐਜੂਕੇਸ਼ਨ ਦਿਲਾਉਂਦੇ ਨੇ, ਸਾਰੀ ਉਮਰ ਦਿੰਦੇ ਰਹਿੰਦੇ ਨੇ ਮਕਾਨ ਦਾ ਕਰਜ਼ਾ, ਸਾਰੀ ਉਮਰ ਦਿੰਦੇ ਰਹਿੰਦੇ ਨੇ ਮਕਾਨ ਦਾ ਕਰਜ਼ਾ ਤੇ ਨਵੀਂ ਗੱਡੀ ਕਿਸ਼ਤਾਂ ਤੇ ਕਢਾਉਂਦੇ ਨੇ, ਸਾਰੀ ਉਮਰ ਦਿੰਦੇ ਰਹਿੰਦੇ ਨੇ ਮਕਾਨ ਦਾ ਕਰਜ਼ਾ ਤੇ ਨਵੀਂ ਗੱਡੀ ਉਹ ਕਿਸ਼ਤਾਂ ਤੇ ਕਢਾਉਂਦੇ ਨੇ। ਇੱਕ ਛੋਟੀ ਜੀ ਹੋਰ ਜੀ ਅਗਰ ਇਜਾਜ਼ਤ ਹੈ। ਕੋਈ ਨਹੀਂ ਠੀਕ ਹੈ ਸੁਣੋ ਜੀ। ਜਗ ਬੀਤੀ ਨੂੰ ਦੁਹਰਾਨਾ ਮੈਂ, ਜਗ ਬੀਤੀ ਨੂੰ ਦੁਹਰਾਵਾਂ ਮੈਂ, ਇੱਕ ਯਾਰ ਦੀ ਗੱਲ ਸੁਣਾਵਾਂ ਮੈਂ, ਜਗ ਬੀਤੀ ਨੂੰ ਦੁਹਰਾਵਾਂ ਮੈਂ, ਇੱਕ ਯਾਰ ਦੀ ਗੱਲ ਸੁਣਾਵਾਂ ਮੈਂ, ਸਾਰਾ ਦਿਨ ਉਹ ਕੰਮ ਕਰਦਾ, ਸਾਰਾ ਦਿਨ ਉਹ ਕੰਮ ਕਰਦਾ, ਰਾਤੀ ਕਾਰ ਉਹ ਆ ਵੜਦਾ, ਸਾਰਾ ਦਿਨ ਉਹ ਕੰਮ ਕਰਦਾ, ਰਾਤੀ ਕਾਰ ਉਹ ਆ ਵੜਦਾ,
एक दिन आके पुछदा है, एक दिन आके पुछदा है, विचों बहुता डरदा है, एक दिन आके पुछदा है, विचों बहुता डरदा है, हिम्मत करके कहंदा है आज की जानो पक्या है, हिम्मत करके कहंदा है आज की जानो पक्या है, ओ कहंदी कुछ ना पक्या है, ओ कहंदी कुछ ना पक्या है, कार दी खा के दिल अक्या है, ओ कहंदी कुछ ना पक्या है, कार दी खा के दिल अक्या है, अज सानू छुट्टी करा दियो जी, अज पिज्जा तुसी मंगा दियो जी, अज सानू छुट्टी करा दियो जी, अज पिज्जा तुसी मंगा दियो जी, आखरी शेरे फिर पार्क नू दोवे जावां दे, फिर पार्क नू दोवे जावां दे, अज अरशद मौज उड़ावां दे, फिर पार्क नू दोवे जावांगे, अज अरशद मौज उड़ावांगे। बहुत बढ़िया जी, बहुत बढ़िया जी, काफी चिरा बाद साडे नाल शामिल होई सी, बहुत बढ़िया कविता, बड़िया प्यारिया, कनेडा का भी सुनाता, पंजाब का भी सुनाता, सारा ही सुनाता। साडे लोगों की मेहरबानी, तुहाडी मेहरबानी, जिन्ना महफिल सजाई है और लोगों नू अपने अपने ख्याल जाहिर करने का मौका दिता है, मेहरबानी, शुक्रिया, मेहरबानी। बहुत ही प्यारे दोस्त ते सज्जन साडे जिहड़े के कॉर्नवाल तो उन्होंने पहला तो मोन्ट्रियल ही होंदे सी, हुण कॉर्नवाल चले गए, वो भी बड़े सरगर्म रहिंदे यूम ते बड़े प्रोग्राम करदे आ, मेरा ख्याल भाई विक्री करदे आ, मेरी मुराद डॉक्टर मोनिका जी तो, मैं उन्होंने बेनती करदा कि वो अपनी दो कवितावां तुहाडे नाल सांझियां करन। डॉक्टर मोनिका जी जी धन्यवाद, थैंक यू, मेहरबानी। ठीक है, तो मैं पहले पंजाबी दी पेश करदी हां। बिल्कुल। है इंसान दा धर्म, इंसान दा धर्म इंसान करे सजदे, इंसान दा करम इंसान करे डट के, इंसान दे असूल उन्हें करती बल्ले बल्ले, अपने उपर रखे रब नू थले बैठे तराशे धर्म नू, कदी जवाब देना पै गया तो सामने कर दवे रब नू, तू है ता मिट्टी दा पुतला ही ना, तराशता है मिट्टी मिट्टी पत्थर का नू, तू जवाब दे अपने कर्मा दा ना कैद कर पैगंबर परमात्मा नू, इंसान दा रब किते बार नहीं, वो इंसान दे दिल च वसदा, अटल विश्वास अपने आप ते बना, अटल असूल अपने आप ते उतार, निकलन दे रब दी सदा अपने दिलों, बल्ले बल्ले अमन मित्रता दी मना। वाह, बहुत सुंदर। तो एक प्रश्न है हिंदी में। प्यार से जरूर जरूर। थैंक यू। प्यार से प्यार तक, जब प्यार से मिली नजरें चिंगारियां आर पार हो गई, जब प्यार से मिली नजरें चिंगारियां आर पार हो गई, तब मतलब जाना जीने का, जिंदगी हाथ साम हमारे साथ हो गई, धड़कते दिल के द्वार पर जैसे सावन की पुकार हो गई, मानसून का मौसम नहीं बिन बादल बरसात हो गई, अरमानों की गलियों में कलियां खिलकर शबाब हो गई, जुनून हुआ जीने का हर पल, हर घड़ी हमसे अलहदा बर्पा हो गई, लहरों ने मचाई हलचल, शमा प्यासे परिंदों की उड़ान हो गई, आंधी तूफान ने मचाया शोर, होशी बेपरवाह मदहोशी हो गई, पांव उड़ने लगे जमीन से धरती कायनात सांझी हो गई, बेमकसद लापरवाह पांव उड़ने लगे जमीन से धरती कायनात सांझी हो गई, चिंगारियां बन गई शोले, बेमकसद लापरवाह लाचार हो गई, घोंसले में रख दिए कदम, फिर से चिंगारियों की बौछार हो गई। वाह,
ब्यूटीफुल बहुत बढ़िया जी बहुत बढ़िया बोल का जी थैंक यू बहुत बढ़िया बहुत सो बढ़िया मेरे मेरे ख्याल भी बहुत बढ़िया है बलविंदर कौर है अपने बलविंदर कौर मैं दिसे नहीं कि नहीं है ना मैं भी लगे मैं दिसे नहीं कि चलो कोई नहीं चलो बचन साई पैट हूं मैं हां जी बचन साई पैट तो कौन ने बचन अंबिका जी हिंदी च लिखदे बड़े गाहे बगाहे तुहानू कितना कितना मिलदे ही रहिंदे मेरा ख्याल रेडियो हम सफर ते भी प्रोग्राम करदे बड़ा प्यारा प्रोग्राम होता है हिंदी च प्रोग्राम करदे मैं बेनती करदा अंबिका जी नूं कि अंबिका शर्मा जी अपनी दो कवितावां तुहाडे नाल सांझियां करनगे से पहले अंबिका जी बहुत ये बताएं आप सबको मेरी आवाज साफ आ रही है हां जी बिल्कुल बिल्कुल सबको नमस्कार सारिया नूं सत श्री अकाल आई होप मैं सही पंजाबी बोल रही हूं और बहुत बहुत आप सबका धन्यवाद पंजाबी कलम केंद्र का यहाँ बुलाने के लिए और इतने सारे लोग आए हैं सबको देखकर बहुत मित्र भी यहाँ दिख रहे हैं जो कभी कभी फोन नहीं उठाते हैं तो वो भी आज यहाँ पकड़े गए हैं तो अच्छा सबके भी बहुत अच्छा लग रहा है मेरी पंजाबी भी बहुत इंप्रूव हो रही है और अलग अलग लोग अलग अलग जब कभी पढ़ते हैं तो यकीन जानिए बहुत अच्छा लगता है सुन करके सीखने को सबसे ज्यादा मिलता है क्योंकि अभी तो बस सीख ही रहे हैं इतना कुछ आता नहीं है तो मेरी दो कविताएं हैं एक हिंदुस्तानी में हिंदी में है और एक अंग्रेजी में भी है पर मैं सोच रही हूँ कि मैं हिंदी की ही दोनों पढूं या एक अंग्रेजी भी पढूं तो ये है एक कविता जो माँ के ऊपर लिखी है मैं मुझे लगता है मैंने पढ़ी नहीं है तो मैं इसको पढ़ती हूँ अभी ये है बिटिया साथ समंदर पार शायद आप में से कई लोगों ने सुनी होगी तो इंडिया से जब आते हैं तो बड़े सारे अचार पापड़ वापड़ जब आते हैं घर पे तो क्या क्या होता है और कैसे बंद के आता है या पाकिस्तान से हम आते हैं तब हमारे साथ सामान जब आता है बंद के तो उस पर है ये अब जो निकले घर चौखट से जाने कब जाना हो घर बार दूर देश है बिटिया तेरी नए हर साथ समंदर पार पापड़ चटनी और अचार बनकर आता माँ का प्यार मिर्च मसाले अल्लम गल्लम मीलों की दूरी तय करता हर बार कुछ तीखे जैसे माँ की घुड़की कुछ मीठे जैसे उसकी मनुहार पापड़ चटनी और अचार बनकर आता माँ का प्यार ढूंढ ढूंढ कर ओना कोना जाने क्या क्या ले आती है क्या करना है कह दो अगर तो आंखों से आंसू टपकाती है मेरी ख्वाहिश मेरी खुशियां बस यही है उसका संसार पापड़ चटनी और अचार बनकर आता माँ का प्यार माँ कहती है जाने कितना दुबलाती है राम जाने कुछ खाती भी है अब की डॉक्टर को दिखला दो पापा को ताकीद हजार पापड़ चटनी और अचार बनकर आता
माँ का प्यार। वाह जी वाह, क्या बात, बहुत बढ़िया जी। माँ कहती है, माँ कहती है, अब की बरस बस वापस आ जा, तुम बिन सोना घर दरवाजा, दिवाली के दिए हैं मध्यम, होली के रंग फीके इस बार, पापड़ चटनी और अचार, बहुत सुंदर बन कर आता माँ का प्यार। माँ सुन, माँ सुन, तेरी यादों की भीनी गठरी जिस दिन भी खुल जाती है, ठंडी बर्फीली सर्दी में गुनगुनी धूप खिल जाती है। ब्यूटीफुल, ब्यूटीफुल, वेरी नाइस। तेरी गोदी में सर रखकर, तेरी गोदी में सर रखकर लगता है कुछ मुझको ऐसे, हफ्ते भर की भाग दौड़ के बाद मिल जाए ज्यों इतवार। वाह, पापड़ चटनी और अचार बनकर आता माँ का प्यार। एक एक और पढ़ने का वक्त होगा। जी जी जी, बिल्कुल बिल्कुल, पढ़ो पढ़ो जी जी। तो ये भी एक हिंदी की ही कविता है। अच्छा। न परखा हो तुमने तो करना, न परखा हो तुमने तो करना, मैंने तो आजमाया है, वो दूसरे के दिल में भी धड़कता दिल ही पाया है, बहा है खून सड़कों पे, बहा है खून सड़कों पे, रंगे हैं खेत गलियारे, न देखा हो गर तो देखो ध्यान से, मैंने इसका रंग लाल ही पाया है, था बचपन उसका भी अलहड़, थी शोक खाबिदा उसकी जवानी भी, थी उसकी अम्मी की सेवियां, मेरी अम्मी के हलवे से, मेरी अम्मी के हलवे से जुदा, ये किसने बताया है। वाह, बहुत सुंदर। हम क्यों भड़कते हैं, बहकते हैं शोलों में, बांधते हैं सीमाएं अपनी, हुई थी दिवाली पे जब रोशनी, ईद में उसका आंगन मैंने सजाया है, न परखा हो तुमने तो करना, मैंने तो आजमाया है, वो दूसरे के दिल में भी धड़कता दिल ही पाया है, हुई थी आंख उसकी भी नम, हुई थी आंख उसकी भी नम, था उसकी आंख से भी टपका लहू, वो आंसू मैंने जब बहाया है, कंधा उसने भी अपना बढ़ाया है। बहुत सुंदर। परखा हो तुमने तो करना, मैंने तो आजमाया है। बहुत अदब कायदे भगवान और अल्लाह, ये तो कायम है और पाविज हैं, न समझा हो तो समझ लेना, इंसानियत पे जो मजहब को आजमाया है। वो नुक्कड़ पे मिला रोता बच्चा, वो नुक्कड़ पे मिला रोता बच्चा, था वो मुसलमान या हिंदू कैसे समझूं, था वो मुसलमान या हिंदू कैसे समझूं, टपकते आंसुओं ने अपना मजहब मुझे कहां बताया है। वाह 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 वाह, न परखा हो तुमने तो करना, मैंने तो आजमाया है, वो दूसरे के दिल में भी धड़कता दिल ही पाया है। बहुत सुंदर, बहुत सुंदर, बहुत अच्छा, ब्यूटीफुल, वेरी नाइस। बहुत मजा आया, बहुत मजा आया, बिल्कुल बहुत ही बढ़िया कविता वो दोनों ही। हुण मैं बेनती करदा, मेरा ख्याल भी रोमी जी मेरा ख्याल शामिल, अवजिंदर रोमी जो शामिल हो गए, तो प्लीज
ਮੇਰਾ ਖਿਆਲ ਉਹਨਾਂ ਦੀ ਹਾਂ ਜੀ ਅੱਜ ਮੈਂ ਜੁਆਇਨ ਹੋ ਗਿਆ ਜੀ ਸੌਰੀ ਮੈਂ ਲੇਟ ਹੋ ਗਿਆ ਹੈਲੋ ਹਾਂ ਜੀ ਹਾਂ ਜੀ ਮੈਂ ਰੋਮੀ ਬੋਲ ਰਿਹਾ ਜੀ ਹੈਲੋ ਹੈਲੋ ਅਵਜਿੰਦਰ ਰੋਮੀ ਜੀ ਜੀ ਬਿਲਕੁਲ ਬੋਲ ਰਿਹਾ ਜੀ ਹਾਂ ਜੀ ਬੜੇ ਚਿਰਾਂ ਬਾਅਦ ਬੜੇ ਚਿਰਾਂ ਦਾ ਦਰਸ਼ਨ ਹੋਏ ਸੇਮ ਹੇਅਰ ਜੀ ਹਾਂ ਜੀ ਇਦਾਂ ਹੀ ਹੈ ਜਿਵੇਂ ਦੋ ਗੱਲਾਂ ਉਸੇ ਤਰ੍ਹਾਂ ਸਾਂਝੀਆਂ ਕਰੋ ਆਪਣੀਆਂ ਮੈਨੂੰ ਪਤਾ ਤੁਹਾਡੀਆਂ ਬੜੀਆਂ ਬਹੁਤ ਪਿਆਰੀਆਂ ਪਿਆਰੀਆਂ ਗੱਲਾਂ ਨਹੀਂ ਗੱਲਾਂ ਤੇ ਵੇਖੋ ਇਹੀ ਹੁੰਦੀਆਂ ਨੇ ਕਿ ਜੋ ਤੁਹਾਨੂੰ ਚੰਗੀਆਂ ਲੱਗ ਜਾਣ ਤੇ ਉਹ ਵਧੀਆ ਨੇ ਤੇ ਜੇ ਨਾ ਚੰਗੀਆਂ ਲੱਗਣ ਤੇ ਫਿਰ ਉਹ ਇਹਦੇ ਤੇ ਛੱਡ ਦਿੰਦੀਆਂ ਨੇ ਕਿ ਕੋਈ ਗੱਲ ਨੀ ਆਵਾਜ਼ ਕਲੀਅਰ ਆ ਰਹੀ ਹੈ ਹਾਂਜੀ ਬਹੁਤ ਕਲੀਅਰ ਠੀਕ ਹੈ ਜੀ ਚਲੋ ਮੈਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਆਪਣੀਆਂ ਕੁਝ ਕੁ ਤਰੰਨਮ ਵਾਲੀਆਂ ਗਜ਼ਲਾਂ ਦੇ ਵਿੱਚੋਂ ਕੁਝ ਪਹਿਲਾਂ ਤੁਹਾਨੂੰ ਸ਼ੇਅਰ ਫਿਰ ਇੱਕ ਦੋ ਗਜ਼ਲਾਂ ਤੁਹਾਡੇ ਅੱਗੇ ਰੱਖਾਂ ਕਿੰਨਾ ਕੁ ਟਾਈਮ ਮੈਂ ਮੇਰੇ ਲਈ ਹੈਗਾ ਜੀ ਹੈਲੋ ਦੋ ਗਜ਼ਲਾਂ ਦਾ ਟਾਈਮ ਹੈ ਜੀ ਸਾਰਿਆਂ ਲਈ ਦੋ ਦੋ ਕਵਿਤਾਵਾਂ ਬੋਲ ਰਹੇ ਸਾਰੇ ਠੀਕ ਹੈ ਜੀ ਚਲੋ ਮੇਰੀਆਂ ਜਿਹੜੀਆਂ ਗਜ਼ਲਾਂ ਹੈਗੀਆਂ ਉਹ ਪਿਆਰ ਮੁਹੱਬਤ ਦੇ ਉੱਤੇ ਆਵਾਜ਼ ਕੱਟ ਰਹੀ ਹੈ ਜਦੋਂ ਤੁਸੀਂ ਬੋਲਦੇ ਹੋ ਤੇ ਮੈਨੂੰ ਆਵਾਜ਼ ਸੁਣਾਈ ਨਹੀਂ ਦਿੰਦੀ ਚੇਂਜ ਹੋ ਜਾਊਗਾ ਮਾਹੌਲ ਠੀਕ ਹੈ ਜੀ ਹੁਣ ਮੈਂ ਇੱਕ ਗੱਲ ਕਰਨ ਲੱਗਾ ਬੜੀ ਇੱਕ ਦੁਨਿਆਵੀ ਜੀ ਗੱਲ ਹੈ ਕਿ ਗ੍ਰੰਥ ਨੇ ਦੱਸ ਦੇ ਰੱਬ ਮਿਲ ਸਕਦਾ ਏ ਸੱਜਣਾ ਤੈਨੂੰ ਲੱਭਣਾ ਪੈਣਾ ਗ੍ਰੰਥ ਨੇ ਦੱਸ ਦੇ ਰੱਬ ਮਿਲ ਸਕਦਾ ਏ ਸੱਜਣਾ ਤੈਨੂੰ ਲੱਭਣਾ ਪੈਣਾ ਸਾਹਾਂ ਦੀ ਜਦ ਮੁੱਕ ਗਈ ਪੂੰਜੀ ਇਹ ਜਹਾਨ ਤੇ ਛੱਡਣਾ ਪੈਣਾ ਔਰ ਇੱਕ ਬੜੀ ਵਧੀਆ ਇਹਦੇ ਵਿੱਚ ਇੱਕ ਗੱਲ ਕਹਿ ਰਿਹਾ ਇਸ਼ਕ ਹਕੀਕੀ ਠੀਕ ਹੈ ਤੁਹਾਡੀ ਆਵਾਜ਼ ਸੁਣਦੀ ਹੈ ਬਿਲਕੁਲ ਵਧੀਆ ਇਸ਼ਕ ਹਕੀਕੀ ਯਾ ਹੈ ਮਜਾਜੀ ਅਜਬ ਇਸ ਦਾ ਦਸਤੂਰ ਤੱਕਿਆ ਮੁਹੱਬਤ ਦੇ ਇਸ ਸਾਗਰ ਵਿੱਚੋਂ ਪਾਰ ਲੰਘਣ ਲਈ ਡੁੱਬਣਾ ਪੈਣਾ ਮੁਹੱਬਤ ਦੇ ਇਸ ਸਾਗਰ ਵਿੱਚੋਂ ਪਾਰ ਲੰਘਣ ਲਈ ਡੁੱਬਣਾ ਪੈਣਾ ਤੇ ਜਦੋਂ ਇਹ ਪੈਂਡੈਮਿਕ ਸ਼ੁਰੂ ਹੋਇਆ ਨਾ ਤੇ ਉਦੋਂ ਮੈਂ ਸੋਚਿਆ ਕੁਛ ਲਿਖੀਏ ਤੇ ਫਿਰ ਮੈਂ ਉਦੋਂ ਬਾਅਦ ਲਿਖ ਨਹੀਂ ਪਾਇਆ ਇੱਕ ਹੀ ਦੋ ਇੱਕ ਸ਼ੇਅਰ ਲਿਖਿਆ ਸੀਗਾ ਉਹ ਤੁਹਾਡੇ ਨਾਲ ਸਾਂਝਾ ਕਰਨਾ ਇੰਜ ਲੱਗਦਾ ਏ ਸਖਤ ਸਮਾਏ ਇੰਜ ਲੱਗਦਾ ਏ ਸਖਤ ਸਮਾਏ ਪਰ ਸਮੇਂ ਕਦੇ ਇੱਕ ਸਾਰ ਨਹੀਂ ਰਹਿੰਦਾ ਇਹ ਸਮਾਂ ਵੀ ਗੁਜ਼ਰ ਜਾਏਗਾ ਇੱਕ ਦੂਜੇ ਨੂੰ ਇੰਜ ਸਮਝਾਈਏ ਇਹ ਸਮਾਂ ਵੀ ਗੁਜ਼ਰ ਜਾਏਗਾ ਇੱਕ ਦੂਜੇ ਨੂੰ ਇੰਜ ਸਮਝਾਈਏ ਔਰ ਅੱਜ ਲੱਗਦਾ ਕਿ ਉਹ ਸਮਾਂ ਲੰਘਦਾ ਜਾ ਰਿਹਾ ਬਿਲਕੁਲ ਚਲੋ ਜੀ ਮੈਂ ਹੁਣ ਥੋੜੀ ਤਰੰਨਮ ਚੇਂਜ ਕਰ ਲਵਾਂ ਤੇ ਗਜ਼ਲ ਹੈ ਮੇਰੀ ਪਿਆਰ ਨੂੰ ਲੱਭਦੀ ਏ ਦੁਨੀਆ ਕਹਿੰਦੀ ਪਿਆਰ ਗੁੰਮ ਹੈ ਪਿਆਰ ਨੂੰ ਲੱਭਦੀ ਏ ਦੁਨੀਆ ਕਹਿੰਦੀ ਪਿਆਰ ਗੁੰਮ ਹੈ ਪਿਆਰ ਨੂੰ ਲੱਭਦੀ ਏ ਦੁਨੀਆ ਕਹਿੰਦੀ ਪਿਆਰ ਗੁੰਮ ਹੈ ਦੇ ਨਹੀਂ ਕਰ ਨਹੀਂ ਸਕਦੀ ਕਿਸੇ ਦਾ ਕਰ ਨਹੀਂ ਸਕਦੀ ਕਿਸੇ ਦਾ ਕਹਿੰਦੀ ਸਤਕਾਰ ਗੁੰਮ ਹੈ ਪਿਆਰ ਨੂੰ ਲੱਭਦੀ ਏ ਦੁਨੀਆ
इस जहान बदलन दे लई किसनू बदलना पेगा, इस जहान बदलन दे लई किसनू बदलना पेगा, आपा किसे छड़िया ही नहीं, आपा किसे छड़िया ही नहीं, कहिंदी किरदार गुम है, आपा किसे छड़िया ही नहीं, कहिंदी किरदार गुम है, प्यार नू लभदी है दुनिया, पंजां दे विच है साजिया जिस मिट्टी नू सोने रूप विच, पंजां दे विच है साजिया जिसने मिट्टी नू सोने रूप विच, कादर नू पुल कुदरत च डुबी, कादर नू पुल कुदरत च डुबी, कहिंदी इकरार गुम है, इकरार ते कीता ही ना कि रब तेनू लभांगे ही, कादर च डुब कादर नू पुल कुदरत च डुबी, कहिंदी किरदार गुम है, प्यार नू लभदी है दुनिया, वजूद है दम आउण ते पल दाता रोमी खबर नहीं, वजूद है दम आउण ते पल दीता रोमी खबर नहीं, कर वरियां दा सामान इकट्ठा, कर वरियां दा सामान इकट्ठा, कहिंदी शुक्र गुजार गुम है, कर वरियां दा सामान इकट्ठा, कहिंदी शुक्र गुजार गुम है, प्यार नू लभदी है दुनिया, जान भी देन तैयार हां, दूजे पास जा कहिंदा यार उहदे कोल ते खलोण नू दिल नहीं करदा, ते ओह इक गजल है ओह भी तुहाडे अगे मैं पेश करना, ते नाले मैं जिन्ना भी इह ऑर्गेनाइज़ जिन्ना ने कीता उहनां दा बहुत बहुत तुहाडा थैंक यू, बहुत बहुत शुक्र गुजार हाँ, मेहनत करके इथो तक इस लैवल ते असी पिछले साल मिस कीता सब ने, पर तुसी बहुत बहुत जिने भी ऑर्गेनाइजेशन ने सारे ही उन्हां नूं मुबारकां, उन्हां नूं साडे वल्लों दिलों और दिलों कहिंदे आ कि शुक्र गुजार करते हाँ, मेहरबानी, नो प्रॉब्लम। ते अगली गजल है मेरी अपना जिहड़ी इहदे नाल ही ढुकवी है, कहिंदे अज ते है बहर, मैं चेंज करती है, कहिंदे अज ते है कल नहीं, इनू प्यार नहीं कहिंदे, अज ते है कल नहीं, इनू प्यार नहीं कहिंदे, कदे चुकना कदे शिकवे इनू सत्कार नहीं कहिंदे, कदे चुकना कदे शिकवे इनू सत्कार नहीं कहिंदे, भला लखां दा करदा ए भंडारे थां थां लावे, भला लखां दा करदा ए भंडारे थां थां लावे, उदानी हो ते सकदा ए, गौर करना इस गल ते, उदानी हो ते
ਸਕਦਾ ਏ ਉਹਨੂੰ ਦਾਤਾਰ ਨਹੀਂ ਕਹਿੰਦੇ ਉਹ ਦਾਨੀ ਹੋ ਤੇ ਸਕਦਾ ਏ ਉਹਨੂੰ ਦਾਤਾਰ ਨਹੀਂ ਕਹਿੰਦੇ ਔਰ ਇੱਕ ਰੂਹਾਨੀ ਇੱਕ ਸ਼ੇਰ ਆਪ ਜੀ ਨਾਲ ਸ਼ੇਅਰ ਕਰਨ ਲੱਗਾ ਖਾਲਿਕ ਹੈ ਜੋ ਸ੍ਰਿਸ਼ਟੀ ਦਾ ਉਹ ਕਣ ਕਣ ਵਿੱਚ ਸਮਾਇਆ ਏ ਖਾਲਿਕ ਹੈ ਜੋ ਸ੍ਰਿਸ਼ਟੀ ਦਾ ਉਹ ਕਣ ਕਣ ਵਿੱਚ ਸਮਾਇਆ ਏ ਅਰਸ਼ਤੇ ਹੈ ਫਰਸ਼ਤੇ ਨਹੀਂ ਫਰਸ਼ਤੇ ਹੈ ਅਰਸ਼ਤੇ ਨਹੀਂ ਉਹਨੂੰ ਨਿਰੰਕਾਰ ਨਹੀਂ ਕਹਿੰਦੇ ਜੋ ਇੱਥੇ ਹੈ ਤੇ ਉੱਥੇ ਨਹੀਂ ਉਹਨੂੰ ਨਿਰੰਕਾਰ ਨਹੀਂ ਕਹਿੰਦੇ ਔਰ ਇੱਕ ਬੜਾ ਹੀ ਪਿਆਰਾ ਜਿਹਾ ਸ਼ੇਰ ਖਿਆਲਾਂ ਵਿੱਚ ਬਣਾ ਮੂਰਤ ਭਾਵੇਂ ਰੋਜ਼ ਮਿਲਿਆਵਾਂ ਖਿਆਲਾਂ ਵਿੱਚ ਬਣਾ ਮੂਰਤ ਭਾਵੇਂ ਰੋਜ਼ ਮਿਲਿਆਵਾਂ ਜੇ ਨੈਣਾ ਨੇ ਤੱਕਿਆ ਨਹੀਂ ਜੇ ਨੈਣਾ ਨੇ ਤੱਕਿਆ ਨਹੀਂ ਉਹਨੂੰ ਦੀਦਾਰ ਨਹੀਂ ਕਹਿੰਦੇ ਜੇ ਨੈਣਾ ਨੇ ਤੱਕਿਆ ਨਹੀਂ ਉਹਨੂੰ ਦੀਦਾਰ ਨਹੀਂ ਕਹਿੰਦੇ ਔਰ ਜ਼ਿੰਦਗੀ ਦਾ ਇੱਕ ਤਜਰਬਾ ਕਿ ਜ਼ਿੰਦਗੀ ਬੋਲ ਕੇ ਦੱਸੇ ਕਿ ਕਿਰਦਾਰ ਕੈਸਾ ਜ਼ਿੰਦਗੀ ਬੋਲ ਕੇ ਦੱਸੇ ਕਿ ਕਿਰਦਾਰ ਹੈ ਕੈਸਾ ਮੈਂ ਹੁਣ ਇਸ ਲਾਈਨ ਤੇ ਅਗਲੀ ਤੇ ਜ਼ਰੂਰ ਕਵਾਂਗਾ ਕਿ ਜ਼ਰੂਰ ਤਵੱਜੋ ਦੇਣਾ ਕਿ ਕਾਗਜ਼ ਦੇ ਫੁੱਲ ਬਗੀਚੇ ਨੂੰ ਕਾਗਜ਼ ਦੇ ਫੁੱਲ ਬਗੀਚੇ ਨੂੰ ਕਦੇ ਗੁਲਜ਼ਾਰ ਨਹੀਂ ਕਹਿੰਦੇ ਕਾਗਜ਼ ਦੇ ਫੁੱਲ ਬਗੀਚੇ ਨੂੰ ਕਦੇ ਗੁਲਜ਼ਾਰ ਨਹੀਂ ਕਹਿੰਦੇ ਸ਼ਰਮਿੰਦਾ ਉਹ ਨਹੀਂ ਹੁੰਦਾ ਜਿਹਦੇ ਇਖਲਾਕ ਚੰਗੇ ਨੇ ਸ਼ਰਮਿੰਦਾ ਉਹ ਨਹੀਂ ਹੁੰਦਾ ਜਿਹਦੇ ਇਖਲਾਕ ਚੰਗੇ ਨੇ ਹੋਵੇ ਮੁਰੀਦ ਕਰੇ ਤਲਖੀ ਹੋਵੇ ਮੁਰੀਦ ਕਰੇ ਤਲਖੀ ਉਹ ਖਾਕ ਸਾਰ ਨਹੀਂ ਕਹੀ ਉਹਨੂੰ ਖਾਕ ਸਾਰ ਨਹੀਂ ਕਹਿੰਦੇ ਹੋਵੇ ਮੁਰੀਦ ਕਰੇ ਤਲਖੀ ਉਹਨੂੰ ਖਾਕ ਸਾਰ ਨਹੀਂ ਕਹਿੰਦੇ ਤੇ ਅਖੀਰ ਚ ਇੱਕ ਗੱਲ ਕਹਿਣਾ ਕਿ ਲਫਜ਼ਾਂ ਚ ਤਾਕਤ ਹੈਰੋਮੀ ਰੁਲਾ ਦੇਵੇ ਹਸਾ ਦੇਵੇ ਲਫਜ਼ਾਂ ਚ ਹੈ ਤਾਕਤ ਰੋਮੀ ਰੁਲਾ ਦੇਵਨ ਹਸਾ ਦੇਵਨ ਅੱਖ ਦਾ ਜੋ ਬਣੇ ਹੰਝੂ ਅੱਖ ਦਾ ਜੋ ਬਣੇ ਹੰਝੂ ਹੈ ਗੱਲ ਬੇਕਾਰ ਨਹੀਂ ਕਹਿੰਦੇ ਅੱਖ ਦਾ ਜੋ ਬਣੇ ਹੰਝੂ ਹੈ ਗੱਲ ਬੇਕਾਰ ਨਹੀਂ ਕਹਿੰਦੇ ਅੱਜ ਤੇ ਹੈ
कल नहीं इनू प्यार नहीं कहीं दे कदे चुकना कदे शिकवे इनू सत्कार नहीं कहीं दे अज ते है कल नहीं इनू प्यार नहीं कहीं दे बहुत बहुत शुक्रिया जी रंग बन दिता रोमी ने काफी चिर बाद इन्होंने शिरकत की प्रोग्राम के बच्चे हुण मैं बेनती करदा वह भी अपने लफजां दी लोए दे विच पहली वारी पैर धरावा कर रहा पंजाबी कलम केंद्र दे प्रोग्राम दे विच पहला नहीं वह शामिल होए ते वह नौजवान शायर ने जिहड़ी मैं पहला भी गल कह खड़ा कि कोई लहिंदा पंजाब कोई चढ़दा पंजाब नहीं पंजाब पंजाब है ते वह साडे नाल शामिल हो चुके आ उन्हां दा नाम है जी फैजल चौधरी जी बहुत धन्यवाद जी सारे भरावां नूं वीरां नूं वड्डियां नूं तुहानूं सति श्री अकाल और तुहाडी इजाजत दे नाल जो कुछ मेरी इस नाकस अकल और कम इलमी दे तहत जो भी मेरे जज्बात ने मैं तुहाडे सारे नाल सांझे करदा ते सिर्फ एक छोटी जी है गुजारिश की भाई तुहानूं मैं दसणा पे क्योंकि मैं वो गड्डी खिलार के मैं फोन मैं रस्ते च सी मैं क्या फिर मिस हो जाएगा प्रोग्राम तो मेरी वीडियो नहीं आएगी लेकिन मैंने दस्यो तुसी तुहानू अगर आवाज आएगी क्योंकि मैं फोन दे विचों ही वो लभ के मैं पढ़ांगा ते तुहानू पहुंच जाएगा। अच्छा हाँ जी आवाज आ रही है सर जी जी बिल्कुल चलो दो चीजा ने थोड़े नाल सांझियां करनियां ने एक तो ये शायद एक दो बंद ने पहले किधरे सुनी होवे कोई अपना ग्रां होवे सारे इतने पंजाबी लोग ने पिंडा दे लोग ने तो सारे नू जज्बात दे महसूस करनगे कोई अपना ग्रां होवे कोई अपना ग्रां होवे लम्मे मंजी ते पविए उत्ते तूतां दिछां होवे कोई अपना ग्रां होवे ਨਿਵੀਆਂ ਹੋਣ ਕੰਧਾਂ ਖੁੱਲੇ ਹੋਵਣ ਬੂਹੇ ਨਿਵੀਆਂ ਹੋਣ ਕੰਧਾਂ ਖੁੱਲੇ ਹੋਵਣ ਬੂਹੇ ਵੱਡਾ ਹੋਵੇ ਸਾਡਾ ਵਿਹੜਾ ਹੱਥ ਵਿੱਚ ਮੱਖਣੇ ਦਾ ਪੇੜਾ ਅੱਬਾ ਟੁੱਕੇ ਬਾਲਣ ਬੇਬੇ ਚਾੜੇ ਸਾਲਣ ਅੱਬਾ ਟੁੱਕੇ ਬਾਲਣ ਬੇਬੇ ਚਾੜੇ ਸਾਲਣ ਬੱਚੇ ਖੋ ਕੇ ਲਿਆਵਣ ਮਰਚਾਂ ਕੱਚੀਆਂ ਜੋ ਸਾੜਣ ਦੁੱਧ ਹੋਵੇ ਕਰਦਾ ਦਹੀਂ ਵੀ ਆਪੇ ਜਮਾਈਏ ਦੁੱਧ ਹੋਵੇ ਕਰਦਾ ਦਹੀਂ ਵੀ ਆਪੇ ਜਮਾਈਏ ਤੁਕਦੇ ਤੰਦੂਰ ਦੀ ਰੋਟੀ ਆਪਾਂ ਸਾਰੇ ਰਜ ਕੇ ਖਾਈਏ ਪਾਣੀ ਹੋਵੇ ਖੂਹ ਦਾ ਹੋਵੇ ਮਿੱਠਾ ਤੇ ਕੋਰਾ ਪਾਣੀ ਹੋਵੇ ਖੂਹ ਦਾ ਹੋਵੇ ਮਿੱਠਾ ਤੇ ਕੋਰਾ ਹੋਵੇ ਲੱਸੀ ਦੀ ਗੜਵੀ ਤੇ ਕੱਚੀ ਦਾ ਕਟੋਰਾ ਹੁਣ ਮਿੱਟੀ ਦੇ ਭਾਂਡੇ ਜਿਹੜੇ ਸਜਣਾ ਲਿਆਂਦੇ ਹੁਣ ਮਿੱਟੀ ਦੇ ਭਾਂਡੇ ਜਿਹੜੇ ਸਜਣਾ ਲਿਆਂਦੇ ਹੁਣ ਕੱਚੀਆਂ ਕੰਨਾਂ ਤੇ ਕੱਚ ਦੀਆਂ ਵੰਗਾਂ ਫਸਲ ਉਹ ਜਿਹੜੀ ਰਾਈ ਹੋਵੇ ਬਾੜੀ ਉਹ ਜਿਹੜੀ ਬਾਈ ਹੋਵੇ ਬੰਦਾ ਟੁੱਕੇ ਲੱਕੜ ਆਪੋ ਕਵਾੜੀ ਹੱਥ ਵਿੱਚ ਚਾਈ ਹੋਵੇ ਔਰ ਵੇਖੋ ਜੀ ਜਿਹੜੇ ਜਾਨਵਰਾਂ ਨਾਲ ਪਿਆਰ ਕਰਦੇ ਨੇ ਕਿ ਕੁੱਤੇ ਕੁੱਕੜ ਦਾਂਦ ਤੇ ਘੋੜੇ ਕੁੱਤੇ ਕੁੱਕੜ ਦਾਂਦ ਤੇ ਘੋੜੇ ਦਿਨ ਰਾਤ ਉਹਨਾਂ ਦੇ ਪਿੱਛੇ ਦੌੜੇ ਆਟਾ ਫਲ ਤੇ ਸਬਜ਼ੀ ਕਰਦੀ ਕੁਝ ਮਿੱਠੇ ਤੇ ਕੁਝ ਕੌੜੇ ਮਲੇਰੇ ਹੋਵਣ ਫਫੇਰੇ ਹੋਵਣ ਅੱਗੇ ਪਿੱਛੇ ਮਸੇਰੇ ਹੋਵਣ ਇੱਥੇ ਤਾਂ ਸਾਰੇ ਕਜ਼ਨ ਨੇ ਨਾ ਸਾਡੇ ਕਲਚਰ ਚ ਫਰਕ ਆ ਰਿਸ਼ਤੇ ਦਾ ਮਲੇਰੇ ਹੋਵਣ ਫਫੇਰੇ ਹੋਵਣ ਅੱਗੇ ਪਿੱਛੇ ਮਸੇਰੇ ਹੋਵਣ ਨਸਲ ਹੋਵੇ ਦਾਦੇ ਦੀ ਸਾਰੀ ਰਿਸ਼ਤਿਆਂ ਦੇ ਕੇਰ ਹੋਵਣ ਤਾਇਆ ਚਾਚਾ ਤੇ ਫੁੱਫੀ ਮਾਸੀ ਮੇਰੇ ਨਖਰੇ ਤੇ ਉਹੀ ਚਾਸੀ ਭਰਾ ਬੇਬੇ ਦਾ ਹੈ ਜਿਹੜਾ ਮਾਵਾਂ ਮਾਂ ਵਾਂਗੂ ਜਿਸ ਦੀਆਂ ਚਾਵਾਂ ਲੰਗੋਟੀਏ ਨੇ ਯਾਰ ਜਿਹੜੇ ਲੰਗੋਟੀਏ ਨੇ ਯਾਰ ਜਿਹੜੇ ਤੁਰਦੇ ਰਹਿੰਦੇ ਖਾਲੀ ਬੇੜੇ
मैं आसा चन के ना आसान लांदे रहंदे फिर भी गेड़े पिंड दा मोची कर दा नाई पिंड दा मोची कर दा नाई कमचो जो करे सफाई उना दे सिर ते पग मेरी गमांडी दर्जी और अगे बंदे जी के कच्ची पकी केर ए बंद मेरा पसंदीदा है इस पूरे विचों के वेखो मेरे जज्बात ने मैं पहली तो दूसरी जमात उत्थे पढ़ी है बाकी सारी मैं कनेडा दी खाक छाणी है सारी जिंदगी लेकिन आज भी उन्हें उस्तादा दा असर है आज भी उन्हें उस्तादा दा असर है कच्ची पक्की दे उस्ताद सारे मुझ अमीर तू ओ अज भी पारे मैं अज भी नजरा चुका के वेखा मैं अज भी मिट्टी ओ अज भी तारे और आखिरी बन के जिथे थोड़ी होंदी सी बोती जिथे थोड़ी होंदी सी बोती इत्थे बोती भी यार थोड़ी ऐसे देश नू अग चुकाइए मुड़ के सजना पिंडा नू जाइए अगर टाइम है तो मैं तुहाडे नाल एक और जिहड़ी है कोई चौधरी साहब कमाल कर छड्या बहुत शुक्रिया एक नजम होर तुहानू मैं सुनाना जी ए थोड़ा जिहा बड़ा अलग वखरा इहदा रंग है के छण छण कर दी छाणनी वक्त वाली छण छण कर दी छाणनी वक्त वाली विचो लम्हे रेत दे वांग डुल दे पैनी छण छण कर दी छाणनी वक्त वाली विचो लम्हे रेत दे वांग डुल दे पैनी पैन कुल इंसान लांदे हिसाब अपना बेकार अमल सारे विचो रुड़ दे पैनी बजम दुनिया दी होई हुण जांदी खाली बजम दुनिया दी होई हुण जांदी खाली कम वाले लोक सारे टुरदे पैनी आसी वक्त साडा वी मेले मैशर दे विच वेख किवें शहनशाह वी अज तुलदे पैनी गरीब सी जेड़ा चाया हथ जामे कौसर अमीरां दे पेट किवें खुलदे पैनी जेड़ा सी वांग मेरे मुसाफर दो राहां दा तरकड़ी इंसाफ दी विच ओ चुलदे पैनी ते कासद करम होवे जे काली कमली वाले दा स्याकारां ते दर जन्नत दे खुलदे पैनी बहुत शुक्रिया जनाब बहुत वधिया जी बहुत बहुत अच्छे जी बहुत वधिया बड़ा बहुत खूबसूरत बहुत बढ़िया जी मैनूं पता तुसीं बड़े बिजी सिगे ते बिजी टाइम दे विच तुसी साडे लई वक्त कड्या सर दरअसल मैं एक्चुअली ओ फैमिली दा इवेंट मैं उथों जल्दी निकल आया ते मैं हुण गड्डी खलार दित्ती सी मैं क्या हुण जितनी देर च मैं घर पहुंचना ओ टाइम पूरा हो जाना मैं फिर गड्डी इत्थे खलारी प्लाजे विच मैं क्या मैं तुहानू टाइम देवांगा हुण मैं बाकियां नू सुणांगा ते बहुत शुक्रिया सर बहुत शुक्रिया बहुत ही खूबसूरत बहुत ही खूबसूरत बहुत ही मजा आया ते हुण मैं चाहना के साडे बहुत ही सत्कार ते प्यारे प्यारे सुरजीत सिंह पावा जी तुहाडे नाल शामिल होण ओह रंग तुहानूं पता हास भी लिखदे आ बड़ा बड़ा खूब ओह अपनियां दो कवितावां तुहाडे नाल सांझे करनगे आ जाओ मजा लैने आ पावा जी दे दिल्ली पासपोर्ट इच लगी सी लंबी जी कतार दिल्ली पासपोर्ट दफ्तर इच लगी सी लंबी जी कतार कोल मेरे आख लोता एक सोहना जा सरदार कोल मेरे आख लोता एक सोहना जा सरदार आखे पढ़े लिखे लगते हो तुहाडे कोल पैंता हो जरूर पढ़े लिखे लगते हो तुहाडे कोल पैंता हो जरूर ते जे पैन ही देन लगे हो तां एक कृपा करो हजूर सानू तां एक कृपा करो हजूर मेरा फार्म ही भरवा दिओ मेरा फार्म ही भरवा दिओ शक्ल तो तुसी एजेंट लगते हो जहाजे चढ़ा दिओ पुछा नाम दस मुंडिया कहिंदा जी सिंह लिख दिओ
नाम दस मुंडिया कहंदा जी सिंह स्वीटी लिख दियो ते रंग की लिखा तेरा कहंदा जी वीटी लिख दियो मां कृपाल ते प्यो कंगाल लिख दियो मां कृपाल ते प्यो कंगाल लिख दियो बैंक बैलेंस दा बड़ा बुरा हाल लिख दियो अखां दा रंग ब्लू अखां दा रंग ब्लू ते काले वाल लिख दियो सुरजीत पूछे भाई मदर टंग कहंदा जी लाल लिख दियो बहुत अच्छे जी बहुत अच्छे वेरी गुड बहुत बढ़िया जी बहुत बढ़िया बहुत कूल दूसरी भी इस तरह की सुना दें इजाजत हो हरजिंदर जी बिल्कुल बिल्कुल जिवें तुसी समझदे चाई चाई मंदर आया मुंह ते लाली खास चाई चाई मंदर आया मुंह ते लाली खास राम लुभाए कराई खोता गुमण दी अरदास राम लुभाए कराई खोता गुमण दी अरदास आखे शुकर है रब्बा खोता गुमया मेरा पावे अजे ना लब्बा फिर भी शुकर है तेरा पुछया राम लुभाए अरदास ए बड़ी निराली खोता गुमया खुशी ना तैथों जाए संभाली नतमस्तक हो बोलिया सुजीत रब दा शुकर गुमया सी जद मेरा खोता मैं बैठा नहीं सा उपर हड़ तो बचे जी जी हड़ तो बचे कविता का ना है हेलीकॉप्टर तो सुटे रस्से नाल लटके सन बंदे दस ते एक जनानी बंदे दस ते एक जनानी वेख के रस्से दी हालत बतली सलाह सारिया रल के कीती देनी ही पवेगी कुर्बानी देनी ही पवेगी एक कुर्बानी बेनाई मरन लई कौन तैयार आखिर एक बीबी ने यह आखदिया कीता मरना स्वीकार के बंदे ते औलाद लई नित मरदिया ही ने किस्मतों माड़िया बंदे ते औलाद लई नित मरदिया ही ने किस्मतों माड़िया दिल विनवी स्पीच अजे खत्म ही नहीं सी होई के बंदे सारे वजान लगे ताड़ियां बहुत बढ़िया पवन साहब क्या बात ठीक है जी बहुत बढ़िया बहुत बढ़िया तुसी ओ माहौल जड़ा बदल दिता सारा ही रंग बन दिता हुण इदां करो तुसी थोड़ी जी वेट करो मैं देखदा शायद भी मैनूं लगदा लोड़ पैणी है तुहाडी मैनूं बाद च अच्छा जी कोई प्रॉब्लम नहीं जेड़ी कविता तुसी कही है मैं सामने रखी हुई है कहानी शायद लोड़ी पैणी मेरे को लगदा ठीक है कोई गल जदों हुकम करोगे मेहरबानी सो हुण बड़ा मजा आया जी माहौल चेंज हो गया हुण साढ़े बहुत ही सत्कारयोग मनजीत सिंह जी चातरक तुहाडे नाल दो कवितावां सांझियां करनगे तुसी सारे ही जाणदे कि किन्ने वधिया आर्टिस्ट आ उहो पेंटर ते आपां देखदे रहिंदे उहदियां पेंटिंग्स बणाईआं सदाई बड़ियां मन नूं मोहदियां ते हुण जे आपां इह आस करदे कि आपां उहनां दीआं कवितावां सुणीए ते आओ सरजीत सिंह सॉरी मनजीत सिंह चातरक जी माफ करना लगदा है नहीं तो है नहीं के नहीं अच्छा? है नहीं नजर तो नहीं आ रही हां जी आ जा नहीं कोई गल नहीं हां कोई नहीं चलो जिन्ना चिर चातरक साहब जी नहीं नजर आ रहा ते ओना चिर आपां बेनती करदे हां मेरे मेरे बहुत ही होनहार भतीजे मोहनप्रीत सिंह पत्तर जेड़े कि बहुत ही संवेदनशील कवि आ आप सारे जानते नौजवान मैं बेनती करदा कि मोहनप्रीत पत्तर तुहाडियां बदौलत अपनी कवितावां सांझियां करन क्योंकि छोटियां छोटियां कवितावां लिखदे मैं सोचदा कि तीन चार कवितावां पढ़न तो फिर ही पूरा होना मेरा खलों का टाइम मोहनप्रीत पत्तर हाँ जी धन्यवाद जी बहुत धन्यवाद पंजाबी कलम केंद्र का स्वागत सारे ही कविया का मैं एक हल्की फुल्की तो शुरू कर दा आवाज मेरी आ रही ठीक है
ਬਿਲਕੁਲ ਠੀਕ ਹੈ ਜੀ, ਆ ਰਹੀ ਹੈ। ਧੂਆਂ ਨਿਕਲਿਆ ਕਿ ਦਿਲ ਦਹਿਲੀਜ਼ ਵਿੱਚੋਂ, ਧੂਆਂ ਨਿਕਲਿਆ ਕਿ ਦਿਲ ਦਹਿਲੀਜ਼ ਵਿੱਚੋਂ, ਬਲਦਾ ਜਾਪਿਆ ਜਿਵੇਂ ਜਹਾਨ ਸਾਰਾ, ਭੌਰਿਆਂ ਆਣ ਸੁਗੰਧੀਆਂ ਲੁੱਟ ਲਈਆਂ, ਤੇ ਲੁੱਟਿਆ ਹਵਾਵਾਂ ਅਮਨ ਅਮਾਨ ਸਾਰਾ, ਹੋਣੀ ਮਾਰਿਆ ਨਿਸ਼ਾਨਾ ਅੱਜ ਵਿੰਨ ਏਦਾਂ, ਟੁੱਟਿਆ ਤੀਰਾਂ ਦੇ ਸਣੇ ਕਮਾਨ ਭਾਰਾ, ਉੱਡ ਗਿਆ ਭੌਰ ਉਡਾਰੀਆਂ ਮਾਰ ਵਿੱਚੋਂ, ਤੇ ਹਵਾ ਹੋ ਗਿਆ ਭਰਿਆ ਗੁਮਾਨ ਸਾਰਾ। ਕਦੋਂ ਸਾਰੀ ਉਮਰ ਜਿਨ੍ਹਾਂ ਲਈ ਰਿਹਾ ਮਰਦਾ, ਸਾਰੀ ਉਮਰ ਜਿਨ੍ਹਾਂ ਲਈ ਰਿਹਾ ਮਰਦਾ, ਇੱਕ ਰਾਤ ਵੀ ਰੱਖਣਾ ਨਾ ਹੋਇਆ ਗਵਾਰਾ, ਉਹਨਾਂ ਲਿਜਾ ਕੇ ਫੂਕਿਆ ਸ਼ਾਮ ਤੋਂ ਪਹਿਲਾਂ, ਤੇ ਬਾਪੂ ਬਣ ਗਿਆ ਉੱਚੇ ਅਸਮਾਨ ਤਾਰਾ। ਹਲਕੀ ਫੁਲਕੀ ਨਾਲ ਹੁਣ ਅਗਲੀ ਕਵਿਤਾ ਪੇਸ਼ ਕਰਨ ਲੱਗਾ। ਮਨ ਦੀ ਉੱਚੀ ਮਮਟੀ ਦੀਵਾ ਕਿੰਜ ਧਰੀਏ, ਮਨ ਦੀ ਉੱਚੀ ਮਮਟੀ ਦੀਵਾ ਕਿੰਜ ਧਰੀਏ, ਚਾਨਣ ਦੇ ਪੈਰਾਂ ਚ ਜ਼ੰਜੀਰਾਂ ਕੀ ਕਰੀਏ। ਮਨ ਦੀ ਉੱਚੀ ਮਮਟੀ ਦੀਵਾ ਕਿੰਜ ਧਰੀਏ, ਚਾਨਣ ਦੇ ਪੈਰਾਂ ਚ ਜ਼ੰਜੀਰਾਂ ਕੀ ਕਰੀਏ, ਸ਼ਹਿਰ ਤੇਰੇ ਵਿੱਚ ਇਹ ਸਭ ਸਾਨੂੰ ਰਾਸ ਨਹੀਂ, ਸ਼ਹਿਰ ਤੇਰੇ ਵਿੱਚ ਇਹ ਸਭ ਸਾਨੂੰ ਰਾਸ ਨਹੀਂ, ਮੁੱਖ ਰੰਗਲੇ ਫਿੱਕੀਆਂ ਤਸਵੀਰਾਂ ਕੀ ਕਰੀਏ। ਬਹੁਤ ਅੱਛਾ, ਬਹੁਤ ਅੱਛਾ, ਬਹੁਤ ਖੂਬ, ਬਹੁਤ ਵਧੀਆ। ਕਿਸ ਪਾਂਡੇ ਨੂੰ ਹਾਲ ਪੜਾਈਏ ਉਮਰਾਂ ਦੇ, ਕਿਸ ਪਾਂਡੇ ਨੂੰ ਹਾਲ ਪੜਾਈਏ ਉਮਰਾਂ ਦੇ, ਬਿਨ ਸਿਰ ਧੜ ਹੱਥ ਪੈਰ ਸਰੀਰਾਂ ਕੀ ਕਰੀਏ, ਚੁੱਪ ਅੰਦਰ ਦੀ ਆਖਰ ਘਾਟ ਉਤਾਰ ਗਈ, ਚੁੱਪ ਅੰਦਰ ਦੀ ਆਖਰ ਘਾਟ ਉਤਾਰ ਗਈ, ਕੰਧਾਂ ਉੱਤੇ ਲਿਸ਼ਕਣ ਸ਼ਮਸ਼ੀਰਾਂ ਕੀ ਕਰੀਏ। ਬਹੁਤ ਅੱਛੇ, ਬਹੁਤ ਅੱਛੇ ਜੀ, ਬਹੁਤ ਅੱਛੇ। ਬੀਜ ਫੁੱਲਾਂ ਦਾ ਉੱਗੇ ਜਦ ਵੀ ਫੁੱਲ ਹੀ ਉੱਗੇ, ਬੀਜ ਫੁੱਲਾਂ ਦਾ ਉੱਗੇ ਜਦ ਵੀ ਫੁੱਲ ਹੀ ਉੱਗੇ, ਬੰਦੇ ਬਣ ਗਏ ਜੰਡ ਕਰੀਰਾਂ ਕੀ ਕਰੀਏ। ਮਹਿੰਗਾ ਹੋ ਗਿਆ ਜੀਣਾ, ਮਹਿੰਗਾ ਹੋ ਗਿਆ ਜੀਣਾ ਹੁਣ ਤਾਂ ਇਸ ਜਗ ਤੇ, ਸਸਤੇ ਮੁੱਲ ਪਏ ਵਿਕਣ ਜ਼ਮੀਰਾਂ ਕੀ ਕਰੀਏ। ਆਖਰੀ ਹੈ ਜੀ, ਬਹੁਤ ਅੱਛੇ ਜੀ, ਬਹੁਤ ਅੱਛੇ, ਕਿਆ ਮਿਸਰਾ ਹੈ। ਜਿਨ੍ਹਾਂ ਦੀ ਖਾਤਰ ਪੱਤੜ ਖੁਦ ਨਿਲਾਮ ਹੋਇਆ, ਜਿਨ੍ਹਾਂ ਦੀ ਖਾਤਰ ਮੈਂ ਖੁਦ ਨਿਲਾਮ ਹੋਇਆ, ਉਹ ਨਿਕਲੇ ਪਾਣੀ ਤੇ ਲਕੀਰਾਂ ਕੀ ਕਰੀਏ। ਜਿਨ੍ਹਾਂ ਦੀ ਖਾਤਰ ਮੈਂ ਖੁਦ ਨਿਲਾਮ ਹੋਇਆ, ਉਹ ਨਿਕਲੇ ਪਾਣੀ ਤੇ ਲਕੀਰਾਂ ਕੀ ਕਰੀਏ, ਮਨ ਦੀ ਉੱਚੀ ਮਮਟੀ ਦੀਵਾ ਕਿੰਜ ਧਰੀਏ, ਚਾਨਣ ਦੇ ਪੈਰਾਂ ਚ ਲਕੀਰਾਂ, ਚਾਨਣ ਦੇ ਪੈਰਾਂ ਚ ਜ਼ੰਜੀਰਾਂ ਕੀ ਕਰੀਏ। ਬਹੁਤ ਅੱਛੇ, ਬਹੁਤ ਅੱਛੇ, ਬਹੁਤ ਵਧੀਆ। ਹੋਰ ਸੁਣਾ ਦਵਾਂ ਇੱਕ? ਹਾਂ, ਇੱਕ ਕਵਿਤਾ ਹੋਰ ਜੀ। ਅਗਲੀ ਕਵਿਤਾ ਜੀ, ਬਹੁਤ ਕੁਝ ਸੋਚ ਕੇ ਬੁੱਲ ਸੀਤੇ ਗਏ, ਬਹੁਤ ਕੁਝ ਸੋਚ ਕੇ, ਬੁੱਲ ਸੀਤੇ ਗਏ, ਬਹੁਤ ਕੁਝ ਸੋਚ ਕੇ, ਜ਼ਹਿਰ ਪੀਤੇ ਗਏ, ਬਹੁਤ ਕੁਝ ਸੋਚ ਕੇ, ਪੈਰ ਰੁਕਦੇ ਸੀ ਪਰ ਚੱਲਣਾ ਹੀ ਪਿਆ, ਪੈਰ ਰੁਕਦੇ ਸੀ ਪਰ ਚੱਲਣਾ ਹੀ ਪਿਆ, ਪੈਂਡੇ ਕੀਤੇ ਗਏ ਬਹੁਤ ਕੁਝ ਸੋਚ ਕੇ। ਰੁਕ ਗਏ ਸਨ ਕਦਮ, ਰੁਕ ਗਏ ਸਨ ਕਦਮ ਵੇਖ ਵਧੀਆਂ ਦੇ ਰਾਹ, ਮਨ ਪਲੀਤੇ ਗਏ ਬਹੁਤ ਕੁਝ ਸੋਚ ਕੇ, ਕਾਫਲੇ ਭਟਕਦੇ ਭੁੱਲ ਗਏ ਮੰਜ਼ਲਾਂ, ਕਾਫਲੇ ਭਟਕਦੇ ਭੁੱਲ ਗਏ ਮੰਜ਼ਲਾਂ, ਦਿਲ ਕੁਰੀਤੇ ਗਏ
ਬਹੁਤ ਕੁਝ ਸੋਚ ਕੇ ਬਹੁਤ ਅੱਛੇ ਕੈਸੇ ਪਲ ਸੀ ਕੈਸੇ ਪਲ ਸੀ ਜਦੋਂ ਵਾਅਦੇ ਖੁਦ ਤੋੜ ਕੇ ਕੈਸੇ ਪਲ ਸੀ ਜਦੋਂ ਵਾਅਦੇ ਖੁਦ ਤੋੜ ਕੇ ਫੇਰ ਕੀਤੇ ਗਏ ਬਹੁਤ ਕੁਝ ਸੋਚ ਕੇ ਤਖ਼ਤ ਝੂਠਾ ਸੀ ਜ਼ਾਲਮ ਸੀ ਪਰ ਫੇਰ ਵੀ ਤਖ਼ਤ ਝੂਠਾ ਸੀ ਜ਼ਾਲਮ ਸੀ ਪਰ ਫੇਰ ਵੀ ਸਜਦੇ ਕੀਤੇ ਗਏ ਬਹੁਤ ਕੁਝ ਸੋਚ ਕੇ ਤਖ਼ਤ ਝੂਠਾ ਸੀ ਜ਼ਾਲਮ ਸੀ ਪਰ ਫੇਰ ਵੀ ਸਜਦੇ ਕੀਤੇ ਗਏ ਬਹੁਤ ਕੁਝ ਸੋਚ ਕੇ ਚੱਕੀ ਫਰਜ਼ਾਂ ਦੀ ਖਾਬ ਪੱਤੜਦੇ ਸਨ ਚੱਕੀ ਫਰਜ਼ਾਂ ਦੀ ਖਾਬ ਪੱਤੜਦੇ ਸਨ ਦਰੜੇ ਪੀਤੇ ਗਏ ਬਹੁਤ ਕੁਝ ਸੋਚ ਕੇ ਧੰਨਵਾਦ ਬਹੁਤ ਅੱਛੇ ਪਾਤਰ ਸਾਹਿਬ ਬਹੁਤ ਅੱਛੇ ਬਸ ਹੀ ਕਰਤਾ ਮੈਂ ਚਲੋ ਕੋਈ ਨੀ ਬਾਅਦ ਚ ਦੇਖਦੇ ਫਿਰ ਬਾਅਦ ਚ ਬਹੁਤ ਵਧੀਆ ਮੋਹਨਪ੍ਰੀਤ ਬਹੁਤ ਧੰਨਵਾਦ ਮੇਰਾ ਖਿਆਲ ਵੀ ਮੇਰਾ ਖਿਆਲ ਚਾਤਰਿਕ ਸਾਹਿਬ ਆ ਗਏ ਆ ਮੇਰਾ ਖਿਆਲ ਵੀ ਜੇ ਮੈਨੂੰ ਨਜ਼ਰ ਪਏ ਸੀ ਚਾਤਰਿਕ ਸਾਹਿਬ ਕਿਤੇ ਨਾ ਕਿਤੇ ਚਾਤਰਿਕ ਸਾਹਿਬ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਸਾਡੇ ਨਾਲ ਆਪਣੀਆਂ ਬਹੁਤ ਹੀ ਪਿਆਰੀਆਂ ਦੋ ਕਵਿਤਾਵਾਂ ਸਾਂਝੀਆਂ ਕਰੋ ਤੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਪੱਤਰ ਸਾਹਿਬ ਕਮਾਲ ਕੀਤਾ ਮੋਹਨਪ੍ਰੀਤ ਸਾਰਿਆਂ ਨੇ ਬਹੁਤ ਕਮਾਲ ਕੀਤਾ ਬਹੁਤ ਹੀ ਚੌਧਰੀ ਸਾਹਿਬ ਨੇ ਕਮਾਲ ਕੀਤਾ ਰੂਮੀ ਸਾਹਿਬ ਨੇ ਕਮਾਲ ਬੜੀ ਪ੍ਰਸੰਨਤਾ ਹੋਈ ਜੀ ਬੜੀ ਪ੍ਰਸੰਨਤਾ ਹੋਈ ਦੋਸਤੋ ਮੈਂ ਜੋ ਕਵਿਤਾ ਆਪ ਜੀ ਨੂੰ ਸੁਣਾਉਣ ਲੱਗਾ ਜੀ ਪਹਿਲੀ ਉਹ ਇੱਕ ਬਹੁਤ ਹੀ ਪੁਰਾਤਨ ਔਰ ਅਪ੍ਰਚਲਿਤ ਬਹਿਰ ਦੇ ਅੰਦਰ ਹੈ ਔਰ ਇਸ ਬਹਿਰ ਦੇ ਅੰਦਰ ਮੈਂ ਚਾਰ ਪੰਜ ਕਵਿਤਾਵਾਂ ਪਹਿਲਾਂ ਵੀ ਲਿਖ ਚੁੱਕੇ ਹਾਂ ਪਰ ਇਹ ਮੇਰੀ ਇੱਕ ਨਵੀਂ ਕਵਿਤਾ ਤੇ ਉਹਦੇ ਬਾਅਦ ਮੈਂ ਤੁਹਾਨੂੰ ਹੋਰ ਕਵਿਤਾ ਸੁਣਾਵਾਂ ਦੋ ਕਵਿਤਾਵਾਂ ਸੁਣਾਉਣਾ ਜੀ ਤੇ ਇਹਦਾ ਸ਼ੀਰਸ਼ਕ ਹੈ ਜੀ ਸੁਰ ਸੁਗੰਧ ਕੀ ਪੰਖ ਸ਼ਬਦ ਸੁਰਤ ਅਦਬ ਪੰਖ ਸ਼ਬਦ ਸੁਰਤ ਅਦਬ ਗਹਜ ਗਜਬ ਕਲਪਨਾ ਦੀ ਕਲਪ ਕੂੰਜ ਗਗਨ ਮੈਂ ਉਡਾਈ ਹੋਵੇ ਪੰਖ ਸ਼ਬਦ ਸੁਰਤ ਅਦਬ ਗਹਜ ਗਜਬ ਕਲਪਨਾ ਦੀ ਕਲਪ ਕੂੰਜ ਗਗਨ ਮੈਂ ਉਡਾਈ ਹੋਵੇ ਸੁਰ ਸੁਗੰਧ ਗਿਆਨ ਬੰਧ ਅੰਧ ਧੰਧ ਸ਼ਬਦ ਸੰਧ ਪ੍ਰੇਮ ਭਗਤ ਲਗਨ ਲਗਤ ਜੁਗਤ ਸਿਓ ਜਗਾਈ ਹੋਵੇ ਮਲ ਵਿਹਾਰ ਮਲ ਵਿਹਾਰ ਕਰਮ ਕਾਰ ਤਜ ਵਿਕਾਰ ਭਰਮ ਭਾਰ ਸ਼ਬਦ ਸੁਰਤ ਸਹਿਜ ਜੁਰਤ ਜੁਗਤ ਹੀ ਜੁਗਾਈ ਹੋਵੇ ਸੁਣਤ ਗੁਣਤ ਉਣਤ ਪੁਣਤ ਖਾਬ ਬੁਣਤ ਪਾਪ ਲੁਣਤ ਸੁਣਤ ਗੁਣਤ ਉਣਤ ਪੁਣਤ ਪਾਪ ਬੁਣਤ ਖਾਬ ਬੁਣਤ 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 ਹੀ ਬੁਣਾਈ ਹੋਵੇ ਖੁਸ਼ੀ ਸ਼ਬਦ ਨਾਦ ਗੁਣ ਗੁਨਾਦ ਪਰਮ ਸਵਾਦ ਜੁਗ ਜੁਗਾਦ ਸਰਲ ਤਰਲ ਪ੍ਰੇਮ ਪਰਲ ਰਾਗ ਰੰਗ ਲਾਈ ਹੋਵੇ ਪਰਮ ਪ੍ਰੀਤ ਗੁਣ ਗੁਣੀਤ ਸ਼ਬਦ ਸੀਤ ਮਨ ਮੁਨੀਤ ਮਧੁਰ 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 ਗੀਤ ਗਾਈ ਹੋਵੇ ਤੇ ਪੰਖ ਸ਼ਬਦ ਸੁਰਤ ਅਦਬ ਗੁਹਜ ਗਜਬ ਕਲਪਨਾ ਦੀ ਕਲਪ ਗੂੰਜ ਗਗਨ ਮੈਂ ਉਡਾਈ ਹੋਵੇ ਗੀਤ ਗਿਆਨ ਨਿਧ ਨਿਧਾਨ ਪਰਮ ਪਾਨ ਵਿਧ ਵਿਧਾਨ ਪੁਨਹ 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 ਪ੍ਰੀਤ ਪਾਈ ਹੋਵੇ ਮਨ ਮਲੰਗ ਮਿਹਰਬਾਨੀ ਰੋਮੀ ਸਾਹਿਬ ਕਿ ਮਨ ਮਲੰਗ ਮਨ
मलंग भजन संग राग रंग सदा संग निमख 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 राग रंग लाई होए। आखिरी पंक्तियां चात्रिको चितौर मोर सहज तौर घन घोर ही होर सुरत सहज सुरत शब्द जुरत स्वात बूंद पाई होवे मल विहार शब्द सार तज विकार कर्म कार शब्द सुरत सहज जुरत जुरत ही जुराई। बहुत खूब बहुत खूब बहुत 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 धन्यवाद जी धन्यवाद जी। हां जी इसके बारे सर जी मैं सिर्फ ये कहूंगा भाई मेरा जो बंदा जेड़ा है ना थानू ये सुन के ये जी डुंगियाई थोड़े लफ्जा में है ना ये मेरा ख्याल है अगले जान को मैं समझ आवे तावे इतना डूंगा लिखे है भाई कमाल कर देता है चौधरी साहब आप जी ने कमाल किया बहुत ही खूबसूरत बहुत ही खूबसूरत। अच्छा दूजी है कि ये है जी मूक शब्द कि बिन बोले शब्दां दी धड़कन मूक शब्द हर श्वास मांग गया। बिन बोले शब्दां दी धड़कन मूक शब्द हर श्वास बन गया कुन तो शब्द शब्द है तुम उपजी धरत पवन आकाश बन गया सहजे सहज सहज तुम उपजी सहजे ही सहवास बन गया पहलो सच पवन फुन पानी शब्द सुरत परगास बन गया अखर अखर सुरती चुगया। रोमी साहब अखर अखर सुरती चुगया शब्द अर्थ आभास बन गया रुख जो भी होवे हथां दा रुख जो भी होवे अंदरला उल्हास बन गया ते पूजा पाठ अर्चना बंधन जीवन लई धरवास बन गया वाह क्या बात है धरवास बन गया रतन लुकोया हुण हथां दा रुख जो भी होवे अंदरला विश्वास बन गया ते हर अखर विच रतन लुकोया अखर ही गुणतास बन गया हुण अंदर बाहर चानन चान हुण अंदर बाहर चानन चानन संग सहवास बन गया गीत सुनेहड़ा साच बन गया जद जीवन अभ्यास बन गया हुण गीत अगीत सुगीत सुरा चो जीवन पंथ विकास बन गया फल फुल पत्ती डाली डाली माली दा इतिहास बन गया वाह क्या बात है बहुत फल फुल पत्ती डाली डाली माली दा इतिहास बन गया अरदास सुने सुर स्वामी सूरे जीवन ही रह रास बन गया पर जद आपा उर अर्पित कीता जद आपा उर अर्पित कीता हुकम तेरा गर्भास बन गया तो फिर बूंद चात्रिक ही अपन मौली मौलत ही एहसास बन गया बिन बोले शब्दां दी धड़कन मूक शब्द हर श्वास बन गया हत्थां दा रुख जो भी होवे अंदरला उल्हास बन गया अंदरला एहसास बन गया अंदरला बहुत खूब चलते बहुत अच्छे बड़ा कोई सीखने को मिले जी आज कमाल धन्यवाद धन्यवाद चात्र साहब बहुत बहुत धन्यवाद माहौल नो तुसी चार चन लाते एक छोटी जी बहुत छोटी जी हाँ जी 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 बसंत बहार राज ऋतु मौली इसे बगैर मेरा कम समय बसंत बहार राज ऋतु मौली खुशबू खुशबू हो महकाइए जीवन रुखड़ा हरिया भरिया जीवन रुख चो अमे चवाइये राज हंस बाज शब्दां दे खंभ खिलारे गगन पवाइए नचिए नचिए उर अंतर सुर शब्दी शब्द सुरत सुरताल पुगाइए माल मलहार बिलावल कोई रीत बसंती मिलजुल गाइए अंतर मुख सुख सहजे विगसे विगस विगस वसुदा बुलसाइए ते सारी दुनिया एक गुलदस्ता सारे रल के जग महकाइए चात्रिक स्वात बूंद सद लोचे शब्द बूंद पी तृप्त अघाइए बसंत बहार राज ऋतु मौली खुशबू खुशबू हो महकाइए खुशबू खुशबू हो महकाइए खुशबू खुशबू हो बहुत अच्छे छात्र साहब बहुत अच्छे बहुत बहुत अच्छे धन्यवाद तो एक होर रंग गुलदस्ते दे विच पा दित्ता छात्र साहब तो
ਹੁਣ ਇੱਕ ਸਾਡਾ ਹੋਰ ਬਹੁਤ ਹੀ ਪਿਆਰਾ ਸੰਵੇਦਨਸ਼ੀਲ ਕਵੀ ਜਿਹੜਾ ਮੇਰੇ ਵੀ ਮੇਰੇ ਪਸੰਦੀਦਾ ਸ਼ਾਇਦ ਬਾਕੀਆਂ ਦੀ ਨਹੀਂ ਮੈਂ ਕਹਿ ਸਕਦਾ ਵੀ ਉਹਨਾਂ ਨੂੰ ਕਿਵੇਂ ਲੱਗਦਾ ਉਹ ਸਾਡਾ ਛੋਟਾ ਵੀਰ ਗੁਰਿੰਦਰ ਸਿੰਘ ਤੁਹਾਡੇ ਨਾਲ ਆਪਣੀਆਂ ਦੋ ਕਵਿਤਾਵਾਂ ਸਾਂਝੀਆਂ ਕਰਨਗੇ ਸੋ ਮੈਂ ਬੇਨਤੀ ਕਰਦਾ ਛੋਟੇ ਵੀਰ ਗੁਰਿੰਦਰ ਸਿੰਘ ਨੂੰ ਕਿ ਆਪਣੀਆਂ ਕਵਿਤਾਵਾਂ ਸਾਡੇ ਨਾਲ ਸਾਂਝੀਆਂ ਕਰਨ ਗੁਰਿੰਦਰ ਸਿੰਘ ਮਾਹੌਲ ਇੰਨੀ ਚੜ੍ਹਾਈ ਤੇ ਲੈ ਗਏ ਕਿ ਬਸ ਹੁਣ ਮੇਰੀ ਕੋਸ਼ਿਸ਼ ਆ ਵੀ ਮੈਂ ਥੋੜਾ ਬਹੁਤ ਇਹਨਾਂ ਦੀ ਜਿਹੜੀਆਂ ਐਕਸਪੈਕਟੇਸ਼ਨ ਆ ਉਹਨੂੰ ਮੇਨਟੇਨ ਕਰਾਂ ਤੇ ਬਹੁਤ ਖੂਬਸੂਰਤ ਪ੍ਰੋਗਰਾਮ ਔਰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਡਿਫਰੈਂਟ ਤਰ੍ਹਾਂ ਦੇ ਰੰਗ ਅੱਜ ਜਿਹੜੇ ਗੁਲਦਸਤੇ ਸ਼ਾਮਿਲ ਹੋਏ ਤੇ ਹਰ ਰੰਗ ਆਪਣਾ ਹੀ ਇੱਕ ਉਹਦਾ ਜਲੌ ਦੇਖਣ ਨੂੰ ਮਿਲਿਆ ਸੋ ਮੈਂ ਇੱਕ ਪੁਰਾਣੀ ਕਵਿਤਾ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਤੇ ਉਹਦੇ 'ਚ ਉਹ ਮੈਂ ਪਹਿਲਾਂ ਵੀ ਮੇਰੇ ਖਿਆਲ ਪੜ੍ਹੀ ਸੀਗੀ ਮੈਂ ਇੱਕ ਵਾਰੀ ਫਿਰ ਕਰਦਾ ਕਿਉਂਕਿ ਮਾਹੌਲ ਜਿਹੜੀਆਂ ਕਵਿਤਾਵਾਂ ਉਹਨਾਂ ਦੇ ਨਾਲ ਰਲਦੀ ਹੈ ਜਿਹੜੀਆਂ ਗੱਲਾਂ ਪਿਛਲੇ ਥੋੜੇ ਮਿੰਟਾਂ 'ਚ ਚੱਲ ਰਹੀਆਂ ਸੀਗੀਆਂ ਇਹ ਹੈ ਬੰਦੇ ਤੇ ਰੋਟੀ ਦੀ ਆਪਸ ਵਿੱਚ ਗੱਲਬਾਤ ਪਹਿਲਾਂ ਬੰਦਾ ਰੋਟੀ ਨਾਲ ਗੱਲ ਕਰਦਾ ਨੀ ਪਤਲੀਏ ਨੀ ਮੋਟੀਏ ਨੀ ਪਤਲੀਏ ਨੀ ਮੋਟੀਏ ਨੀ ਨਰਮ ਨਰਮ ਰੋਟੀਏ ਨੀ ਕੱਚੀਏ ਨੀ ਪੱਕੀਏ ਨੀ ਕਣਕੇ ਨੀ ਮੱਕੀਏ ਨੀ ਚੰਦ ਦੀਏ ਸਕੀਏ ਨੀ ਸਿੱਧੀਏ ਨੀ ਵਿੰਗੀਏ ਟਿਕਾਉਣੀਏ ਨੀ ਸੋਹਣੀਏ ਨੀ ਨਿੱਕੂ ਦੀਏ ਟਿੱਕੀਏ ਨੀ ਬਾਪੂ ਦੀਏ ਮਿਸੀਏ ਨੀ ਡੱਬੂ ਦੀਏ ਬੁਰਕੀਏ ਨੀ ਚੌਂਕੇ ਦੀਏ ਸੁਰਖੀਏ ਨੀ ਪਰੌਂਠਣੇ ਨੀ ਦੁੱਪੜੇ ਤੇਰੀਆਂ ਗੜਾਈਆਂ ਗਰਾਈਆਂ ਨੂੰ ਤਰਸਣ ਭੁੱਖੜੇ ਨੀ ਹੂਰਨੇ ਨੀ ਤੰਦੂਰਨੇ ਨੀ ਥਾਲੀ ਦੀਏ ਸੰਪੂਰਨੇ ਨੀ ਮੱਖਣਾਂ 'ਚ ਡੁੱਬੀਏ ਨੀ ਚੂਰੀਆਂ 'ਚ ਗੁੱਝੀਏ ਨੀ ਪੂਣੀ 'ਚ ਘਮੇਟੀਏ ਨੀ ਘੁੱਦੂ 'ਚ ਸਮੇਟੀਏ ਨੀ ਆਲੂਆਂ 'ਚ ਮੱਚੀਏ ਨੀ ਗੋਭੀ ਨਾਲ ਸੱਚੀਏ ਨੀ ਤਵੀ ਦੀ ਸ਼ਿੰਗਾਰਨੇ ਨੀ ਭੁੱਖਾਂ ਨੂੰ ਵੰਗਾਰਨੇ ਨੀ ਅੱਗਾਂ ਨਾਲ ਖੈਂਦੀਏ ਨੀ ਮਗਦਿਆਂ ਨੂੰ ਸਹਿੰਦੀਏ ਨੀ ਭੁੱਖੇ ਦੀਏ ਖੈਰਨੇ ਨੀ ਭੁੱਖ ਦੀਏ ਵੈਰਨੇ ਸੰਤੋਖ ਵਿੱਚ ਜੜੀਏ ਨੀ ਵਿਟਾਮਿਨਾਂ 'ਚ ਮੜੀਏ ਨੀ ਹੈਲਥ ਕੇਅਰ ਪੜੀਏ ਤੂੰ ਤਾਂ ਲੰਗਰਾਂ ਦੀ ਸ਼ਾਨ ਸੀ ਤੂੰ ਤਾਂ ਲੰਗਰਾਂ ਦੀ ਸ਼ਾਨ ਸੀ ਨਿਮਾਣਿਆਂ ਦਾ ਮਾਣ ਸੀ ਨਿਓਟਿਆਂ ਦੀ ਓਟ ਸੀ ਤੂੰ ਤੇ ਮਾਂ ਦੇ ਸਮਾਨ ਸੀ ਨੀ ਮਾਈਕ੍ਰੋਵੇਵ ਫੁੱਲੀਏ ਨੀ ਸ਼ੈਲਫਾਂ ਤੇ ਰੁਲੀਏ ਨੀ ਫਰੀਜ਼ਰਾਂ 'ਚ ਜੰਮੀਏ ਬੇਸਵਾਦੀਏ ਨਿਕੰਮੀਏ ਨੀ ਟਕੇ ਨਾਲ ਵਿਕੀਏ ਨੀ ਮਹਿਲਾਂ ਵਿੱਚ ਟਿਕੀਏ ਨੀ ਪੈਕਟਾਂ 'ਚ ਵੜੀਏ ਨੀ ਕੈਮੀਕਲਾਂ ਭਰੀਏ ਨੀ ਕੈਂਸਰਾਂ ਦੀ ਪੁੜੀਏ ਚੱਲ ਮੁੜ ਦੇਸ ਮੁੜੀਏ ਚੱਲ ਮੁੜ ਦੇਸ ਮੁੜੀਏ ਲੈ ਆਂਢਣਾ ਗੁਆਂਢਣਾ ਨੂੰ ਭੱਠੀ ਸੰਗ ਜੁੜੀਏ ਮੱਖਾਂ ਤਵੀ ਨੂੰ ਸ਼ਿੰਗਾਰੀਏ ਚੱਲ ਦੁੱਖ ਨਿਵਾਰੀਏ ਨੀ ਪਤਲੀਏ ਨੀ ਮੋਟੀਏ ਨੀ ਨਰਮ ਰੱਖੀਏ ਸਵਾਦ ਮਿਲ ਰਹਾ ਥਾ ਇੱਕ ਇੱਕ ਸ਼ਬਦ ਸੇ ਸਵਾਦ ਮਿਲ ਰਹਾ ਥਾ ਇਤਨਾ ਪਿੰਡ ਵਾਲੀਆਂ ਰੋਟੀਆਂ ਯਾਦ ਆ ਗਈਆਂ ਨੇ ਸ਼ੁਕਰੀਆ ਤੇ ਰੋਟੀ ਬੰਦੇ ਨੂੰ ਫਿਰ ਕੀ ਕਹਿੰਦੀ ਆ ਇਹ ਸੀ ਬੰਦਾ ਰੋਟੀ ਨੂੰ ਕਹਿ ਰਿਹਾ ਉਹ ਬੰਦਿਆ ਇਕੱਲਿਆ ਉਹ ਮੂਰਖਾ ਉਹ ਝੱਲਿਆ ਓਏ ਗੱਲਾਂ ਦੇ ਪਤਾਸਿਆ ਓਏ ਅੰਦਰੋਂ ਉਦਾਸਿਆ ਵੇ ਰੱਜਿਆ ਵੇ ਪੁੱਜਿਆ ਵੇ ਖਪਤਕਾਰਾ ਗੁੱਝਿਆ ਉਹ ਨੂਡਲਾਂ ਦੇ ਆਸ਼ਿਕਾ ਸੈਂਡਵਿਚਾਂ ਦੇ ਉਪਾਸ਼ਿਕਾ ਉਹ ਪੀਜ਼ਿਆਂ ਦੇ ਪੱਟਿਆ
ਕੈਚਪਾਂ ਜਿਉਂ ਖੱਟਿਆ ਵਾਹ 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 ਤੂੰ ਤਾਂ ਪੈਲੀਆਂ ਦਾ ਪੁੱਤ ਸੀ ਭਾਵੇਂ ਕੋਈ ਰੁੱਤ ਸੀ ਭੋਏ ਤੇਰੀ ਰੂਹ ਸੀ ਰੱਬ ਤੇਰਾ ਖੂਹ ਸੀ ਸੱਚਾ ਕਾਰੋਬਾਰ ਸੀ ਸੁੱਚਾ ਵਿਵਹਾਰ ਸੀ ਥੋੜਾ ਅੰਨ ਦਾਣਾ ਸੀ ਬਹੁਤਾ ਸ਼ੁਕਰਾਨਾ ਸੀ ਦਿਲ ਦਰ ਖੁੱਲਾ ਸੀ ਤਰਜ਼ਾਂ ਚ ਬੁੱਲਾ ਸੀ ਚੌਂਕੇ ਧੰਨ ਭਾਗ ਸੀ ਬਾਥੂ ਵਾਲਾ ਸਾਗ ਸੀ ਥੈਂਕ ਯੂ ਘੜੋਲੀਆਂ ਦੀ ਗੈਸ ਸੀ ਦਧੂਨਿਆਂ ਦੀ ਐਸ਼ ਸੀ ਓਏ ਐਸਾ ਕੀ ਤੂੰ ਪੜ੍ਹਿਆ ਓਏ ਐਸਾ ਕੀ ਤੂੰ ਪੜ੍ਹਿਆ ਜੋ ਦੂਰ ਜਾ ਕੇ ਖੜਿਆ ਐਸਾ ਕੀ ਤੂੰ ਪੜ੍ਹਿਆ ਜੋ ਦੂਰ ਜਾ ਕੇ ਖੜਿਆ ਤੂੰ ਕੈਸੇ ਪੌਡੇ ਚੜਿਆ ਓਏ ਪੌੜੀ ਨਾਲ ਹੀ ਲੜਿਆ ਬਹੁਤ ਮਿਹਰਬਾਨੀ ਤੂੰ ਕੈਸੇ ਪੌਡੇ ਚੜਿਆ ਤੂੰ ਪੌੜੀ ਨਾਲ ਹੀ ਲੜਿਆ ਓਏ ਕਿਤਾਬੀਆ ਸਿਆਣਿਆ ਓਏ ਕਿਤਾਬੀਆ ਸਿਆਣਿਆ ਓਏ ਅਕਲੋ ਨਿਆਣਿਆ ਤੂੰ ਲਾਲਚਾਂ ਚ ਕੱਜਿਆ ਤੂੰ ਘਰੋਂ ਦੂਰ ਭੱਜਿਆ ਤੂੰ ਭੁੱਲੀਆਂ ਨਿਸ਼ਾਨੀਆਂ ਤੂੰ ਸਿੱਖੀਆਂ ਸ਼ੈਤਾਨੀਆਂ ਵੇ ਬੰਦਿਆ ਬਜ਼ਾਰੀਆ ਵੇ ਹਿਕਮਤਕਾਰੀਆ ਵੇ ਬੰਦਿਆ ਬਜ਼ਾਰੀਆ ਵੇ ਹਿਕਮਤਕਾਰੀਆ ਗੱਲਾਂ ਉਚਰੇ ਸਿਆਣੀਆਂ ਪਰ ਅੰਦਰੋਂ ਨੇ ਕਾਣੀਆਂ ਗੱਲਾਂ ਕਰਦੇ ਸਿਆਣੀਆਂ ਧੁਰ ਅੰਦਰੋਂ ਨੇ ਕਾਣੀਆਂ ਤੇਰਾ ਅੰਧਲਾ ਵਪਾਰ ਏ ਤੇਰੀ ਮਾਂ ਵੀ ਸ਼ਰਮਸਾਰ ਏ ਤੂੰ ਹਵਾ ਨੂੰ ਗੰਧਾਲਿਆ ਪਾਣੀ ਨਾ ਸੰਭਾਲਿਆ ਤੂੰ ਹਵਾ ਨੂੰ ਗੰਧਾਲਿਆ ਓਏ ਪਾਣੀ ਨਾ ਸੰਭਾਲਿਆ ਤੂੰ ਇੱਜ਼ਤਾਂ ਵੀ ਵੇਚਦਾ ਤੂੰ ਕੌਡਿਆਂ ਦੇ ਮੇਚਦਾ ਉਹ ਮੁਨਾਫਰਾ ਉਹ ਮੁਨਾਫਿਆਂ ਦੇ ਨੰਬਰਾ ਉਹ ਮੁਨਾਫਿਆਂ ਦੇ ਨੰਬਰਾ ਉਹ ਭੇਖੀਆ ਅਡੰਬਰਾ ਕਮਾਈਆਂ ਸਭ ਖੋਟੀਆਂ ਖੋਹਦੀਆਂ ਜੋ ਰੋਟੀਆਂ ਕਮਾਈਆਂ ਖੋਟੀਆਂ ਸ਼ੁਕਰੀਆ ਖੋਹਦੀਆਂ ਜੋ ਰੋਟੀਆਂ ਤੂੰ ਸ਼ਾਬਾ ਸਾਡਾ ਲੁੱਟਿਆ ਤੂੰ ਸ਼ਾਬਾ ਸਾਡਾ ਲੁੱਟਿਆ ਗੁਲਾਮ ਕਰ ਸੁੱਟਿਆ ਭੁੱਖੇ ਸਾਧੂ ਨੇ ਉਡੀਕਦੇ ਵੋਟ ਚੋਗਿਆਂ ਨੂੰ ਚੀਖਦੇ ਮਖਾਂ ਜੇਬਾਂ ਕਰ ਢਿੱਲੀਆਂ ਮਖਾਂ ਜੇਬਾਂ ਘਰ ਢਿੱਲੀਆਂ ਪੁੱਟ ਤਵਾਂ ਦੀਆਂ ਕਿੱਲੀਆਂ ਮਿਹਨਤਾਂ ਨੀ ਮਾੜੀਆਂ ਜਿਉਣ ਫੁੱਲ ਵਾੜੀਆਂ ਮਿਹਨਤਾਂ ਨੀ ਮਾੜੀਆਂ ਜਿਉਣ ਫੁੱਲ ਮਾੜੀਆਂ ਮੁਬਾਰਕ ਉੱਨਤੀਆਂ ਵਿਕਾਸ ਤੇ ਤਰੱਕੀਆਂ ਬਹੁਤ ਸੁੰਦਰ ਮੇਰਾ ਦਾਤਾ ਮਾਣ ਤੂੰ ਮੇਰਾ ਦਾਤਾ ਮਾਣ ਤੂੰ ਪਰ ਦਾਤੇ ਨੂੰ ਪਛਾਣ ਤੂੰ ਉਹ ਬੰਦਿਆ ਇਕੱਲਿਆ ਓਏ ਮੂਰਖਾ ਉਹ ਚੱਲਿਆ ਉਹ ਗੱਲਾਂ ਦੇ ਪਤਾਸਿਆ ਓਏ ਅੰਦਰੋਂ ਉਦਾਸਿਆ ਬਹੁਤ ਹੀ ਮਜ਼ਾ ਆਇਆ ਸੋ ਮੇਰੇ ਖਿਆਲ ਬਹੁਤ ਮੇਰੇ ਖਿਆਲ ਮੈਨੂੰ ਮੈਨੂੰ ਝਾਕਾ ਪੈ ਰਿਹਾ ਕਿ ਸੁਰਿੰਦਰਪਾਲ ਜੀ ਆ ਪਹੁੰਚੇ ਲੱਗਦੇ ਸ਼ਾਇਦ ਮੇਰੇ ਖਿਆਲ ਨਜ਼ਰ ਆ ਰਹੇ ਹਾਂਜੀ ਸੁਰਿੰਦਰਪਾਲ ਜੀ ਆ ਆਓ ਖਾਂ ਬਹੁਤ ਚਿਰ ਹੋ ਗਿਆ ਤੁਹਾਡੇ ਦਰਸ਼ਨ ਕੀਤਿਆਂ ਨੂੰ ਤੇ ਬੜੀ ਵਾਰੀ ਤੁਸੀਂ ਸ਼ਮੂਲੀਅਤ ਨਹੀਂ ਕੀਤੀ ਪ੍ਰੋਗਰਾਮ ਦੇ ਵਿੱਚ ਜਦ ਕਿ ਸਾਰਾ ਹੀ ਹੱਥ ਵਸ ਤੁਹਾਡੇ ਹੁੰਦਾ ਪ੍ਰੋਗਰਾਮ ਈਵਨ ਜਿਹੜੀ ਰੋਟੀ ਦੀ ਗੱਲ ਹੋ ਰਹੀ ਸੀ ਰੋਟੀ ਵੀ ਤੁਸੀਂ ਸਾਨੂੰ ਸਾਰਿਆਂ ਨੂੰ ਖਵਾਉਂਦੇ ਰਹੇ ਪਹਿਲਾਂ ਹੈਲੋ ਮੇਰੀ ਆਵਾਜ਼ ਆ ਰਹੀ ਆ ਕਿਉਂਕਿ ਪਹਿਲਾਂ ਤਾਂ ਮੈਨੂੰ ਇਹ ਨੀ ਸਮਝ ਪੈਂਦੀ ਸੀ ਕਿ ਮੈਂ ਵਿੱਚ ਐਡ ਹੈਗਾ ਕਿ ਜਾਂ ਨਹੀਂ ਹੈਗਾ ਹਨਾ ਕਿਉਂਕਿ ਮੈਂ ਪਹਿਲੀ ਵਾਰੀ ਇਹ ਕਰ ਰਿਹਾ ਹੈਗਾ ਤੇ ਮੈਨੂੰ ਸਮਝ ਨੀ ਸੀ ਪੈ ਰਿਹਾ ਵੀ ਪਤਾ ਨੀ ਕੀ ਚੱਕਰ ਆ ਚਲੋ ਮੈਂ ਇੱਕ ਤੁਹਾਡੇ ਨਾਲ ਗੀਤ ਸਾਂਝਾ ਕਰਦਾ ਪੰਜਾਬ ਦੇ ਬਾਰੇ ਵਿੱਚ ਲਿਖਿਆ ਸੀਗਾ ਇਹ ਆਪਣਾ ਸੋਹਣਾ ਜੋ ਪੰਜਾਬ ਲੰਗੜਾ ਤੁਰਿਆ ਫਿਰੇ ਮੰਗਾ ਸੁੱਖ ਦਿਨੇ ਰਾਤ ਇਹਦੀ ਰੱਬ ਦੇ ਕਰੇ ਆਪਣਾ ਸੋਹਣਾ ਜੋ ਪੰਜਾਬ ਲੰਗੜਾ ਤੁਰਿਆ ਫਿਰੇ ਮੰਗਾ
सुख दिने रात ये दी रब दे करे। सन 1947 विच मिली सी आजादी, कादी मिली सी आजादी होई एदी बर्बादी। लखां लोक गए सी मारे, लखां होए बेकरे मंगा। सुख दिने रात ये दी रब दे करे। जुराइम पेशा सानू दस बरताया, होर एक पाना। अंग पैर ये दे कट बनाया, हिमाचल हरियाणा। पानी दिता ए दा बंड, पानी दिता ए दा बंड। आप प्यासा ए मरे मंगा। सुख दिने रात ये दी रब दे करे। सन 1984 अकाल तख्त ढाया सी, बिच दिल्ली ता मसूमा उत्ते कैर ढाया सी। मलम कोई नहीं सिलाई, मलम कोई नहीं सिलाई। फट लून नाल परे मंगा। सुख दिने रात ये दी रब दे करे, ये दी रब दे करे। अज रीढ़ वाली हड्डी ये दी तोड़नी ने चौंदे, अज रीढ़ वाली हड्डी ये दी तोड़नी ने चौंदे। ए दी चढ़दी जवानी सुरिंदरा रोलनी ने चौंदे। नशा जड़ ए दी ताई, नशा जड़ ए दी ताई। अज खोखला करे मंगा। सुख दिने रात ये दी रब दे करे, ए दी रब दे करे, ए दी रब दे करे। बहुत सोहनी सुंदर जी, बहुत अच्छे, बहुत अच्छे, बहुत अच्छे। यह एक रंग होर भरता, बच एक रंग होर रखता। सुरेंद्र जी बहुत बहुत धन्यवाद। सुरेंद्र पाल जी थैंक यू जी, सारे ज्यादा जी मेहरबानी बहुत। हुण मैं बेनती करदा साडे छोटे भैण गगनदीप कौर, प्लीज गगनदीप भैण जी अपनी दो कवितावां साडे नाल साझियां करो। भैण जी गगन, हेलो भैन जी गगन, मेरा ख्याल है नहीं भैन जी गगन है नहीं मेरा ख्याल। सुरेंद्र सिंह तुसी चाह पींदे बिलकुल दस रहे बच्चे ए। मैं ना मेरे ख्याल भी मधु जी शायद मेरे ख्याल है अपने नाल, जे दो मिनट बोलना चाहो। हाँ जी, हाँ मैं हूँ यहाँ पर। पंजाबी कलम केंद्र का बड़ा बड़ा धन्यवाद, और आप सबको सुन के बहुत 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 अच्छा लग रहा है। मेरी जो एक कविता है वो आज के मौजू पर है, जो आज आजकल हम जो एक डेढ़ साल से झेल रहे हैं हम सब लोग, उस पर है। एक्चुअली वो मेरे फोन में ही है, तो माफ कीजिएगा अगर मैं आपको ना दिखाई दूँ, क्योंकि मैं फोन से ही पढ़ूंगी उसे। और मैं वो शुरू कर रही हूँ पढ़ना अपनी कविता। गुजरा साल बहुत कुछ सिखा गया, गुजरा साल बहुत कुछ सिखा गया। दोस्तों गुफ्तगू महफिलें कहने सुनने के मायने बतला गया। तलाश के लिए कुछ नए तरीके भी सामने बैठकर बतियाने के तलाश लिए हमने सामने बैठकर कुछ तलाश लिए नए तरीके हमने सामने बैठकर बतियाने के।
पर दिलों में गर्मजोशी गुम सी हो गई। आंखों में देखकर बातें करना, चेहरा पढ़ना, गले मिलना जैसे गुजरे वक्त की बात हो गई। मेरे मन ने तो जैसे इसमें भी कोई नई तसल्ली ढूंढ ली। फोन पर ही सही, घर तो मेरे साथ है। मम्मा को हर दिन दुबला मजबूर देखना और मेरा ये झूठी हंसी से पूछना, माँ की हाल चाल है, वो भी माँ है मेरी चंगे आ मुस्कु कहकर बड़ा कुछ झूठ बोल जाती है। चंगे आ कहकर बड़ा कुछ झूठ बोल जाती है। भूल जाती है वो, उसकी बबलू अब बड़ी हो गई है, वो सब कुछ जानती है। कहने सुनने मिलने का मतलब आज समझ आता है। फोन पर थोड़ी सब बातों को बताया सुना जाता है। मन को पढ़ने का वैसे भी आज वक्त किसके पास है, चलो कोई नहीं, आज अपना ऐसा ही साथ है। वैसे ही जैसे खाना तो सामने है, बस जरा सा बेस्वाद है। नहीं रहे कई मेरे जानने वाले, ये सुनते सुनते साल निकल गया। बाकी सब ठीक ठाक है। अपनी मिट्टी से पटकर सात समंदर पार पौधा लगाया था। फल फूल आ जाते हैं, मुरझाया है आजकल। जिंदा है लोग कह रहे थे, ये भी बड़ी बात है। एक फोटो ने मन को तार तार कर दिया। माँ मर गई थी, स्टेशन पर बच्चा उठाने की कोशिश कर रहा था। बोलना मधु तू ठीक ठाक है। गुजरा साल बहुत कुछ सिखा गया, दोस्तों गुफ्तगू महफिलें कहने सुनने के मायने बतला गया। बहुत बहुत शुक्रिया आप सबका। वो जो 1.5 सालों का दर्द था ना, वो शब्दों में आ गया बस। बहुत शुक्रिया आप सबका। रंग भर देना बिच, पर तुसी एक होर रंग भरता। मेरा ख्याल हाइकू जेडे नी बिच आए, मेरा दिल करदा भी मैं अज हाइकू ही सुना देना। क्या बात है जी, बहुत अच्छा जी। उच्च ना, मैं पहला हादसे वाले दुख जिम्मे तुम पता ही सारे भी जपानी लैंग्वेज के आए हैं हाइकू। पर मैं उदा वैसे इन्हों हाइकू भी नहीं कहता, यह मेरे अपने हाव भाव है। यह 3 लाइना के बच्चे ही होंगी है कविता। सो पहली उहदे विच पहला हाइकू है, मठियाई की दुकान ते शुगर ते कोलेस्ट्रॉल $6 नु पौंड। क्या बात $6 नु पौंड। हाँ जी। अगला जी, 50 लाख की कोठी मत्थे वजे नजर वटू। निका जिहा घर राती भरिया परौणिया नाल, सवेरे सिंक भांडिया नाल। चलो हुण कितनी गल है। बहुत बढ़िया कमाल कर छड़िया पत्तर साहब, कमाल कर छड़िया जी। हुण थोड़ा छड़िया वाला भी सुना दो जी। मेज, हां जी
ਉਹ ਛੜਿਆਂ ਦਾ ਵੀ ਸੁਣਾ ਦੋ। ਥੈਂਕ ਯੂ। ਮੇਰੀ ਤੇ ਪਈ ਕਿਤਾਬ ਪੜ੍ਹਨ ਵਾਲਾ ਸੌ ਰਿਹਾ ਹਵਾ ਫਰੋਲੇ ਵਰਕੇ। ਮੇਜ਼ ਤੇ ਪਈ ਕਿਤਾਬ ਪੜ੍ਹਨ ਵਾਲਾ ਸੌ ਰਿਹਾ ਹਵਾ ਫਰੋਲੇ ਵਰਕੇ। ਸਪਾਇਰਲ ਡੈਰੀ ਵਿੱਚੋਂ ਖਿੱਚਿਆ ਆਖਰੀ ਵਰਕਾ, ਸਪਾਇਰਲ ਡੈਰੀ ਵਿੱਚੋਂ ਖਿੱਚਿਆ ਆਖਰੀ ਵਰਕਾ, ਹੱਥ 'ਚ ਰਹਿ ਗਿਆ ਇੱਕ ਸਪਰੇ। ਬਹੁਤ ਬਹੁਤ ਖੂਬ, ਬਹੁਤ ਠੱਕਾ ਵਗੇ, ਠੱਕਾ ਵਗੇ ਕੁੱਤਾ ਲੀਰੋ ਲੀਰ, ਮੰਗਤਾ ਖੜਾ ਅਡੋਲ। ਛੁੱਟੀਆਂ ਤੋਂ ਆਏ, ਛੁੱਟੀਆਂ ਤੋਂ ਆਏ ਲੁੱਟੇ ਘਰ ਦੀ ਬਾਰੀ ਵਿੱਚੋਂ ਲਮਕੇ ਮਨੀ ਪਲਾਂਟ। ਦਾਦੀ ਕੋਲ ਵਸਤਾ, ਦਾਦੀ ਕੋਲ ਵਸਤਾ ਪੋਤੇ ਦੇ ਹੱਥ ਖਾਲੀ। ਦੋਨੋਂ ਹੁਣ ਸਕੂਲੋਂ, ਦਾਦੀ ਕੋਲ ਵਸਤਾ ਪੋਤੇ ਦੇ ਹੱਥ ਖਾਲੀ, ਦੋਨੋਂ ਹੁਣ ਸਕੂਲੋਂ। ਰਾਹ ਰੇਤਲਾ, ਰਾਹ ਰੇਤਲਾ ਭਰਿਆ ਪੈੜਾਂ ਨਾਲ, ਪੈਰ ਰੱਖ ਕੇ ਲੱਭੇ ਮੇਚਦੀ, ਪੈਰ ਰੱਖ ਕੇ ਲੱਭੇ ਮੇਚਦੀ। ਸੂਰਜ ਚੜਿਆ ਹੋਏ ਇਕਾਗਰ ਸੂਰਜ ਮੁਖੀ ਦੇ ਫੁੱਲ। ਨਵੇਂ ਸੋਫੇ ਤੇ ਬਾਪੂ ਬੈਠਾ, ਨਵੇਂ ਸੋਫੇ ਤੇ ਬਾਪੂ ਬੈਠਾ, ਚੇਤੇ ਕਰੇ ਪੁਰਾਣੇ ਨੂੰ, ਚੇਤੇ ਕਰੇ। ਭੁੱਖਾ ਭਖਾਰੀ ਸੁੱਤਾ, ਭੁੱਖਾ ਭਖਾਰੀ ਸੁੱਤਾ, ਕਾਸਾ ਭਰਿਆ ਤਾਰਿਆਂ ਨਾਲ। ਮੇਰਾ ਖਿਆਲ ਇੱਕ ਮੈਂ ਹਾਸ ਰਸ ਕਵਿਤਾ ਹੀ ਹੈ, ਕਿਉਂਕਿ ਮੈਂ ਬੱਚਿਆਂ ਬਾਰੇ ਬਹੁਤ ਕਵਿਤਾਵਾਂ ਲਿਖੀਆਂ। ਇੱਕ ਛੋਟੀ ਜਿਹੀ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਬੱਚਿਆਂ, ਮੇਰਾ ਖਿਆਲ ਸ਼ਾਇਦ ਪਹਿਲਾਂ ਮੈਂ ਪੜ੍ਹੀ ਹੋਈ ਕਿਤੇ। ਮੇਰਾ ਬੱਚਾ ਸੌ ਜਾਂਦਾ ਹੈ ਰੋਜ਼ ਅਲਾਰਮ ਲਾ ਕੇ, ਮੇਰਾ ਬੱਚਾ ਸੌ ਜਾਂਦਾ ਹੈ ਰੋਜ਼ ਅਲਾਰਮ ਲਾ ਕੇ, ਸਮੇਂ ਮੁਤਾਬਕ ਵੱਜੇ ਅਲਾਰਮ, ਬੱਚਾ ਉੱਠੇ ਨਾ, ਸੁੱਤ ਅਣੀਂਦੇ ਜਾ ਕੇ ਮੈਂ ਕਰਾਂ ਅਲਾਰਮ ਬੰਦ, ਆਖਾਂ ਬੇਟੇ ਤੇਰੇ ਸਿਰਾਣੇ ਵੱਜੇ ਅਲਾਰਮ, ਨਾ ਤੂੰ ਉੱਠੇ ਨਾ ਬੰਦ ਕਰੇ, ਤੂੰ ਨਿੱਤ ਹੀ ਇੰਜ ਕਰੇ। ਬੱਚਾ ਕਹਿੰਦਾ ਤੁਸੀਂ ਮੈਨੂੰ ਜਗਾ ਦਿਆ ਕਰੋ, ਮੈਂ ਬੰਦ ਕਰ ਦਿਆ ਕਰਾਂਗਾ। ਤੁਸੀਂ ਮੈਨੂੰ ਜਗਾ ਦਿਆ ਕਰੋ, ਮੈਂ ਬੰਦ ਕਰ ਦਿਆ ਕਰਾਂਗਾ। ਮੈਂ ਤੇ ਬੱਚਾ ਖਿੜ ਖੜਾ ਕੇ ਹੱਸਦੇ ਹੱਸਦੇ ਜਾਗ ਪਏ, ਹੱਸਦੇ ਹੱਸਦੇ। ਬਹੁਤ ਅੱਛੇ, ਬਹੁਤ ਖੂਬ, ਬਹੁਤ ਮਿਹਰਬਾਨੀ, ਬਹੁਤ 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 ਮਿਹਰਬਾਨੀ। ਇੱਕ ਛੋਟੀ ਜਿਹੀ ਕਵਿਤਾ ਪੜ੍ਹ ਕੇ ਫਿਰ ਮੈਂ ਬਾਬਾ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਸ਼ਾਇਦ ਜੇ ਟਾਈਮ ਹੋਇਆ ਸਾਰਿਆਂ ਨੂੰ ਪੁੱਛ ਕੇ। ਇਹਦਾ ਟਾਈਟਲ ਹੈ ਜੀ ਪਤਾ ਨਹੀਂ। ਅੰਬਰ 'ਚ ਤਾਰੇ ਟਿਮਟਮਾ ਰਹੇ, ਧਰਤੀ 'ਤੇ ਬਾਗ ਲਹਿਰਾ ਰਹੇ, ਰੁੱਖ ਝੂਮਦੇ ਹਵਾਵਾਂ ਰੁਮਕਦੀਆਂ, ਮੋਰਾਂ ਦੀਆਂ ਪੈਲਾਂ ਤੇ ਤੋਰਾਂ ਠੁਮਕਦੀਆਂ, ਪੰਛੀ ਚਹਿਕਦੇ ਫੁੱਲ ਨੇ ਟਹਿਕਦੇ, ਚਾਰ ਚਫੇਰੇ ਬੜੇ ਗੁੱਲ ਨੇ ਮਹਿਕਦੇ, ਸਤਰੰਗੀ ਪੀਂਗ ਪਈ ਹੋਈ ਹੈ ਦਰਿਆ ਨਦੀਆਂ ਅਤੇ ਸਾਗਰ ਵਿੱਚ, ਕਣੀਆਂ ਦੀ ਹੋ ਰਹੀ ਹੈ ਖੂਬ ਕਿਣਵੇਂ, ਚੌਹਬੰਨੀ ਖਿੜੀ ਹੋਈ ਹੈ ਕਾਇਨਾਤ, ਚੌਹਬੰਨੀ ਖਿੜੀ ਹੋਈ ਹੈ, ਮੇਰੇ ਕੁਝ ਫਾਸਲੇ ਤੇ ਇੱਕ ਖੂਹ ਹੈ, ਮੇਰੇ ਕੁਝ ਫਾਸਲੇ ਤੇ ਇੱਕ ਖੂਹ ਹੈ ਜੋ ਬਰਕਣ ਦੇ ਮੂੰਹ ਤੇ ਖੜਾ ਹੈ।
ਜੋ ਗਰਕਣ ਦੇ ਮੂੰਹ ਤੇ ਖੜਾ ਹੈ ਫਿਰ ਵੀ ਪਤਾ ਨਹੀਂ ਕਿਉਂ ਕਾਇਨਾਤ ਦਾ ਨਿਰਤ ਮਾਨਣ ਦੀ ਬਜਾਏ ਮੈਂ ਚਾਹੁੰਦਾ ਹਾਂ ਉਸੇ ਖੂਹ ਵਿੱਚ ਗਰਕਣਾ ਮੈਂ ਕਿਉਂ ਚਾਹੁੰਦਾ ਹਾਂ ਉਸੇ ਖੂਹ ਵਿੱਚ ਗਰਕਣਾ टाइम हैगा थोड़ा जा ते पावा साहब एक कविता सांझी करो जरूर जी थैंक यू मेहरबानी हाँ जी कविता का अनुमान है पत्ते जी जो बहारा विच हसे पत्ते टहनियों टुटदे दिसे पत्ते अरशी उठन न डिगन थले घूम केरिया फसे पत्ते झाड़िया दे विच अड़ गए पत्ते झाड़िया दे विच अड़ गए पत्ते छत्तां ते कुछ चढ़ गए पत्ते इधर उधर पटक पटक के राह भुल के खड़ गए पत्ते गटरां दे विच वड़ गए पत्ते ਗੱਟਰਾਂ ਦੇ ਵਿੱਚ ਵੜ ਗਏ ਪੱਤੇ ਢੇਰ ਕੂੜੇ ਵਿੱਚ ਸੜ ਗਏ ਪੱਤੇ ਬੰਦ ਦਰਾਂ ਤੇ ਦਸਤਕ ਦਿੰਦੇ ਪੈਰ ਖੁਰਾਂ ਵਿੱਚ ਝੜ ਗਏ ਪੱਤੇ ਜੋ ਪੰਖੇ ਬਣ ਸੀ ਝੁਲਦੇ ਪੱਤੇ ਜੋ ਪੰਖੇ ਬਣ ਸੀ ਝੁਲਦੇ ਪੱਤੇ ਅੱਜ ਗਲੀਆਂ ਵਿੱਚ ਰੁਲਦੇ ਪੱਤੇ ਆਲਣਿਆਂ ਦਾ ਜੋ ਬਣੇ ਆਸਰਾ ਆਪਣਾ ਹੀ ਘਰ ਭੁੱਲਦੇ ਪੱਤੇ ਕੰਡਿਆਂ ਦੇ ਸੰਗ ਹੱਸਦੇ ਪੱਤੇ ਕੰਡਿਆਂ ਦੇ ਸੰਗ ਹੱਸਦੇ ਪੱਤੇ ਫਾਇਆ ਬਣ ਫੱਟ ਕੱਜਦੇ ਪੱਤੇ ਸਿਰਾਂ ਦੇ ਉੱਪਰ ਝਾਗ ਕੇ ਧੁੱਪਾਂ ਛਾਵਾਂ ਕਰਕਰ ਰਚਦੇ ਪੱਤੇ ਬਸਤਰ ਤਨ ਸ਼ਿੰਗਾਰੇ ਪੱਤੇ ਬਸਤਰ ਤਨ ਸ਼ਿੰਗਾਰੇ ਪੱਤੇ ਜੋਬਨ ਕਈ ਨਿਖਾਰੇ ਪੱਤੇ ਮਰ ਕੇ ਵੀ ਕੰਮ ਆਉਣਾ ਚਾਹੁੰਦੇ ਬਣ ਗਏ ਖਾਦ ਵਿਚਾਰੇ ਪੱਤੇ ਪੱਤੇ ਕੁਛ ਸਾਵੇ ਪੱਤੇ ਲਾਲ ਪੱਤੇ ਕੁਛ ਸਾਵੇ ਪੱਤੇ ਮੰਡਪ ਦੁਆਰ ਸਜਾਵੇ ਪੱਤੇ ਫੁੱਲਾਂ ਤੋਂ ਕਈ ਸੋਹਣੇ ਪੱਤੇ ਸੜੇ ਇੱਟਾਂ ਦੇ ਆਵੇ ਪੱਤੇ ਭਾਵੇਂ ਹਰ ਪੱਤੇ ਨੇ ਮਰਨਾ ਭਾਵੇਂ ਹਰ ਪੱਤੇ ਨੇ ਮਰਨਾ ਖੇਡ ਬਹਾਰ ਪੱਤ ਚੜ੍ਹੈ ਟੁਰਨਾ ਟੋਕਰੀ ਬਟੂਆ ਜਾਂ ਚਟਾਈ ਕਿਸ ਪੱਤੇ ਨੇ ਕੀ ਹੈ ਬਣਨਾ ਕਿਹੜੇ ਪੱਤੇ ਨੇ ਕੀ ਜਰਨਾ ਕਿਹੜੇ ਪੱਤੇ ਨੇ ਕੀ ਜਰਨਾ ਕਿਸ ਪੱਤੇ ਤੇ ਕੀ ਹੈ ਵਰਨਾ ਕਿਸ ਨੂੰ ਹੜ ਨੇ ਰੋੜ ਲਿਜਾਣਾ ਕਿਸ ਜੰਗਲ ਦੀ ਅੱਗ ਵਿੱਚ ਸੜਨਾ ਵਾਂਗ ਗੰਡੋਏ ਰੇਂਗਣ ਸੋਚਾਂ ਲੱਗੀਆਂ ਮੱਥਾ ਸੇਕਣ ਸੋਚਾਂ ਲੱਭੇ ਤਰ੍ਹਾਂ ਤਰ੍ਹਾਂ ਦੇ ਪੱਤੇ ਸਾਵੇ ਰੱਖ ਜਾਂ ਗੋਹ ਨਾਲ ਤੱਕੇ ਹਰ ਪੱਤੇ ਵਿੱਚ ਨਾੜਾਂ ਜਿਹੀਆਂ ਹਰ ਪੱਤੇ ਵਿੱਚ ਨਾੜਾਂ ਜਿਹੀਆਂ ਬਰੀਕ ਪਤਲੀਆਂ ਤਾਰਾਂ ਜਿਹੀਆਂ ਜਿਉਂ ਸੁਰਜੀਤ ਦੇ ਹੱਥ ਲਕੀਰਾਂ ਜਿਉਂ ਸੁਰਜੀਤ ਦੇ ਹੱਥ ਲਕੀਰਾਂ ਕੀ ਪੱਤਿਆਂ ਤੇ ਲਿਖੀਆਂ ਤਕਦੀਰਾਂ ਜਿਉਂ ਸੁਰਜੀਤ ਦੇ ਹੱਥ ਲਕੀਰਾਂ ਕੀ ਪੱਤਿਆਂ ਤੇ ਲਿਖੀਆਂ ਤਕਦੀਰਾਂ ਇੱਕ ਪੱਤਾ ਦੂਜੇ ਨਾਲ ਨਾ ਰਲਦਾ ਕਿ ਲਿਖਿਆ ਧੁਰੋਂ ਮੁਕੱਦਰ ਸਾਹਿਬ ਦਾ ਕਵਿਤਾ ਕੋਈ ਪੜੋ ਇੱਕ ਅੱਧੀ ਅੱਧੀ ਨੀ ਸੋਰੀ ਸਾਰੀ ਇੱਕ ਮਿੰਟ ਮੋਹਨਪ੍ਰੀਤ ਨੂੰ ਪੜ੍ਹ ਲੈਣ ਦਿਓ ਫਿਰ ਤੁਸੀਂ ਪੜ੍ਹ ਲਿਓ ਠੀਕ ਠੀਕ ਪੜ੍ਹਨ ਲੱਗਾ ਟਾਵਾਂ ਟਾਵਾਂ ਦੀਵਾ ਕੋਈ ਜਗਦਾ ਹੈ ਅਜੇ ਤੇਰੀ ਆਵਾਜ਼ ਨਹੀਂ ਕਲੀਅਰ ਆ ਰਹੀ ਮੁੜ ਕੇ ਆਵਾਜ਼ ਗੂੰਜ ਰਹੀ ਹੈ ਆਵਾਜ਼ ਗੂੰਜ ਰਹੀ ਟਾਵਾਂ
दीवा कोई जगदा है अजे ਇਨੂੰ ਹੈਡਫੋਨ ਲੈ ਲੈ ਹੁਣ ਆ ਰਹੀ ਵਾਈ ਠੀਕ ਹੈ ਹਾਂ ਹੁਣ ਠੀਕ ਹੈ ਟਾਵਾਂ ਟਾਵਾਂ ਕੋਈ ਜਗਦਾ ਹੈ ਅਜੇ ਬੇਗਾਨੇ ਸ਼ਹਿਰ ਵਿੱਚ ਲੱਗਦਾ ਹੈ ਅਜੇ ਹਾਲੇ ਨਾ ਕੋਈ ਘਾਟ ਲੱਗੇ ਇਸ ਖਿਜ਼ਾ ਅੰਦਰ ਦਿਲ ਦਰਿਆ ਤਾਂ ਆਪਣੀ ਚਾਲੇ ਵਗਦਾ ਹੈ ਅਜੇ ਨੇਰ ਦੀ ਬੁੱਕਲ ਚ ਬਹਿ ਕਿਉਂ ਡਰਨਾ ਰਾਤ ਪਏ ਨੇਰ ਦੀ ਬੁੱਕਲ ਚ ਬਹਿ ਕਿਉਂ ਡਰਨਾ ਰਾਤ ਪਏ ਸਾਡੇ ਵਿਹੜੇ ਚੰਨ ਪੁੰਨਿਆਂ ਦਾ ਚੜ੍ਹਦਾ ਹੈ ਅਜੇ ਤਾਂ ਆਖਰੀ ਸ਼ੇਰ ਹੈ ਨਾ ਕੋਈ ਚੁੱਕਣਾ ਸ਼ਮਾਦਾਨ ਕੋਈ ਨਾ ਚੁੱਕਣਾ ਸ਼ਮਾਦਾਨ ਅਜੇ ਬਾਕੀ ਹੈ ਲਗਨ ਦੀਵਾਨਾ ਮਰ ਮਰ ਉਡਾਰੀਆਂ ਭਰਦਾ ਹੈ ਅਜੇ ਟਾਵਾਂ ਟਾਵਾਂ ਦੀਵਾ ਕੋਈ ਜਗਦਾ ਹੈ ਅਜੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਮਨਪ੍ਰੀਤ ਬਹੁਤ ਅੱਛੇ ਜੀ ਬਹੁਤ ਅੱਛੇ ਸਾਡੇ ਵੇਲੇ ਚੜ੍ਹਦਾ ਹੈ ਚੰਨ ਪੁੰਨਿਆਂ ਦਾ ਅਜੇ ਕਿਆ ਬਾਤ ਹੈ ਬਹੁਤ ਅੱਛਾ ਆਵਾਜ਼ ਦੇ ਵਿੱਚ ਪ੍ਰੋਬਲਮ ਸੀ ਥੋੜੀ ਜਿਹੀ ਵਿੱਚ ਪਰ ਫਿਰ ਵੀ ਠੀਕ ਹੈ ਠੀਕ ਹੈ ਹੁਣ ਮੈਂ ਬੇਨਤੀ ਕਰਦਾ ਵਰਿੰਦਰ ਤੁਸੀਂ ਇੱਕ ਕਵਿਤਾ ਪੜ੍ਹੋ ਤੇ ਫਿਰ ਪ੍ਰੋਗਰਾਮ ਨੂੰ ਮੁਕੰਮਲ ਕਰ ਦਿਓ ਲਖਵੀਰ ਹੁਣ ਕਹਿੰਦੇ ਹਾਂਜੀ ਲਖਵੀਰ ਜੀ ਪੜ੍ਹ ਲੈਂਦੇ ਕਵਿਤਾ ਉਹ ਮੈਨੂੰ ਹਾਂ ਮੈਂ ਭੁੱਲ ਗਿਆ ਸੋਰੀ ਲਖਵੀਰ ਜੀ ਹਾਂਜੀ ਹਾਂਜੀ ਸੋਰੀ ਮਾਫ਼ ਕਰਨਾ ਮੈਂ ਮੈਨੂੰ ਮੇਰੇ ਯਾਦ ਭੁੱਲ ਗਿਆ ਹਾਂਜੀ ਹਾਂਜੀ ਮੈਂ ਅਕਸਰ ਪੰਜਾਬ ਦੇ ਨਾਲ ਸੰਬੰਧਿਤ ਮੇਰੀਆਂ ਕਵਿਤਾਵਾਂ ਹੁੰਦੀਆਂ ਕਿ ਉਹ ਸੋਹਣਾ ਪੰਜਾਬ ਤੇ ਹਰੀਆਂ ਫਸਲਾਂ ਸੋਹਣਾ ਪੰਜਾਬ ਤੇ ਹਰੀਆਂ ਫਸਲਾਂ ਸਭ ਇਲਾਕਾ ਬੜਾ ਤਰ ਹੁੰਦਾ ਸੀ ਇੱਕ ਪਿੰਡ ਚ ਮੇਰਾ ਘਰ ਹੁੰਦਾ ਸੀ ਇੱਕ ਪਿੰਡ ਚ ਮੇਰਾ ਘਰ ਹੁੰਦਾ ਸੀ ਬਹੁਤ ਉਹ ਕੱਚੇ ਚੌਂਕੇ ਉਹ ਕੱਚੇ ਚੌਂਕੇ ਤੇ ਲੇਪੀ ਕਰਨਾ ਉਹ ਕੱਚੇ ਚੁੱਲ੍ਹੇ ਲੇਪੀ ਕਰਨਾ ਖੂਹੀਆਂ ਉੱਤੋਂ ਪਾਣੀ ਭਰਨਾ ਛੱਪੜਾਂ ਵਿੱਚੋਂ ਮਿੱਟੀ ਕੱਢਣੀ ਅਜੇ ਨਾ ਮੈਂ ਇੱਥੋਂ ਘਰ ਹੁੰਦਾ ਸੀ ਇੱਕ ਪਿੰਡ ਚ ਮੇਰਾ ਘਰ ਹੁੰਦਾ ਸੀ ਇੱਕ ਪਿੰਡ ਚ ਮੇਰਾ ਘਰ ਹੁੰਦਾ ਸੀ ਉਹ ਪੱਕੀਆਂ ਫਸਲਾਂ ਉਹ ਪੱਕੀਆਂ ਫਸਲਾਂ ਤੇ ਖੇਤੀ ਮਿਹਨਤ ਕਰਨੀ ਘਰ ਖੁੱਲਾ ਰਿਜਕ ਭੜੋਲੀ ਭਰਨੀ ਉਹ ਪੱਕੀਆਂ ਕਣਕਾਂ ਤੇ ਖੇਤੀ ਮਿਹਨਤ ਕਰਨੀ ਘਰ ਖੁੱਲਾ ਰਿਜਕ ਭੜੋਲੀ ਭਰਨੀ ਸ਼ਾਮ ਵੇਲੇ ਡੰਗਰ ਅੰਦਰ ਕਰਨਾ ਉਸ ਬੂਹੇ ਉਸ ਕੋਠੇ ਦਾ ਨਾ ਕੋਈ ਡਰ ਹੁੰਦਾ ਸੀ ਇੱਕ ਪਿੰਡ ਚ ਮੇਰਾ ਘਰ ਹੁੰਦਾ ਸੀ ਇੱਕ ਪਿੰਡ ਚ ਮੇਰਾ ਘਰ ਹੁੰਦਾ ਸੀ ਬਹੁਤ ਅੱਛਾ ਬਹੁਤ ਅੱਛਾ ਅਜੇ ਨਾ ਟਰੈਕਟਰ ਕੰਬਾਈਨ ਸੀ ਆਈ ਬਲਦਾਂ ਦੀ ਉਦੋਂ ਹੁੰਦੀ ਸੀ ਵਾਈ ਲੱਖੇ ਕਣਕ ਫਲਿਆਂ ਨਾਲ ਗਾਈ ਪੰਡਾਂ ਬੰਨ ਬੰਨ ਪਿੰਡ ਲਿਆਉਣੀ ਬੜੀ ਮੁਸ਼ਕਲ ਨਾਲ ਪੰਡ ਪਿੰਡ ਪਹੁੰਚਾਉਣੀ ਗਿੱਲੀਆਂ ਆਡਾਂ ਤਿਲਕ ਜਾਣ ਦਾ ਡਰ ਹੁੰਦਾ ਸੀ ਇੱਕ ਪਿੰਡ ਚ ਮੇਰਾ ਘਰ ਹੁੰਦਾ ਸੀ ਇੱਕ ਪਿੰਡ ਚ ਮੇਰਾ ਬਹੁਤ ਅੱਛੇ ਬਹੁਤ ਅੱਛੇ ਬਹੁਤ ਖੂਬ ਬਹੁਤ ਵਧੀਆ ਡਿਸਕ੍ਰਾਈਬ ਕੀਤਾ ਜੀ ਆਪਨੇ ਪੂਰਾ ਗਾਉਂ ਦਿਖਾ ਦਿਆ ਮੈਨੇ ਉਸਕੋ ਇਮੇਜਿਨ ਕਰ ਲਿਆ ਬਿਲਕੁਲ ਉਹ ਭੀੜੀਆਂ ਗਲੀਆਂ ਤੇ ਕੱਚੀਆਂ ਰਾਵਾਂ ਉਹ ਭੀੜੀਆਂ ਗਲੀਆਂ ਤੇ ਕੱਚੀਆਂ ਰਾਵਾਂ ਦਿਲ ਕਰਦਾ ਮੁੜ ਪਿੰਡ ਨੂੰ ਜਾਵਾਂ ਮੱਕੀ ਦੀ ਰੋਟੀ ਸਾਗ ਨਾਲ ਖਾਵਾਂ ਮੱਖਣ ਚ ਮੱਕੀ ਦੀ ਰੋਟੀ ਸਾਗ ਨਾਲ ਖਾਵਾਂ ਸਾਗ ਚ ਘਿਓ ਬੜਾ ਤਰ ਹੁੰਦਾ ਸੀ ਇੱਕ ਪਿੰਡ ਚ ਮੇਰਾ ਘਰ ਹੁੰਦਾ ਸੀ ਇੱਕ ਪਿੰਡ ਚ ਮੇਰਾ ਘਰ ਹੁੰਦਾ ਸੀ ਚਲੋ ਮੱਕੀ ਦੀ ਰੋਟੀ ਵੀ ਖਵਾਈ ਦਿੱਤੀ ਹੈ ਤੁਸੀਂ ਹਾਂਜੀ ਹਾਂਜੀ ਬਹੁਤ ਖੂਬ ਬਹੁਤ ਖੂਬ ਬਹੁਤ ਅੱਛਾ ਉਹ ਚਾਚੇ ਤਾਏ ਸਭ ਇਕੱਠਿਆਂ ਹੀ ਰਹਿਣਾ ਬਿਲਕੁਲ ਉਹ ਚਾਚੇ ਤਾਏ ਸਭ ਇਕੱਠਿਆਂ ਹੀ ਰਹਿਣਾ
ਵੱਡਿਆਂ ਕੋਲੋਂ ਕੁਝ ਸਿੱਖਦੇ ਰਹਿਣਾ। ਬੜਾ ਪਿਆਰ ਅਦਬ ਨਾਲ ਸਾਰੇ ਬਜ਼ੁਰਗਾਂ ਦਾ, ਬੜਾ ਡਰ ਹੁੰਦਾ ਸੀ ਇੱਕ ਪਿੰਡ ਚ ਮੇਰਾ ਘਰ ਹੁੰਦਾ, ਬਜ਼ੁਰਗਾਂ ਦਾ ਡਰ ਹੁੰਦਾ ਸੀ ਤੇ ਪਿੰਡ ਚ ਘਰ ਹੁੰਦਾ, ਮੇਰਾ ਘਰ ਹੁੰਦਾ ਸੀ। ਬਹੁਤ ਮਿਹਰਬਾਨੀ। ਇਹ ਸਭ ਆਖਰੀ ਬੰਦ ਹੈ ਜੀ, ਇਹ ਸਭ ਆਪਣੇ ਮੈਂ ਅੱਖੀ ਡਿੱਠਾ, ਖੂਹੀਆਂ ਦਾ ਸੀ ਬੜਾ ਪਾਣੀ ਮਿੱਠਾ। ਇਹ ਸਭ ਮੈਂ ਆਪਣੇ ਅੱਖੀ ਡਿੱਠਾ, ਖੂਹੀਆਂ ਦਾ ਸੀ ਬੜਾ ਪਾਣੀ ਮਿੱਠਾ। ਘਰ ਲਵੇਰੇ ਮੱਝਾਂ ਤੇ ਗਾਵਾਂ, ਪਿੰਡ ਵਿੱਚ ਬੋਹੜ ਪਿੱਪਲਾਂ ਦੀਆਂ ਛਾਵਾਂ। ਨਾ ਘਰ ਏਸੀ ਨਾ ਬਿਜਲੀ ਬੰਦ, ਹੋਣ ਦਾ ਡਰ ਹੁੰਦਾ ਸੀ ਇੱਕ ਪਿੰਡ ਚ ਮੇਰਾ ਘਰ ਹੁੰਦਾ। ਬਹੁਤ 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 ਧੰਨਵਾਦ ਪਾਤਰ ਸਾਹਿਬ ਜੀ, ਬਹੁਤ ਮਿਹਰਬਾਨੀ। ਲਖੀਰ ਸਿੰਘ ਤੁਸੀਂ ਮੈਨੂੰ ਲੱਗਦਾ ਵੀ ਤੁਸੀਂ ਪੰਜਾਬ ਤੁਹਾਡੇ ਅੰਦਰ ਬੜਿਆ ਹੈ ਨਾ। ਬਿਲਕੁਲ, ਪੂਰੀ ਮਿੱਟੀ ਅੰਦਰ ਬਾਹਰ ਓਤ ਪੋਤ ਹੈ ਜੀ। ਮੈਨੂੰ ਇਹ ਲੱਗਦਾ ਵੀ ਪੰਜਾਬ ਨੂੰ ਆਪਾਂ ਦੂਰੋਂ ਬੈਠ ਕੇ ਬਹੁਤ ਜਿੱਦਾਂ ਇਮੇਜ ਬਣ ਜਾਂਦਾ ਹੁੰਦਾ ਨਾ, ਸਾਡੇ ਪੂਰੇ ਫੋਕਸ ਹੋ ਜਾਂਦਾ ਤੇ ਉਹਨੂੰ ਤਰ੍ਹਾਂ ਦੇਖਦੇ ਹਾਂ। ਬਿਲਕੁਲ ਬਿਲਕੁਲ। ਲਖਬੀਰ ਜੀ, ਮੈਂ ਆਪਕਾ ਗਾਉਂ ਘੂਮ ਲਿਆ ਆਪਕੇ ਸਾਥ। ਹੁਣ ਮੈਂ ਆਖਰ ਚ ਬੇਨਤੀ ਕਰਦਾ ਗੁਰਿੰਦਰ ਸਿੰਘ ਨੂੰ ਕਿ ਉਹ ਇੱਕ ਕਵਿਤਾ ਆਪਣੀ ਸਾਂਝੀ ਕਰਨ ਤੇ ਨਾਲ ਹੀ ਪ੍ਰੋਗਰਾਮ ਨੂੰ ਮੁਕੰਮਲ ਕਰ ਦੇਣ। ਗੁਰਿੰਦਰ, ਬਹੁਤ ਸ਼ੁਕਰੀਆ, ਬਹੁਤ ਪਿਆਰ। ਮੈਂ ਕੰਟੀਨਿਊ ਕਰਦਾ ਪਿੰਡ ਦੇ ਘਰ ਦੀ ਗੱਲ। ਸੋ ਨੋਸਟੈਲਜਿਕ ਟੂ ਟਾਕ ਅਬਾਊਟ ਦਿਸ ਟੌਪਿਕ। ਤੇ ਤੁਸੀਂ ਅਕਸਰ ਦੇਖਿਆ ਹੋਣਾ ਕਿ ਪਿੰਡ ਦੇ ਵਿੱਚ ਵੀ ਜਦੋਂ ਫੈਮਿਲੀ ਵੱਡੀ ਹੋ ਜਾਂਦੀ ਆ ਦੈਨ ਡਿਵੀਜ਼ਨ ਹੁੰਦੀ ਆ ਤੇ ਕੰਧਾਂ ਬਣ ਜਾਂਦੀਆਂ। ਸੋ ਇਸ ਆਈ ਥਿੰਕ ਇਸ ਟੌਪਿਕ ਦੇ ਭਾਜੀ ਹਰਜਿੰਦਰ ਨੇ ਵੀ ਇੱਕ ਕਵਿਤਾ ਬੋਲੀ ਸੀ ਉਸੇ ਟੌਪਿਕ ਤੇ। ਮੇਰੀ ਇੱਕ ਨਜ਼ਮ ਆ ਕੰਧ। ਮੈਨੂੰ ਗਾਣਾ ਨਹੀਂ ਆਉਂਦਾ, ਮੈਂ ਮਤਲਬ ਸਿੰਪਲੀ ਪੜ੍ਹਦਾ, ਪਰ ਇਹ ਗਾ ਕੇ ਪੜ੍ਹੀ ਜਾ ਸਕਦੀ ਹੈ। ਆਈ ਵਿਲ ਟਰਾਈ ਨੈਕਸਟ ਟਾਈਮ, ਭਾਜੀ ਰੋਮੀ ਨੂੰ ਜਾਂ ਸੁਰਿੰਦਰ ਹੋਣਾ ਨੂੰ ਮੈਂ ਬੇਨਤੀ ਕਰੂੰਗਾ ਇੱਕ ਕਵਿਤਾ ਪੜ੍ਹਨ ਲਈ। ਜ਼ਰੂਰ ਜੀ ਜ਼ਰੂਰ। ਉੱਗੀਏ ਕੰਧੇ ਨੀ, ਵਿਹੜੇ ਵਿੱਚ ਉੱਗੀਏ ਕੰਧੇ ਨੀ, ਤੇਰੇ ਨੈਣ ਨਕਸ਼ ਜਿਉਂ ਕੰਢੇ ਨੀ। ਵਿਹੜੇ ਵਿੱਚ ਉੱਗੀਏ ਕੰਧੇ ਨੀ, ਤੇਰੇ ਨੈਣ ਨਕਸ਼ ਜਿਉਂ ਕੰਢੇ ਨੀ। ਤੂੰ ਵੰਡਾਂ ਪਾਉਣੋਂ ਥੱਕਦੀ ਨਾ, ਤੂੰ ਖੜੀ ਖੜੋਤੀ ਅੱਕਦੀ ਨਾ। ਬਰਲਿਨ ਵਾਲ ਜਿਉਂ ਢਹਿ ਜਾ ਨੀ, ਤੂੰ ਬਰਲਿਨ ਵਾਲ ਜਿਉਂ ਢਹਿ ਜਾ ਨੀ, ਜਾਂ ਰਤਾ ਘਰ ਲਈ ਬਹਿ ਜਾ ਨੀ। ਉਂਝ ਵੈਸੇ ਵੀ ਅੱਜ ਸੰਡੇ ਨੀ, ਵਿਹੜੇ ਵਿੱਚ ਉੱਗੀਏ ਕੰਧੇ ਨੀ। ਝੱਟ ਦਿਲੀ ਦਿਮਾਗੀ ਵੜ ਜਾਂਦੀ, ਝੱਟ ਦਿਲੀ ਦਿਮਾਗੀ ਵੜ ਜਾਂਦੀ, ਵਿੱਚ ਵਾਂਗ ਹਿਮਾਲਾ ਖੜ ਜਾਂਦੀ। ਭਲਾ ਕੀ ਲੱਗਦੀ ਏ ਆਰੇ ਦੀ, ਤੈਨੂੰ ਲੋੜ ਨਾ ਇੱਟਾਂ ਗਾਰੇ ਦੀ। ਵਾਹ ਵਾਹ ਵਾਹ, ਬਹੁਤ ਅੱਛਾ। ਭਲਾ ਕੀ ਲੱਗਦੀ ਏ ਆਰੇ ਦੀ, ਤੈਨੂੰ ਲੋੜ ਨਾ ਇੱਟਾਂ ਗਾਰੇ ਦੀ। ਤੂੰ ਧੁੱਪਾਂ ਛਾਵਾਂ ਵੰਡੇ ਨੀ, ਵਿਹੜੇ ਵਿੱਚ ਉੱਗੀਏ ਕੰਧੇ ਨੀ, ਤੇਰੇ ਨੈਣ ਨਕਸ਼ ਜਿਉਂ ਕੰਢੇ ਨੀ। ਕਦੇ ਭੇਸ ਧਾਰਦੀ ਮਜ਼ਬਾਂ ਦੇ, ਕਦੇ ਭੇਸ ਧਾਰਦੀ ਮਜ਼ਬਾਂ ਦੇ, ਕਦੇ ਰੰਗ ਨਸਲ ਭਏ ਗਜ਼ਬਾਂ ਦੇ। ਕਿਤੇ ਮੁਲਕਾਂ ਦੇ ਵਿੱਚ ਵਾੜ ਬਣੀ, ਕੰਡਿਆਲੀ ਨਫ਼ਰਤ ਚਾੜ ਬਣੀ। ਸਭ ਇੱਕ ਆਲਮ ਦੇ ਬੰਦੇ ਨੀ, ਵਿਹੜੇ ਵਿੱਚ ਉੱਗੀਏ ਕੰਧੇ ਨੀ, ਨਕਸ਼ ਜਿਉਂ ਕੰਢੇ ਨੀ। ਬਹੁਤ ਸ਼ੁਕਰੀਆ। ਕਦੇ ਸ਼ੀਸ਼ੇ ਜੀਕਣ ਤਣ ਜਾਂਦੀ, ਕਦੇ ਸ਼ੀਸ਼ੇ ਜੀਕਣ ਤਣ ਜਾਂਦੀ, ਕਦੇ ਨਿੱਕੀਆਂ ਜਿੰਦਾਂ ਚਿਣ ਜਾਂਦੀ। ਨੀ ਗੋਲੀਏ ਖਾਨ ਵਜ਼ੀਰ ਦੀਏ, ਨੀ ਬਿਖਿਆ ਰਸੀ ਜ਼ਮੀਰ ਦੀਏ। ਥੁੱਕ ਅਲੈਦਗੀਆਂ ਦੇ ਧੰਦੇ ਨੀ, ਵਿਹੜੇ ਵਿੱਚ ਉੱਗੀਏ ਕੰਧੇ ਨੀ, ਤੇਰੇ ਨੈਣ ਨਕਸ਼ ਜਿਉਂ ਕੰਢੇ ਨੀ। ਕਿਤੇ ਸ਼ਾਮ ਲਾਟ ਵਿੱਚ ਖੜ ਜਾਂਦੀ, ਕਦੇ ਲੋਕ ਸਭਾ ਵਿੱਚ ਅੜ ਜਾਂਦੀ। ਕਿਤੇ ਸ਼ਾਮ ਲਾਟ ਵਿੱਚ ਖੜ ਜਾਂਦੀ, ਸ਼ੁਕਰੀਆ, ਕਦੇ ਲੋਕ ਸਭਾ ਵਿੱਚ ਅੜ ਜਾਂਦੀ। ਪੰਜ ਆਬਾਂ ਵਿੱਚ ਲਕੀਰ ਬਣੀ,
कदे साजिश ए कश्मीर बनी आबा विच लकीर बनी कदे कदी साजिश ए कश्मीर बनी तेरे खुंडे हो जान दंदे नी ਵਿਹੜੇ ਵਿੱਚ ਉੱਗੀਏ ਗੰਦੇ ਆਖਰੀ ਪੈਰਾ ਜੀ ਇਤਫਾਕ ਦੁਆਵਾਂ ਕਰਿਆ ਕਰ ਇਤਫਾਕ ਦੁਆਵਾਂ ਕਰਿਆ ਕਰ ਤਾਹੀ ਕੁਰਬਤਾਂ ਭਰਿਆ ਕਰ ਆ ਲੀਕਾਂ ਲੂਕਾਂ ਢਾ ਛੱਡ ਤੂੰ ਆ ਲੀਕਾਂ ਲੂਕਾਂ ਢਾ ਛੱਡ ਤੂੰ ਇਹ ਲੰਬੀ ਰਾਤ ਮੁਕਾ ਛੱਡ ਤੂੰ ਹਨੇਰੇ ਨੂੰ ਲਾ ਦੇ ਜਾਂਦੇ ਨੀ ਵਾਹ 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 ਥੈਂਕ ਯੂ ਹਨੇਰੇ ਨੂੰ ਲਾ ਦੇ ਜਾਂਦੇ ਨੀ ਵਿਹੜੇ ਵਿੱਚ ਉੱਗੀਏ ਕੰਧੇ ਨੀ ਤੇਰੇ ਨੈਣ ਨਕਸ਼ ਜਿਉਂ ਕੰਡੇ ਨੀ ਵਾਹ ਬਹੁਤ ਖੂਬ ਬਹੁਤ ਖੂਬ ਗੁਰਿੰਦਰ ਭਾਜੀ ਮੈਂ ਤੁਹਾਡਾ ਇਹ ਰੂਪ ਪਹਿਲੀ ਵਾਰੀ ਵੇਖਿਆ ਬੜਾ ਮਜ਼ਾ ਆਇਆ ਬਹੁਤ ਅੱਛਾ ਸ਼ੁਕਰੀਆ ਸਾਨੂੰ ਬਹੁਤ ਹਮੇਸ਼ਾ ਹੀ ਬੜੀ ਉਡੀਕ ਰਹਿੰਦੀ ਹੈ ਸੋ ਅੱਜ ਦਾ ਪ੍ਰੋਗਰਾਮ ਵਾਕਈ ਜਿਵੇਂ ਸਾਰੇ ਕਹਿ ਰਹੇ ਸੀਗੇ ਇੱਕ ਖੂਬਸੂਰਤ ਗੁਲਦਸਤਾ ਜਿਹਦੇ 'ਚ ਬਹੁਤ ਤਰ੍ਹਾਂ ਦੇ ਫੁੱਲ ਬਹੁਤ ਬੋਲੀਆਂ ਦੇ ਫੁੱਲ ਬਹੁਤ ਵਿਚਾਰਾਂ ਦੇ ਫੁੱਲ ਤਰਨਮ ਅਤੇ ਹੋਰ ਕਵਿਤਾਵਾਂ ਹਾਇਕੂ ਔਰ ਸਾਨੂੰ ਮਾਨਸਿਕ ਤੌਰ 'ਤੇ ਦਿਲੀ ਤੌਰ 'ਤੇ ਅਸੀਂ ਦੇਖੋ ਸਾਰਾ ਜਹਾਨ ਪਿਛਲੇ 3 ਘੰਟਿਆਂ 'ਚ ਘੁੰਮ ਲਿਆ ਉਹ ਬਹੁਤ ਸੁੰਦਰ ਬਿਲਕੁਲ ਠੀਕ ਮੈਂ ਕੁਛ ਕਹਿਣਾ ਚਾਹੁੰਦਾ ਜੀ ਕਹਿੰਦੇ ਆ ਕਿ ਆਪਣਾ ਸਮੁੰਦਰ ਦਾ ਪਾਣੀ ਕੁਝਿਆਂ 'ਚ ਜਿਵੇਂ ਕਹਿੰਦੇ ਕੈਦ ਨਹੀਂ ਹੋ ਸਕਦਾ ਤੇ ਪਰ ਅੱਜ ਦੀ ਮਹਿਫਿਲ ਨੇ ਸੱਚੀ ਜਿਵੇਂ ਵਿਰਿੰਦਰ ਜੀ ਉਹਨਾਂ ਨੇ ਕਿਹਾ ਤੇ ਸੱਚੀ ਹਨੇਰੇ ਨੂੰ ਜਾਂਦੇ ਮਾਰਨ ਵਾਲੀ ਗੱਲ ਆ ਵੀ ਕਿੱਡਾ ਵੱਡਾ ਖਿਆਲ ਆ ਤੇ ਉਹ ਸੱਚੀ ਅੱਜ ਦੀ ਸ਼ਾਮ ਨੇ ਸੱਚੀ ਹਨੇਰਿਆਂ ਨੂੰ ਜਾਂਦੇ ਮਾਰਤੇ ਆ ਬਹੁਤ ਆਨੰਦ ਆਇਆ ਜੀ ਔਰ ਸਾਗਰ ਨੂੰ ਕੁਝੇ 'ਚ ਬੰਦ ਵੀ ਕਰਤਾ ਬਿਲਕੁਲ ਜੀ ਬਿਲਕੁਲ ਕਰ ਛੱਡਿਆ ਜੀ ਔਰ ਹਰ ਪੋਇਟ ਦਾ ਜਿਹੜਾ ਨਜ਼ਰੀਆ ਔਰ ਮੈਟਾਫੋਰਸ ਜਿਹੜੇ ਉਹਨਾਂ ਨੇ ਵਰਤੇ ਤੇ ਕਿਸ ਤਰ੍ਹਾਂ ਕਿੰਨੇ ਨੁਕਤਾ ਨਿਗਾਹਾਂ ਨੂੰ ਕਨਵਰਜ ਕਰਕੇ ਇਹਨਾਂ 3 ਘੰਟਿਆਂ ਦੇ ਵਿੱਚ ਇਹ ਪ੍ਰੈਜੈਂਟ ਜਿਹੜੀ ਪ੍ਰੈਜੈਂਟੇਸ਼ਨ ਕੀਤੀ ਸਾਰਿਆਂ ਨੇ ਇਹ ਵਾਕਈ ਜਿਹੜੀ ਕੋਵਿਡ ਦਾ ਜੋ ਚੱਲ ਰਿਹਾ ਉਸ ਤੋਂ ਦੂਰ ਜਾਣ ਲਈ ਇੱਕ ਬਹੁਤ ਵਧੀਆ ਦਵਾਈ ਬਹੁਤ ਵਧੀਆ ਵੈਕਸੀਨ ਮਾਲਕ ਤੁਹਾਨੂੰ ਤੰਦਰੁਸਤੀਆਂ ਦੇਵੇ ਬਰਕਤਾਂ ਪਾਉਣ ਔਰ ਹੋਰ ਉਪਰਾਲਾ ਜਿਹੜਾ ਇਹੋ ਜਿਹੇ ਪ੍ਰੋਗਰਾਮਾਂ ਦਾ ਕਰਨ ਦਾ ਤੁਹਾਨੂੰ ਬਲ ਬਖਸ਼ਣ ਜੀ ਗੁਰਿੰਦਰ ਜੀ ਗੁਰਿੰਦਰ ਜੀ ਤੁਸੀਂ ਹਰਜਿੰਦਰ ਜੀ ਨੇ ਇਹ ਜਿਹੜਾ ਉਪਰਾਲਾ ਹੈ ਬਹੁਤ ਸਾਰਿਆਂ ਨੂੰ ਕੋਂਟੈਕਟ ਕਰਕੇ ਪ੍ਰੋਗਰਾਮ ਦੀ ਸੀਕੁਐਂਸਿੰਗ ਬਣਾ ਕੇ ਸੋ ਪੰਜਾਬੀ ਕਲਮ ਕੇਂਦਰ ਤੁਹਾਡਾ ਸਾਰਿਆਂ ਦਾ ਕਲਮ ਕੇਂਦਰ ਹੈ ਆਪਾਂ ਸਾਰੇ ਹੀ ਇਹਦੇ ਮੈਂਬਰਸ ਹੈ ਤੇ ਪਰ ਮੈਂ ਖਾਸ ਤੌਰ ਤੇ ਹਰਜਿੰਦਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜਿਹਨਾਂ ਨੇ ਯੂ ਨੋ ਲੀਡਰਸ਼ਿਪ ਲਈ ਇਹਦੇ 'ਚ ਸਾਰਿਆਂ ਨੂੰ ਕੋਆਰਡੀਨੇਟ ਕੀਤਾ ਅਤੇ ਉਸ ਤਰ੍ਹਾਂ ਸਾਰਿਆਂ ਨੂੰ ਮਾਲਾ ਚ ਪਰੋਇਆ ਗੁਰਿੰਦਰ ਗੋਪਾਲ ਜੀ ਤਾਂ ਤੁਸੀਂ ਥੋੜਾ ਜ਼ਿਕਰ ਕਰ ਦਿਓ ਜਿਹੜਾ ਆਪਣਾ ਗੁਰੂ ਤੇਗ ਬਹਾਦਰ ਜੀ ਜੀ ਦੇ ਬਾਰੇ ਜਿਹੜਾ ਕਵੀ ਕਵੀ ਸੰਮੇਲਨ ਤੁਸੀਂ ਕੋਸ਼ਿਸ਼ ਕਰ ਦਿਓ ਆਰਗੇਨਾਈਜ਼ ਕਰਨ ਦੀ ਉਹਦਾ ਬਾਅਦ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਤੇ ਬਹੁਤ ਅੱਛਾ ਰਹੇਗਾ ਮੇਰੇ ਖਿਆਲ ਜੀ ਸੋ ਜਿਵੇਂ ਤੁਹਾਨੂੰ ਪਤਾ 2021 ਜਿਹੜਾ ਇਹ ਸਾਲ ਹੈ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 400ਵਾਂ ਜਨਮ ਦਿਨ ਮਨਾਇਆ ਜਾ ਰਿਹਾ ਸੋ ਉਸ ਸੰਦਰਭ ਦੇ ਵਿੱਚ ਗੁਰਦੁਆਰਾ ਸਾਹਿਬ ਕਿਉਬਕ ਨੇ ਪੂਰੇ ਸਾਲ ਲਈ ਬਹੁਤ ਵਧੀਆ ਪ੍ਰੋਗਰਾਮ ਰੱਖੇ ਆ 2 ਸੈਮੀਨਾਰਸ ਜਿਹੜੇ ਵੈਬੀਨਾਰਸ ਆਲਰੇਡੀ ਹੋ ਚੁੱਕੇ ਆ ਉਹਦੇ 'ਚ ਜਿਹੜੇ ਹਿਸਟੋਰੀਅਨਸ ਐਂਡ ਯੂਨੋ ਜਿਹੜੇ ਬੇਸਿਕ ਰਿਸਰਚ 'ਚ ਕਾਫੀ ਕੰਟਰੀਬਿਊਸ਼ਨ ਕਰਦੇ ਰਹੇ ਆ ਵਰਲਡ ਵਾਈਡ ਜਿਹੜੇ ਸਕਾਲਰਸ ਆ ਉਹਨਾਂ ਨੂੰ ਮੌਕਾ ਦਿੱਤਾ ਸੋ ਬਹੁਤ ਖੂਬਸੂਰਤ ਜਿਹੜੀਆਂ ਡਿਸਕਸ਼ਨਸ ਹੋਈਆਂ ਕਈ ਯੂਨੋ ਚੀਜ਼ਾਂ ਦਾ ਪਤਾ ਲੱਗਿਆ ਤੇ ਉਸੇ ਜਿਹੜੀ